एक ओंकार सतनाम कर्ता पुरख निर्भउ निर्वैर अकाल मूरत अजुनी सैपं गुरप्रसाद जप आदि सच जुगादि सच है भी सच नानक होशी सच मैं कीता ना जाता कराम खोर हाओ क्या मुंह देशा दुष्ट चोर नानक नीच कहे विचार तहनक रूप रहा करतार हम मैले तुम उजल करते हम निर्गुण तू दाता हम मूर्ख तुम चतुर सियाने तू सर्व कला का ज्ञाता माधु हम ऐसे तू ऐसा हम पापी तुम पाप खंडन नीको ठाकुर देशा मारो हम ऐसे तू ऐसा हम पापी तुम पाप खंडन नीको ठाकुर देशा सतनाम वाहे गुरु साहिब जियो सलोक महला पहला पहला सुचा आप होए सुचै बैठा आए सुचे अगै रखियो न कोई ना पितियो जाय सुचा होई कै जीविया लगा पढ़न सलोक कहती जाए सुतिया कहती जाई सतिया कि
ਕਿਸ ਇਹੋ ਲੱਗਾ ਦੁੱਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਕ ਪਵਿੱਤ ਪਾਪੀ ਸਿਉਂ ਤਨ ਗੱਡਿਆ ਥੁੱਕਾ ਪਈਆਂ ਤਿੱਤ ਜਿਸ ਮੁਖ ਨਾਮ ਨਾ ਉਚਰੈ ਬਿਨ ਨਾਵੈ ਰਸ ਖਾਹੈ ਨਾਨਕ ਇਵੈ ਜਾਣੀਐ ਤਿਤ ਮੁਖ ਥੁੱਕਾ ਪਾਹੈ ਮਹਲਾ ਪਹਿਲਾ ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀ ਆਹ ਭੰਡਹੋਂ ਹੋਵੈ ਦੋਸਤੀ ਭੰਡਹੋਂ ਚੱਲੈ ਰਾਹ ਭੰਡ ਮੂਆ ਭੰਡ ਪਾਲੀਐ ਭੰਡ ਹੋਵੈ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੈ ਬਾਜਨਾ ਕੋਏ ਨਾਨਕ ਭੰਡੈ ਬਾਹਾਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਾਲਾਹੀ ਹੈ ਭਾਗਾਂ ਰਤੀ ਚਾਰ ਨਾਨਕ ਤੇ ਮੁਖ ਉਪਜਲੇ ਤਿਤ ਸੱਚੈ ਦਰਬਾਰ ਪੌੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਧੀ ਹੈ ਜਾਂ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰਬ ਖੰਡੀ ਹੈ ਮੰਦਾ ਕਿਸੈ ਨਾ ਆਖੀਐ ਪਰ ਅੱਖਰ ਇਹੋ ਬੁੱਝੀਐ ਮੂਰਖੈ ਨਾਲ ਨਾ ਲੁੱਝੀਐ ਮੰਦਾ ਕਿਸੈ ਨਾ ਆਖੀਐ ਪਰ ਅੱਖਰ ਇਹੋ ਬੁੱਝੀਐ ਮੂਰਖੈ ਨਾਲ ਨਾ ਲੁੱਝੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ
ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਮੁਖਾਰ ਦਿਨ ਤੋਂ ਉਚਾਰਨ ਕੀਤੀ ਹੋਈ 19ਵੀਂ ਪੌੜੀ ਔਰ ਇਸ ਪੌੜੀ ਨਾਲ ਜੋ ਦੋ ਸਲੋਕ ਹਜ਼ੂਰ ਨੇ ਦਰਜ ਕੀਤੇ ਨੇ ਇਸ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰਨੀ ਹੈ। ਆਪ ਸਮੂਹ ਸਤ ਸੰਗੀ ਜਨ ਆਪਣੇ ਖਿਆਲਾਂ ਨੂੰ ਆਪਣੇ ਫੁਰਲਿਆਂ ਨੂੰ ਅੰਤਰਮੁਖੀ ਕਰਦੇ ਹੋਏ ਅੰਤਰ ਗੁਰ ਆਰਾਧਨਾ ਦੀ ਪਾਵਨ ਪਵਿੱਤਰ ਪੰਕਤੀ ਤੇ ਅਮਲ ਕਰਦੇ ਹੋਏ ਸਤਿਗੁਰੂ ਜੀ ਦੇ ਪਵਿੱਤਰ ਸ਼ਬਦ ਵਿੱਚ ਜੁੜਨ ਦਾ ਯਤਨ ਕਰੀਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਆਪ ਮਿਹਰ ਕਰਕੇ ਵਿੱਚ ਵਰਤੋ ਆਪ ਹੀ ਇਕਾਗਰਤਾ ਭਾਵਨਾ ਬਖਸ਼ ਕੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਾ ਲਵੋ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹਨਾਂ ਦੋ ਸਲੋਕਾਂ ਨੂੰ ਜਦੋਂ ਆਪਾਂ ਪੜ੍ਹਨੇ ਹਾਂ ਤੇ ਇਹਨਾਂ ਦੋਨਾਂ ਸਲੋਕਾਂ ਦੀਆਂ ਜੋ ਅੰਤਲੀਆਂ ਅਖੀਰ ਵਾਲੀਆਂ ਤੁਕਾਂ ਨੇ ਉਸ ਵਿੱਚ ਸਤਿਗੁਰੂ ਜੀ ਨੇ ਖਾਸ ਕਰਕੇ ਸ਼ਬਦ ਮੁੱਖ ਦੀ ਵਰਤੋਂ ਕੀਤੀ। ਹਜ਼ੂਰ ਦੇ ਪਹਿਲੇ ਸ਼ਲੋਕ ਦੀ ਵਿਚਾਰ ਜਦੋਂ ਆਪਾਂ ਕਰਨੀ ਤੇ ਇਸ ਸ਼ਲੋਕ ਦੇ ਅਖੀਰ ਵਾਲੇ ਬਚਨ ਆਪਾਂ ਆਧਾਰ ਬਣਾ ਕੇ ਚੱਲਾਂਗੇ ਕਿ ਜਿਤ ਮੁੱਖ ਨਾਮ ਨਾ ਉਚਰਹਿ ਬਿਨ ਨਾਵੈ ਰਸ ਖਾਹੇ ਨਾਨਕ ਇਵੇਂ ਜਾਣੀਐ ਤਿਤ ਮੁੱਖ ਥੁੱਕਾਂ ਪਾਹੇ। ਜਦੋਂ ਦੂਸਰਾ ਸ਼ਲੋਕ ਪੜ੍ਹਿਆ ਤੇ ਉਸ ਦੇ ਅੰਤ ਹਜ਼ੂਰ ਨੇ ਫਰਮਾਇਆ ਨਾਨਕ ਤੇ ਮੁੱਖ ਉਜਲੇ ਕੌਣ ਜਿਨ੍ਹਾਂ ਨੂੰ ਸਾਹਿਬ ਕਹਿੰਦੇ ਨੇ ਜਿਤ ਮੁੱਖ ਸਦਾ ਸਾਹ ਲਾਹੀਐ ਭਾਗਾਂ ਰੱਤੀ ਚਾਰ ਨਾਨਕ ਤੇ ਮੁੱਖ ਉਜਲੇ ਤਿਤ ਸੱਚੈ ਦਰਬਾਰ। ਹਜ਼ੂਰ ਨੇ ਇੱਕ ਪਾਸੇ ਬਚਨ ਕਿਹਾ ਕਿ ਜੋ ਮਨੁੱਖ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਕੇਵਲ ਆਪਣੇ ਮੁੱਖ ਨਾਲ ਦੁਨੀਆਂ ਦੇ ਰਸ ਚੱਖਦਾ ਹੈ ਪਰ ਆਪਣੀ ਰਸਨਾ ਨਾਲ ਕਦੀ ਉਸ ਕਰਤਾਰ ਨਿਰੰਕਾਰ ਪ੍ਰਭੂ ਰਾਮ ਦੇ ਨਾਮ ਨੂੰ ਨਹੀਂ ਜਪਿਆ ਤੇ ਸਾਹਿਬ ਕਹਿੰਦੇ ਨੇ ਉਸ ਮੁੱਖ ਤੇ ਥੁੱਕਾਂ ਇਸ ਤਰ੍ਹਾਂ ਪੈਂਦੀਆਂ ਨੇ ਤੇ ਫਿਰ ਉਤਲੇ ਸ਼ਲੋਕ ਵੀ ਦੱਸਿਆ ਮਹਾਰਾਜ ਕਿਸ ਤਰ੍ਹਾਂ ਪੈਂਦੀਆਂ ਕਿਉਂਕਿ ਸ਼ਬਦ ਆਇਆ ਇਵੇਂ
ਤੇ ਕੁਦਰਤੀ ਤੌਰ ਤੇ ਸਵਾਲ ਉੱਠੇਗਾ ਮਹਾਰਾਜ ਕਿਵੇਂ? ਤੇ ਹਜ਼ੂਰ ਨੇ ਫਿਰ ਪਹਿਲਾਂ ਵਿਆਖਿਆ ਕੀਤੀ ਹੈ ਕਿ ਜੇਕਰ ਕੋਈ ਇਨਸਾਨ ਸਰੀਰਕ ਤੌਰ ਤੇ ਇਸ਼ਨਾਨ ਕਰਕੇ ਸੁੱਚਾ ਵੀ ਹੋਇਆ ਹੋਵੇ, ਜਿਸ ਥਾਂ ਤੇ ਉਹਨੇ ਜਾਣਾ ਉਹ ਚੌਂਕਾ ਵੀ ਸੁੱਚਾ ਹੋਵੇ, ਜਿਹੜਾ ਉਹਦੇ ਲਈ ਰਸੋਈ ਵਿੱਚ ਪ੍ਰਸ਼ਾਦਾ ਪਕਾਉਂਦਾ ਪਿਆ, ਰੋਟੀ ਤਿਆਰ ਕਰਕੇ ਲਿਆ ਰਿਹਾ, ਉਹ ਵੀ ਸਰੀਰਕ ਇਸ਼ਨਾਨ ਉਹਨੇ ਕੀਤਾ ਹੋਵੇ ਤੇ ਚੌਂਕੇ ਸੁੱਚੇ ਵਿੱਚ ਬੈਠ ਕੇ ਉਹ ਰੋਟੀ ਖਾਏ ਤੇ ਰੋਟੀ ਵਿੱਚ ਪੰਜ ਦੇਵਤੇ ਮਿਲ ਕੇ ਉਹ ਭੋਜਨ ਤਿਆਰ ਹੋ ਗਏ, ਉਸ ਵਿੱਚ ਅੰਨ ਨੂੰ, ਪਾਣੀ ਨੂੰ, ਲੂਣ ਨੂੰ, ਅੱਗ ਨੂੰ ਤੇ ਘਿਓ ਨੂੰ ਪਵਿੱਤਰ ਮੰਨੇ। ਕਹਿੰਦੇ ਇਹਨਾਂ ਪੰਜਾਂ ਦੇ ਮਿਲਣ ਨਾਲ ਭੋਜਨ ਤਿਆਰ ਹੋਵੇ ਤੇ ਨਾਮ ਤੋਂ ਹੀਣਾ ਬੰਦਾ ਇਹਨੂੰ ਇੰਨੀ ਸੁਚਮਤਾ ਰੱਖ ਕੇ ਨਾਮ ਨਾ ਪੱਲੇ ਹੋਵੇ, ਨਾਮ ਤੋਂ ਹੀਣਾ ਇੰਨੀ ਸੁਚਮਤਾ ਰੱਖ ਕੇ ਜੇਕਰ ਉਸ ਭੋਜਨ ਨੂੰ ਛਕਦਾ ਤੇ ਕਹਿਣ ਲੱਗੇ ਇਸ ਪਾਪੀ ਤਨ ਦੀ ਸੰਗਤ ਕਰਨ ਦੀ ਦੇਰ ਏ, ਜਿਨ੍ਹਾਂ ਨੂੰ ਪਵਿੱਤਰ ਦੇਵਤੇ ਮੰਨਿਆ ਜਾਂਦਾ ਇਸ ਸਰੀਰ ਦੀ ਸੰਗਤ ਕਰਕੇ ਉਹ ਗੰਦਗੀ ਦਾ ਰੂਪ ਹੋ ਜਾਂਦੇ। ਇਸ ਸ਼ਲੋਕ ਨੂੰ ਸਮਝਣ ਵਾਸਤੇ, ਕਿਉਂਕਿ ਅੱਜ ਦੋ ਤਿੰਨ ਵਿਸ਼ੇ ਐਸੇ ਨੇ ਭਾਵੇਂ ਕਰਨੇ ਸੰਖੇਪ ਵਿੱਚ ਨੇ ਕਿਉਂਕਿ ਸਮੇਂ ਦੇ ਲਿਹਾਜ਼ ਨਾਲ ਆਪਾਂ ਨੂੰ ਚੱਲਣਾ ਪੈਣਾ। ਉੱਥੇ ਸਾਹਿਬ ਨੇ ਇੱਕ ਬਚਨ ਕਿਹਾ ਕਿ ਜਿਵੇਂ ਗੰਦਗੀ ਮਨੁੱਖ ਦੇ ਸਰੀਰ ਵਿੱਚੋਂ ਨਿਕਲਦੀ ਤੇ ਦੋਸ਼ ਸਰੀਰ ਦਾ ਹੈ, ਕਹਿਣ ਲੱਗੇ ਗੰਦਗੀ ਸਰੀਰ ਵਿੱਚੋਂ ਨਿਕਲੇ ਉਸ ਨੂੰ ਤੱਕ ਕੇ ਮਨੁੱਖ ਥੁੱਕ ਕੇ ਨਿਕਲ ਜਾਂਦਾ ਤੇ ਕਹਿੰਦੇ ਨੇ ਦੁਨੀਆਂ ਦੇ ਲੋਕੋ ਰੱਬ ਦੀ ਦਰਗਾਹ ਵਿੱਚ ਉਸ ਮੂੰਹ ਤੇ ਥੁੱਕਾਂ ਪੈਣਗੀਆਂ ਜਿਹੜਾ ਦੁਨੀਆਂ ਦੇ ਰਸ ਤਾਂ ਭੋਗਦਾ ਰਿਹਾ ਪਰ ਰਸਨਾ ਨਾਲ ਕਦੀ ਨਿਰੰਕਾਰ ਨੂੰ ਯਾਦ ਨਹੀਂ ਕੀਤਾ। ਇਹਦੇ ਅਰਥ ਇਹ ਕਰਾਂਗੇ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਜਿੱਥੇ ਸਰੀਰ ਦੀ ਮਹਾਨਤਾ ਨੂੰ ਬਿਆਨ ਕੀਤਾ ਉੱਥੇ ਇੱਕ ਕਿਰਪਾਲਤਾ ਕਰਦਿਆਂ ਹੋਇਆਂ, ਬਖਸ਼ਿਸ਼ ਕਰਦਿਆਂ ਹੋਇਆਂ ਹਜ਼ੂਰ ਨੇ ਇੱਕ ਮਿਹਰ ਕੀਤੀ। ਸਾਹਿਬ ਕਹਿੰਦੇ ਕਿ ਜੇ ਅੰਦਰ ਨਾਮ ਨਹੀਂ ਤੇ ਗੁਰਮੁਖੋ ਇਸ ਸਰੀਰ ਤੋਂ ਨਿਖਿੱਧ ਹੋਰ ਕੋਈ ਚੀਜ਼ ਹੈ ਵੀ ਨਹੀਂ। ਦੇਖੋ ਹਜ਼ੂਰ ਦੇ ਬਚਨਾਂ ਵਿੱਚੋਂ ਵੇ ਆਪ ਜੀ ਗਾਥਾ ਬਾਣੀ ਪੜ੍ਹਦੇ ਤੇ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਨੇ ਗਾਥਾ ਬਾਣੀ ਵਿੱਚ ਜੋ ਪਹਿਲਾ ਸ਼ਲੋਕ ਦਰਜ ਕੀਤਾ ਉਸ ਸ਼ਲੋਕ ਨੂੰ ਕਦੀ ਪੜ੍ਹੋ। ਤੇ ਸਿਰਫ ਅਰਜ਼ ਮੈਂ ਕਰਨੀ ਚਾਹੁੰਦਾ ਕਿ ਨਾਮ ਤੋਂ ਬਿਨਾਂ ਜਿਤਨੇ ਵੀ ਪਦਾਰਥ ਅਸੀਂ ਖਾਣੇ ਪਏ ਹਾਂ ਗੁਰਮੁਖੋ ਗੰਦਗੀ ਦੀ ਤਰ੍ਹਾਂ ਉਸ ਮੂੰਹ ਤੇ ਥੁੱਕਾਂ ਪੈਣਗੀਆਂ। ਇਹ ਬਾਬਾ ਜੀ ਦੇ ਬਚਨ ਨੇ। ਹਜ਼ੂਰ ਨੇ ਕਿਹਾ ਜੇ ਤੂੰ ਇਹ ਸੋਚਣਾ ਕਿ ਮੇਰੇ ਸਰੀਰ ਦੀ ਚਮੜੀ ਬਹੁਤ ਸੁੰਦਰ ਹੈ, ਮੈਂ ਆਪਣੇ ਤਨ ਤੇ ਅਨੇਕਾਂ ਤਰ੍ਹਾਂ ਦੀ ਸੁਗੰਧੀ ਲਾਨਾ ਵਾਂ, ਮੁਸ਼ਕ ਕਪੂਰ ਲਾਨਾ, ਖਿੜੇ ਹੋਏ ਫੁੱਲ ਮੈਂ ਲਾਨਾ ਵਾਂ, ਤੇ ਸਾਹਿਬ ਕਹਿੰਦੇ ਨੇ ਸੱਚ ਜਾਣੀ ਤੇਰਾ ਸਰੀਰ ਇੰਨਾ ਕੁ ਨਿਖਿੱਤ ਹੈ ਕਿ ਖਿੜੇ ਹੋਏ ਫੁੱਲਾਂ ਨੂੰ ਤੋੜ ਕੇ ਤਨ ਤੇ ਲਾਨਾ, ਕੀਮਤੀ ਸੁਗੰਧੀ ਤੂੰ ਆਪਣੇ ਤਨ ਦੀ ਚਮੜੀ ਤੇ ਲਾਨਾ, ਉਹ ਫੁੱਲ ਕਈ ਦਿਨ ਬੂਟੇ ਨਾਲ ਲੱਗਾ ਰਹੇ ਤੇ ਉਹਦੀ ਮਹਿਕ ਲੋਕ ਮਾਣਦੇ ਨੇ, ਪਰ ਜਿੱਦਣ ਤੇਰੇ ਸਰੀਰ ਦੇ ਨਾਲ ਲੱਗ ਗਏ ਕੁਝ ਘੰਟਿਆਂ ਤੋਂ ਬਾਅਦ ਤੇਰੀ ਚਮੜੀ ਦੀ ਸੰਗਤ ਕਰਕੇ ਉਸ ਫੁੱਲ ਵਿੱਚੋਂ ਵੀ ਬਦਬੂ ਆਉਣ ਲੱਗ ਪੈਂਦੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਰਪੂਰ ਪੋਪ ਸੁਗੰਧਾ, ਮੁਸ਼ਕ ਕਪੂਰ, ਪੋਪ ਦਾ ਅਰਥ ਖਿੜੇ ਹੋਏ ਫੁੱਲ ਤੇ ਸੁਗੰਧਾ ਦਾ ਅਰਥ ਕਰਾਂਗੇ ਸੁਗੰਧੀ ਵਾਲੇ ਪਦਾਰਥ। ਕਰਪੂਰ ਪੋਪ ਸੁਗੰਧਾ ਪਰਸ ਮਨੁੱਖ ਹੈ ਦੇਹੰਗ ਮਲੀਣਗ, ਜਦੋਂ ਮਲੀਣ ਮਨੁੱਖ ਦੇ ਸਰੀਰ ਨੂੰ ਉਹ ਸਪਰਸ਼ ਕਰਦੇ ਨੇ ਉਹ ਛੂੰਹਦੇ ਨੇ
ਤੇ ਸਾਹਿਬ ਕਹਿਣ ਲੱਗੇ ਫਿਰ ਇਹਨਾਂ ਦੀ ਸੁਗੰਧੀ ਵੀ ਜਾਂਦੀ ਰਹਿੰਦੀ ਹੈ ਕਿਉਂ ਮੱਝਾਂ ਬੰਦੇ ਤੇਰੇ ਅੰਦਰ ਹੈ ਕਿ ਵਿੱਚ ਮਤ ਮਾਣ ਕਰੀ ਨਾਮ ਕਰਕੇ ਤੇਰੀ ਕੀਮਤ ਤੇ ਨਾਮ ਤੋਂ ਬਿਨਾਂ ਕੋਈ ਤੇਰੀ ਕੀਮਤ ਨਹੀਂ ਹੈ ਠੀਕ ਹੈ ਚਾਰ ਦਿਨ ਦੌਲਤ ਇਕੱਠੀ ਕਰ ਜਾਏਗਾ ਦੁਨੀਆਂ ਵਿੱਚ ਨਾਮ ਨਾ ਬਣ ਜਾਏਗਾ ਪਰ ਰੱਬ ਦੇ ਦਰਗਾਹ ਵਿੱਚ ਨਹੀਂ ਸਾਹਿਬ ਕਹਿਣ ਲੱਗੇ ਮੱਝਾਂ ਮੱਝਾਂ ਦਾ ਅਰਥ ਤੇਰੇ ਅੰਦਰ ਮਿੱਝ ਹੈ ਰੁਦਰ ਅੰਦਰ ਖੂਨ ਹੈ ਦੁਰਗੰਧਾਂ ਤੇ ਤੇਰੇ ਸਰੀਰ ਵਿੱਚ ਇੱਕ ਗੰਧ ਦੀ ਪੋਟਲੀ ਤੇ ਜੇ ਨਾਮ ਨਹੀਂ ਤੇ ਇਸ ਗੰਧ ਦੀ ਪੋਟਲੀ ਤੇ ਇਸ ਮਿੱਝ ਤੇ ਇਹਨਾਂ ਨਾੜੀਆਂ ਦਾ ਮਾਣ ਕਰੀ ਬੈਠਾ ਕਰਪੂਰ ਕੋਪ ਸੁਗੰਧਾ ਪਰਸ਼ ਮਨੁੱਖਨ ਦੇਹ ਮਲੀਨੰਗ ਦੇਹ ਮਲੀਨੰਗ ਮੱਝਾ ਰੁਦਰ ਦੁਰਗੰਧਾ ਨਾਨਕ ਅਤ ਗਰਬੇਣ ਅਗਿਆਨੋ ਹੇ ਅਗਿਆਨੀ ਬੰਦੇ ਇਹਨਾਂ ਦੇਹੀ ਦਾ ਮਾਣ ਪਿਆ ਕਰਨਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੂੰ ਪੜ੍ਹਦਿਆਂ ਸ਼ਲੋਕ ਸਹਿਸਕ੍ਰਿਤੀ ਵਿੱਚ ਵੀ ਹਜ਼ੂਰ ਨੇ ਇਸ ਸਰੀਰ ਦੀ ਬਣਤਨ ਸੰਬੰਧੀ ਇਸ ਸਰੀਰ ਦੇ ਢਾਂਚੇ ਸੰਬੰਧੀ ਕਿਰਪਾ ਭਰਿਆ ਬਚਨ ਕਿਹਾ ਸਹਿਬ ਫਰਮਾਉਂਦੇ ਨੇ ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣੇ ਨਵੰਤਾਂ ਦਵਾਰੰਗ ਭੀਤ ਰਹਿਤੰਗ ਬਾਏ ਰੂਪੰਗ ਅਸਥੰਬਣੇ ਕਾਚ ਕੋਟੰਗ ਸਰੀਰ ਇੱਕ ਕੱਚ ਦਾ ਕਿਲਾ ਹੈ ਰਚੰਤ ਤੋਇੰਗ ਤੋਏ ਦਾ ਵੈਸੇ ਅਖਰੀ ਅਰਥ ਦਾ ਪਾਣੀ ਇਹ ਕੱਚ ਦਾ ਕਿਲਾ ਪਾਣੀ ਦੀ ਇੱਕ ਬੂੰਦ ਤੋਂ ਬਣਿਆ ਹੈ ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣੇ ਤੇ ਰੱਬ ਨੇ ਇਹਦੇ ਉੱਤੇ ਆ ਚਮੜੀ ਦਾ ਤੇ ਖੂਨ ਦਾ ਲੇਪਣ ਕੀਤਾ ਹੋਇਆ ਲੇਪਨੰਗ ਰਕਤ ਚਰਮਣੇ ਨਵੰਗ ਤਾਂ ਦਵਾਰੰਗ ਭੀਤ ਰਹਿਤੰਗ ਨੌ ਦਰਵਾਜੇ ਨੇ ਸੱਜਣਾ ਭੀਤ ਦਾ ਅਰਥ ਵੈਸੇ ਦੁਆਰ ਤੇ ਭਿੱਤ ਦੋ ਸ਼ਬਦ ਨੇ ਦੁਆਰ ਦਾ ਅਰਥ ਆਪਾਂ ਕਰਨੇ ਜਿਸ ਰਸਤੇ ਆਉਂਦੇ ਜਾਂਦੇ ਆਪਾਂ ਦੋ ਸ਼ਬਦ ਵਰਤਣੇ ਇੱਕ ਦਰਵਾਜਾ ਤੇ ਦੂਜੇ ਦਰਵਾਜੇ ਦੇ ਕਿਵਾੜ ਨਵੰਗ ਤਾਂ ਦਵਾਰੰਗ ਭੀਤ ਰਹਿਤੰਗ ਨੌ ਦਰਵਾਜੇ ਨੇ ਸੱਜਣਾ ਰੋਕਣ ਵਾਲਾ ਕਿਵਾੜ ਕੋਈ ਨਹੀਂ ਬਾਏ ਰੂਪੰਗ ਅਸਥੰਭਣੇ ਤੇ ਇਹ ਕੱਚ ਦਾ ਕਿਲਾ ਜੇ ਰੁਕਿਆ ਹੈ ਇਹਦੇ ਰੁਕਣ ਦਾ ਇੱਕੋ ਕਾਰਨ ਕਿ ਇਹਨੂੰ ਪਵਨ ਦੀ ਹਵਾ ਦੀ ਥੰਮੀ ਦਿੱਤੀ ਹੋਈ ਹੈ ਦੇਖੋ ਜੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਹੈ ਤੇ ਭਗਤ ਰਵਿਦਾਸ ਜੀ ਦਾ ਸੋਰਠ ਰਾਗ ਦਾ ਸ਼ਬਦ ਪੜ੍ਹੋ ਉਹਦੇ ਵਿੱਚ ਵੀ ਉਹਨਾਂ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਤਰ੍ਹਾਂ ਸਾਡੇ ਇਸ ਸਰੀਰ ਦੀ ਬਣਤਨ ਸੰਬੰਧੀ ਕਿਰਪਾਲਤਾ ਕੀਤੀ ਹਜ਼ੂਰ ਦਾ ਬਚਨ ਆਪ ਜੀ ਸਾਰੇ ਪੜ੍ਹਦੇ ਸੁਣਦੇ ਹੋ ਆਮ ਤੌਰ ਤੇ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ ਤੇ ਇਹ ਸ਼ਬਦ ਪੜ੍ਹਿਆ ਜਾਂਦਾ ਇਸ ਸ਼ਬਦ ਦੇ ਪਵਿੱਤਰ ਬਚਨ ਨੇ ਜਲ ਕੀ ਭੀਤ ਪਵਨ ਕਾ ਥੰਭਾ ਸਰੀਰ ਕੀ ਪਾਣੀ ਦੀ ਇੱਕ ਕੰਧ ਹੈ ਤੇ ਸਵਾਸਾਂ ਦੀ ਇੱਕ ਥੰਮੀ ਜਲ ਕੀ ਭੀਤ ਪਵਨ ਕਾ ਥੰਭਾ ਰਕਤ ਬੂੰਦ ਕਾ ਗਾਰਾ ਭਾਵੇਂ ਸੀ ਸ਼ਬਦ ਉੱਥੇ ਬੂੰਦ ਵਰਤਨੇ ਆ ਸਹਿਬ ਕਿਰਪਾ ਕਰਨ ਮੈਂ ਭੁੱਲਾਂ ਨਾ ਕਿ ਉੱਥੇ ਸ਼ਬਦ ਬੂੰਦ ਨਹੀਂ ਸ਼ਬਦ ਉੱਥੇ ਬੂੰਦ ਹੈ ਅਰਥ ਉਹਦੇ ਬੂੰਦ ਹੀ ਹੈ ਰਕਤ ਬੂੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਸਾਹਿਬ ਕਹਿੰਦੇ ਨੇ ਖੱਡੀਆਂ ਮਾਸ ਮਿੱਜ ਇਕੱਠੀ ਕਰਕੇ ਰੱਬ ਨੇ ਇਹ ਪਿੰਜਰਾ ਬਣਾਇਆ ਤੇ ਇਸ ਪਿੰਜਰੇ ਦੇ ਵਿੱਚ ਜੀਵ ਆਤਮਾ ਪੰਛੀ ਰਹਿੰਦਾ ਪਿਆ ਸਰੀਰ ਤੇਰਾ ਆ ਕੁਝ ਹੁਣ ਸਰੀਰ ਨੂੰ ਲੈ ਕੇ ਅਸੀਂ ਦੁਨੀਆਂ ਦੇ ਰਸ ਤਾਂ ਚੱਕੀਏ ਤੇ ਜੇ ਨਾਮ ਦਾ ਰਸ ਨਹੀਂ ਚੱਕਿਆ ਤੇ ਸਾਹਿਬ ਕਹਿੰਦੇ ਨੇ ਕਿ ਤੇਰੇ ਸਰੀਰ ਨੂੰ ਲਾਹਨਤ ਪਏਗੀ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਚਨ ਆਪਾਂ ਪੜ੍ਹਨੇ ਆ ਹਜ਼ੂਰ ਨੇ ਕਿਰਪਾ ਭਰਿਆ ਇੱਕ ਬਚਨ ਕਿਹਾ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਘੱਠਾ ਘੱਠਾ ਦਾ ਅਰਥ ਹੁੰਦਾ ਘਸ ਜਾਣਾ
ਜਿੱਦਣ ਦਾ ਜਨਮ ਹੋਇਆ ਜਨਮ ਤੋਂ ਲੈ ਕੇ ਮੌਤ ਤੱਕ ਖਾਂਦਿਆਂ ਖਾਂਦਿਆਂ ਮੂੰਹ ਘਸ ਗਏ ਤੇ ਪਾਉਂਦਿਆਂ ਪਾਉਂਦਿਆਂ ਤਨ ਦੇ ਸਾਰੇ ਅੰਗ ਜਿਹੜੇ ਨੇ ਉਹ ਵੀ ਨਿਰਬਲ ਹੋ ਗਏ। ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪੈ ਨੰਦਿਆਂ ਸਭ ਅੰਗ ਤੇ ਸਾਹਿਬ ਕਹਿੰਦੇ ਨੇ 100 ਸਾਲ ਉਮਰ ਭੋਗਦਿਓਂ ਤ੍ਰਿਕ ਤਿੰਨਾਂ ਦਾ ਜੀਵਿਆ ਜਿਹਨਾਂ ਸੱਚ ਨਾ ਲੱਗੋ ਰੰਗ। ਉਹਨਾਂ ਦਾ ਜੀਵਨ ਤਰਕਾਰ ਜੋਗ ਜਿਹਨਾਂ ਨੂੰ ਸੱਚੇ ਵਾਹਿਗੁਰੂ ਜੀ ਦੇ ਨਾਮ ਦਾ ਗੰਧ ਨਹੀਂ ਲੱਗਾ। ਸਾਹਿਬ ਕਿਰਪਾ ਕਰ ਰਹੇ ਨੇ ਕਿ ਨਾਮ ਤੋਂ ਬਿਨਾਂ ਜਿਤਨੇ ਰਸ ਖਾਏ ਉਹ ਤਿਰਕਾਰ ਯੋਗ ਨੇ ਤੇ ਰਸਾਂ ਵਿੱਚ ਇੰਨਾ ਕੁ ਸਰੀਰ ਖਚਤ ਹੋ ਜਾਂਦਾ ਹੈ ਕਿ ਨਾਮ ਦੇ ਰਸ ਨੂੰ ਇਹ ਚੱਖਦਾ ਵੀ ਨਹੀਂ। ਹਾਂ ਜ਼ਰੂਰ ਪੁੱਛਨੇ ਜ਼ਰੂਰ ਹਾਂ ਕਿ ਨਾਮ ਦਾ ਰਸ ਕਿਵੇਂ ਆਵੇ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਰਸ ਹੈ ਨਾਮ ਵਿੱਚ, ਇਹ ਤਾਂ ਅਮਿਓ ਰਸ ਹੈ ਤੇ ਜਿੰਨਾ ਚੱਖਿਆ। ਉਹਨਾਂ ਨੇ ਇੱਕ ਗੱਲ ਬਾਣੀ ਵਿੱਚ ਕਹਿ ਦਿੱਤੀ ਕਿ ਜਿਤਨੇ ਰਸ ਤੂੰ ਦੁਨੀਆਂ ਦੇ ਚੱਖੇ ਨਹੀਂ, ਜਿਤਨ ਕਿਤੇ ਪਿਆਰੇ ਦੇ ਨਾਮ ਦੇ ਪਿਆਲੇ ਦੀ ਇੱਕ ਬੂੰਦ ਮਿਲ ਗਈ ਨਾ, ਉਦਨ ਤੇਰਾ ਅੰਦਰ ਬੋਲ ਕੇ ਕਹੇਗਾ ਦੁਨੀਆਂ ਦੇ ਰਸ ਇਸ ਸਾਹਮਣੇ ਕੁਛ ਵੀ ਨਹੀਂ। ਪਰ ਅਸੀਂ ਜੋ ਛੱਕਦੇ ਹਾਂ, ਦੇਖੋ ਹੁਣ ਇਹਦਾ ਅਰਥ ਇਹ ਨਹੀਂ ਕਿ ਗੁਰੂ ਸਾਹਿਬ ਨੇ ਕਿਹਾ ਰੋਟੀ ਨਹੀਂ ਖਾਣੀ, ਇਹਦੇ ਅਰਥ ਆਪਾਂ ਦੂਜੇ ਪੱਖ ਤੇ ਨਾ ਲੈ ਜਾਈਏ। ਪਿਛਲੇ ਦਿਨ ਕਥਾ ਕਰਦੇ ਆਇਆ ਸੀ ਕਿ ਬਾਂਦਰਾ ਸਦੀਵ ਪਾਏ ਲਾਂਗੇ ਫਿਰਤ ਹੈ। ਦੇਖੋ ਇੱਥੇ ਕਈ ਸੱਜਣ ਆਪਣੇ ਢੰਗ ਨਾਲ ਅਰਥ ਕਰਦੇ ਨੇ, ਮੰਨਣਾ ਨਾ ਮੰਨਣਾ ਉਹ ਜਗਿਆਸੂ ਦੀ ਮਰਜ਼ੀ ਹੈ, ਪਰ ਗੁਰੂ ਦੀ ਗੱਲ ਨੂੰ ਲਕਾਣਾ ਇਹ ਪ੍ਰਚਾਰਕ ਲਈ ਸਭ ਤੋਂ ਵੱਜਰ ਪਾਪ ਹੁੰਦਾ। ਜਦੋਂ ਅਸੀਂ ਗੁਰੂ ਘਰ ਵਿੱਚ ਹੁਣ ਇੱਥੇ ਪਾਠ ਆਉਣਾ ਨਾ ਕਿ ਪਹਿਲਾਂ ਸੁੱਚਾ ਆਪ ਹੋਏ ਵੀ ਸੁੱਚਾ ਚੌਂਕਾ ਬਣਾਇਆ, ਹੁਣ ਇਹਦਾ ਮਤਲਬ ਇਹ ਥੋੜਾ ਵੀ ਜਿੱਥੇ ਲੰਗਰ ਤਿਆਰ ਕੀਤਾ ਜਾਏ ਉਹ ਤਾਂ ਆਪਾਂ ਗੰਦਗੀ ਲੈ ਕੇ ਜਾਣਾ। ਸਮਝੀਏ ਇਸ ਗੱਲ ਨੂੰ, ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਐ ਜਿਸ ਤਰ੍ਹਾਂ ਮਰਜ਼ੀ ਤੁਰੇ ਫਿਰੋ, ਲੰਗਰ ਜਿਸ ਤਰ੍ਹਾਂ ਮਰਜ਼ੀ ਤੁਰੇ ਫਿਰੋ, ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨ ਸ਼ਰਨ ਵਿੱਚ ਹੈ। ਦੇਖੋ ਕੁਝ ਕੁ ਸਾਨੂੰ ਇਖਲਾਕੀ ਤੌਰ ਤੇ ਸੋਚਣਾ ਚਾਹੀਦਾ ਕਿ ਜਦੋਂ ਆਪਾਂ ਗੁਰੂ ਲਈ ਲੰਗਰ ਤਿਆਰ ਕਰਨੇ ਆ ਤੇ ਭੋਜਨ ਪ੍ਰਵਾਨ ਨਹੀਂ ਕਰਾਉਂਦੇ, ਦੇਗ ਤਿਆਰ ਕਰਕੇ ਪ੍ਰਵਾਨ ਨਹੀਂ ਕਰਾਉਂਦੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਮਝਣ ਵਾਲੇ ਗੁਰਸਿੱਖੋ ਮੈਨੂੰ ਖਿਮਾ ਕਰਿਓ, ਇਹਨੂੰ ਬ੍ਰਾਹਮਣੀ ਮੱਤ ਵੱਲ ਨਾ ਖਿੱਚਿਓ। ਮੈਂ ਤਾਂ ਇੱਥੋਂ ਤੱਕ ਕਹਾਂਗਾ ਵੀ ਜਦੋਂ ਹਜ਼ੂਰ ਦੀ ਹਜ਼ੂਰੀ ਵੀ ਜਾਂਦੇ ਹੋ ਤੇ ਇੱਥੋਂ ਤੱਕ ਯਤਨ ਕਰਿਆ ਕਰੀਏ, ਇਹਨੂੰ ਬ੍ਰਾਹਮਣ ਮੱਤ ਵੱਲ ਵਰਤ ਜਾਓ। ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਆਪਾਂ ਵਾਸ਼ਰੂਮ ਜਾਂਦੇ ਹਾਂ, ਸ਼ਾਇਦ ਇੱਕ ਦਿਨ ਅਰਜ਼ ਕੀਤੀ ਸੀ, ਉੱਥੇ ਜਦੋਂ ਵੀ ਪੁਜਾਂਦੇ ਹਾਂ ਤੇ ਮਨੁੱਖੀ ਸਰੀਰ ਦਾ ਢਾਂਚਾ ਜਾਂ ਬਣਤਰ ਐਸੀ ਹੈ ਕਿ ਪਾਣੀ ਦੀਆਂ ਬੂੰਦਾਂ ਮੱਤ ਮੂਤਰ ਦੀਆਂ ਸੂਖਸ਼ਮ ਜਿਹੜੀਆਂ ਕਣੀਆਂ ਦਿਸਦੀਆਂ ਨੇ ਉਹ ਸਾਡੇ ਪੈਰਾਂ ਤੇ ਸਾਡੇ ਕੱਪੜਿਆਂ ਤੇ ਸਾਡੇ ਪਜਾਮਿਆਂ ਦੇ ਪਹੁੰਚਿਆਂ ਤੇ ਡਿੱਗਦੀਆਂ। ਪਰਤ ਕੇ ਆਪ ਮੱਥਾ ਟੇਕਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿੰਦੇ ਹਾਂ ਤੇ ਚੌਂਕੜਾ ਮਾਰ ਕੇ ਕੁਦਰਤੀ ਤੌਰ ਤੇ ਢਾਂਚੇ ਹੀ ਐਸਾ ਹੈ ਕਿ ਉਹੀ ਜਿਹੜੇ ਪਹੁੰਚੇ ਨੇ ਸਾਡੇ ਅੱਗੇ ਆ ਜਾਂਦੇ। ਫਿਰ ਕਰਨੇ ਕੀ ਹੈ, ਇੱਕ ਹੱਥ ਮਾਰ ਲਿਆ ਪਹੁੰਚੇ ਨੂੰ ਤੇ ਦੂਜਾ ਹੱਥ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਲਾਈ ਜਾਂਦੇ ਹਾਂ। ਕਰਮ ਕਾਲ ਨਾ ਸਮਝੋ, ਇਹ ਰਹਿਤ ਹੋਣੀ ਚਾਹੀਦੀ ਹੈ, ਸੁਚਮਤਾ ਜ਼ਰੂਰੀ ਹੈ। ਫਿਰ ਦੇਖੋ ਅਸੀਂ ਹਜ਼ੂਰ ਦੀ ਹਜ਼ੂਰੀ ਵੀ ਜਾਂਦੇ ਹਾਂ, ਆਹ ਹਜ਼ੂਰੀਆ ਕਿਉਂ ਪਾਇਆ ਜੀ? ਵੈਸੇ ਜਦੋਂ ਆਪਾਂ ਸ਼ਬਦ ਪੱਲਾ ਵੀ ਕਹਿੰਦੇ ਹਾਂ, ਪਰਨਾ ਵੀ ਕਹਿੰਦੇ ਹਾਂ, ਮੈਂ ਖੇਨ ਵਿੱਚੋਂ ਨਿਕਲਿਆ, ਪੜ੍ਹੇ ਲਿਖੇ ਲੋਕ ਹੋ ਸਕਦਾ ਉਹਨਾਂ ਨੂੰ ਇਹ ਗੱਲ ਫਿੱਟ ਨਾ ਪਏ, ਗੱਲ ਵੱਖਰੀ ਹੈ। ਹਜ਼ੂਰੀਆ ਕਿਉਂ ਪਾਇਆ? ਆਮ ਤੌਰ ਤੇ ਇਹਦੇ ਦੋ ਅਰਥ ਕੀਤੇ ਜਾਂਦੇ ਨੇ। ਇੱਕ ਤਾਂ ਹਜ਼ੂਰ ਦੀ ਹਾਜ਼ਰੀ ਵੀ ਜਦੋਂ ਜਾਂਦਾ ਸਿੱਖ ਅਰਦਾਸੀਆ ਖਾਸ ਕਰਕੇ, ਉਹਨੇ ਪਹਿਲੀ ਗੱਲ ਵਿੱਚ ਪੱਲਾ ਪਾ ਲਿਆ, ਦਾਤਾ ਮੈਂ ਆਪਣੇ ਔਗਣ ਸਵੀਕਾਰ ਕਰਨਾ ਪਿਆ, ਮੈਂ ਸਾਰਾ ਔਗਣਾ ਨਾਲ ਭਰਿਆ ਸੀ। ਕਹਿੰਦੇ ਫਲਾਣੇ ਬੰਦੇ ਦੇ ਗੱਲ ਵਿੱਚ ਪੱਲਾ ਪਾਓ, ਪਾਓ ਇਹਦੇ ਗੱਲ ਸਾਫ ਆ,
ਆਮ ਤੌਰ ਤੇ ਪਿੰਡਾਂ ਥਾਵਾਂ ਤੇ ਵਰਦੇ ਨੇ ਸ਼ਬਦ, ਇਹਦਾ ਮਤਲਬ ਉਹ ਦੋਸ਼ੀ ਹੈ। ਗੱਲ ਵਿੱਚ ਪਾਇਆ ਹੋਇਆ ਪੱਲਾ, ਗੱਲ ਵਿੱਚ ਪਾਇਆ ਹੋਇਆ ਸਾਫਾ, ਗੱਲ ਵਿੱਚ ਪਾਇਆ ਹੋਇਆ ਹਜ਼ੂਰੀਆ, ਇਹ ਪ੍ਰਤੀਕ ਦਾਤਾ ਕਿ ਮੈਂ ਪਹਿਲੀ ਆਪਣੇ ਗੁਨਾਹ ਮੰਨਣ ਨੂੰ ਤਿਆਰ ਹਾਂ, ਮੈਂ ਔਗਣਾ ਨਾਲ ਭਰਿਆ। ਦੂਸਰੀ ਗੱਲ, ਇੱਕ ਕਰਨੀ ਵਾਲੇ ਦੇ ਅਰਥ ਕਰਦੇ ਸਨ ਕਿ ਗੱਲ ਵਿੱਚ ਪਰਨਾ ਪਾਇਆ ਹੀ, ਤੇ ਗੁਰਮੁਖਾ ਇੱਕ ਗੱਲ ਚੇਤੇ ਰੱਖੀ, ਪਰਨਾ ਕਿਤੇ ਪੇਂਡੂ ਜ਼ਿਮੀਦਾਰ ਨੂੰ ਪੁੱਛ ਕੇ ਦੇਖੋ ਪਰਨੇ ਦੇ ਅਰਥ ਕੀ। ਵੈਸੇ ਪਰਨੇ ਦਾ ਅਰਥ ਸਹਾਰਾ ਵੀ ਹੁੰਦਾ, ਹੁਣ ਇਹਦੇ ਮੈਂ ਸਿਰਫ ਅਰਥ ਕਰ ਰਿਹਾ। ਕਹਿੰਦੇ ਨੇ ਮਾਲਕ ਦੀ ਮਰਜ਼ੀ ਏ, ਕਈ ਵਾਰੀ ਉਹ ਘਰੋਂ ਤੁਰਦਾ ਤੇ ਮੋਢੇ ਤੇ ਪਰਨਾ ਰੱਖ ਲੈਂਦਾ ਸੀ, ਕਈ ਵਾਰੀ ਉਹ ਘਰੋਂ ਤੁਰਦਾ ਸੀ ਤੇ ਉਹਨੇ ਸਿਰ ਤੇ ਪਰਨਾ ਬੰਨ ਲੈਣਾ ਜਿਹੜਾ ਮੋਢੇ ਤੇ ਰੱਖਣਾ, ਲੋੜ ਪੈਣੀ ਉਹਨੇ ਆਪਣੇ ਲੱਕ ਨਾਲ ਘੁੱਟ ਕੇ ਪਰਨਾ ਬੰਨ ਲੈਣਾ, ਇੱਥੋਂ ਤੱਕ ਜੇ ਲੋੜ ਪੈਣੀ ਪਿੱਟਾ ਪੈਰਾਂ ਤੇ ਮਿੱਟੀ ਲੱਗਣੀ, ਉਹਨੇ ਉਸ ਪਰਨੇ ਨਾਲ ਪੈਰਾਂ ਤੇ ਪਏ ਕੋਈ ਮਿੱਟੀ ਦੇ ਕਣ ਵੀ ਝਾੜ ਦੇਣੇ। ਤੇ ਪਰਨਾ ਕਦੀ ਨਹੀਂ ਸੀ ਕਹਿੰਦਾ ਵੀ ਸਿਰ ਤੇ ਬੰਨਿਆ ਮੈਨੂੰ ਪੈਰਾਂ ਤੇ ਲੈ ਆਇਆ। ਇਹਦਾ ਮਤਲਬ ਦਾਤਾ ਪਰਨਾ ਗੱਲ ਵਿੱਚ ਪਾ ਕੇ ਪਰਨੇ ਦੀ ਤਰ੍ਹਾਂ ਸਮਰਪਿਤ ਆ, ਤੇਰੀ ਮਰਜ਼ੀ ਇਹ ਚਰਨਾਂ ਵਿੱਚ ਰੱਖ ਲਈ, ਤੇਰੀ ਮਰਜ਼ੀ ਇਹ ਗਲੇ ਨਾਲ ਲਾ ਲਈ, ਤੇਰੀ ਮਰਜ਼ੀ ਵਡਿਆਈ ਦੇ ਦੀ, ਮੈਂ ਤੇਰੇ ਦਰ ਦਾ ਪਰਨਾ ਬਣ ਕੇ ਆਇਆ। ਦੇਖੋ ਜਦੋਂ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵੀ ਜਾਣਾ, ਇਸ਼ਨਾ ਹੱਥ ਧੋ ਕੇ ਆਉਂਦੇ ਹਾਂ। ਮੈਂ ਥੋੜਾ ਜਿਹਾ ਰੁਕਿਆ ਇਸ ਕਰਕੇ ਵੀ ਸਤਿਗੁਰੂ ਦੀ ਮਰਿਆਦਾ ਨੂੰ ਭੈ ਭਾਵਣੀ ਨਾਲ ਮੰਨੀਏ ਤੇ ਭਲਾ ਹੋਵੇਗਾ। ਨਾ ਮੰਨੋਗੇ ਅਹੰਕਾਰ ਚ ਕਿੰਨੇ ਕੁ ਦਿਨ ਕੱਢ ਲਓਗੇ, ਆਖਿਰ ਇੱਕ ਦਿਨ ਚ ਤਾਨੇ ਮਿੱਟੀ ਹੋਣਾ। ਅਸੀਂ ਇਸ਼ਨਾ ਹੱਥ ਧੋ ਕੇ ਆਉਂਦੇ ਹਾਂ, ਜਿਤਨਾ ਮਰਜ਼ੀ ਹੱਥ ਸਾਫ ਕਰਕੇ ਆਈਏ, ਕੁਦਰਤੀ ਤੌਰ ਤੇ ਇਹਨਾਂ ਰੇਖਾਵਾਂ ਵਿੱਚ ਚਮੜੀ ਵਿੱਚ ਉਹ ਨਮੀ ਰਹਿੰਦੀ ਹੈ ਪਾਣੀ ਦੀ ਥੋੜੀ ਜਿਹੀ। ਜਦੋਂ ਉਹ ਹੀ ਹੱਥ ਲਿਆ ਕੇ ਗੋਲਕ ਦੇ ਸਾਹਮਣੇ ਥੱਲੇ ਲਾਉਂਦੇ ਆ, ਉਹ ਜਿਤਨੇ ਵੀ ਮਿੱਟੀ ਦੇ ਕਣ ਨੇ ਉਹ ਹੱਥ ਨੂੰ ਲੱਗਦੇ ਨੇ, ਉਹੀ ਹੱਥ ਚੁੱਕ ਕੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਲਾਉਂਦੇ ਨੇ। ਬਰੀਕੀ ਨਾਲ ਸਮਝਣ ਵਾਲੀ ਗੱਲ ਹੈ ਕਿ ਜਦੋਂ ਕਦੀ ਸੂਤੀ ਕੱਪੜੇ ਨਾਲ ਸਾਹਿਬ ਦੇ ਪਵਿੱਤਰ ਸਵਰੂਪ ਨੂੰ ਆਪਾਂ ਸੇਵਾ ਕਰੀਏ ਤੇ ਉਹ ਕਣ ਕੱਪੜੇ ਨੂੰ ਲੱਗਦੇ ਨੇ। ਖੈਰ ਜਿਹੜੀ ਅਰਜ਼ ਕਰ ਰਹੇ ਹਾਂ, ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਜੇ ਸੁਚਮਤਾ ਰੱਖੀਏ, ਅੰਦਰ ਨਾਮ ਨਹੀਂ ਤੇ ਨਾਮ ਤੋਂ ਕੀ ਨਹੀਂ, ਸੁਚਮਤਾ ਵੀ ਇਸ ਤਰ੍ਹਾਂ ਜਿਵੇਂ ਗੰਦਗੀ ਹੋਵੇ, ਉਹਦਾ ਕੋਈ ਅਰਥ ਨਹੀਂ। ਜਿਹੜੀ ਅਰਜ਼ ਕਰ ਰਿਹਾ ਤਾਂ ਸਾਹਿਬ ਨੇ ਕਿਹਾ ਵੀ ਤੂੰ ਸਰੀਰਕ ਤੌਰ ਤੇ ਦੁਨੀਆਂ ਦੇ ਰਸ ਖਾਣਾ ਪਿਆ, ਨਾਮ ਦਾ ਰਸ ਨਹੀਂ ਚੱਖਿਆ, ਤੇ ਹਜ਼ੂਰ ਕਹਿੰਦੇ ਨੇ ਰਸ ਦੇਖੋ ਕਿੰਨੇ ਕੁ ਲੱਗੇ। ਸਾਹਿਬ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ, ਸ੍ਰੀ ਰਾਗ ਦਾ ਇੱਕ ਸ਼ਬਦ ਹੁੰਦਾ ਹੈ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਤੇ ਤੋ ਕੇ ਮੈਂ ਆਧਾਰ ਬਣਾਈ, ਜਿਤ ਮੁਖ ਨਾਮ ਨਾ ਉਚਰੈ ਵਿਣ ਨਾਵੈ, ਰਸ ਖਾਏ ਭੋਗਣੇ ਰਸ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ, ਪਰ ਨਾਮ ਚੇਤੇ ਨੀ ਆਇਆ। ਸਾਹਿਬ ਕਹਿਣ ਲੱਗੇ ਪਿਆਰੇ ਇੰਨੇ ਰਸ ਤਿੰਨ ਚਮੜੇ ਨੇ, ਰਸ ਮੀਠਾ ਰਸ ਮਾਸ, ਇਸੇ ਰਸ ਸਰੀਰ ਕੇ ਕਹਿ ਸਤ ਨਾਮ ਨਿਵਾਸ। ਉਹ ਸੱਜਣਾ ਇੰਨੇ ਰਸ ਪਹਿਲਾਂ ਭਰੀ ਬੈਠੇ, ਨਾਮ ਲਈ ਤੂੰ ਥਾਂ ਛੱਡੀ ਹੈ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਦੇਖ ਨਾਮ ਬਿਨਾਂ ਜੋ ਪੈਰ ਹੈ ਖਾਏ, ਜਿਉਂ ਕੂਕਰ ਜੂਠ ਮੈਂ ਪਾਏ, ਜਿਵੇਂ ਕੁੱਤਾ ਜੂਠੇ ਭਾਂਡਿਆਂ ਵਿੱਚ ਮੂੰਹ ਮਾਰਦਾ ਪਿਆ, ਨਾਮ ਤੋਂ ਬਿਨਾਂ ਤੇਰਾ ਖਾਣਾ ਇਸ ਤਰ੍ਹਾਂ ਜਿਵੇਂ ਭਾਂਡੇ ਵਿੱਚ ਮੂੰਹ ਮਾਰਦਾ ਕੂਕਰ ਹੈ। ਨਾਮ ਬਿਨਾਂ ਜੋ ਪੈਰ ਹੈ ਖਾਏ, ਜਿਉਂ ਕੂਕਰ ਜੂਠ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਕਹਿਣ ਲੱਗੇ ਨਾਮ ਤੋਂ ਬਿਨਾਂ ਤੇਰੇ ਜਿਹੜੇ ਸ਼ਿੰਗਾਰ ਨੇ, ਤੇਰੇ ਵਸਤਰ ਇਸ ਤਰ੍ਹਾਂ ਨੇ ਜਿਵੇਂ ਮਰੇ ਹੋਏ ਬੰਦੇ ਉੱਤੇ ਕੀਮਤੀ ਰੇਸ਼ਮ ਕੋਈ ਪਾ ਦੇ, ਮਰਦੇ ਮਰੇ ਨੂੰ ਉਸ ਰੇਸ਼ਮ ਦਾ ਕੋਈ ਭਾਅ ਹੈ। ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ।
ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੇ ਨਹੀਂ ਤਨ ਮੈਂ ਰੋਗ ਉਹਦੇ ਸਰੀਰ ਨੂੰ ਵੀ ਸੁਖ ਨਹੀਂ ਪਰ ਜਿਨ੍ਹਾਂ ਨੇ ਉਸ ਨਾਮ ਨੂੰ ਚੱਖਿਆ ਰਸ ਨੂੰ ਚੱਖਿਆ ਉਹਨਾਂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕਹਿਣ ਲੱਗੇ ਦੁਨੀਆਂ ਦੇ ਲੋਕੋ ਚੱਕ ਕੇ ਦੇਖੋ ਤੇ ਬਾਬੇ ਫਰੀਦ ਨੇ ਕੀ ਉਹਨਾਂ ਰਸਾਂ ਨੂੰ ਮਾਣਿਆ ਨੇ ਉਹ ਰਸ ਚੱਕ ਕੇ ਤੇ ਜਦੋਂ ਸਾਈਂ ਦਾ ਰਸ ਚੱਖਿਆ ਤੇ ਸੂਫੀ ਸੰਤ ਨੂੰ ਇਹ ਸ਼ਬਦ ਕਹਿਣੇ ਪਏ ਕਿ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਪਿਆਰਿਓ ਸਭੇ ਵਸਤੂ ਮਿੱਠੀਆਂ ਰਾਬਣਾ ਪੂਜਨ ਤੁਧ ਸਾਈਂ ਦੇ ਬਰਾਬਰ ਉਹਦੇ ਨਾਮ ਦੇ ਰਸ ਬਰਾਬਰ ਹੋਰ ਕੋਈ ਰਸ ਨਹੀਂ ਅੱਜ ਮੇਰੇ ਸਤਿਗੁਰੂ ਨੇ ਸ਼ਲੋਕ ਆਪਾਂ ਨਾਲ ਲੈ ਕੇ ਤੁਰਨੇ ਨੇ ਪਹਿਲਾ ਬਚਨ ਕਿਹਾ ਕਹਿਣ ਲੱਗੇ ਪਹਿਲਾਂ ਸੁੱਚਾ ਆਪ ਹੋਏ ਕਹਿੰਦੇ ਸਭ ਤੋਂ ਪਹਿਲਾਂ ਵੈਸੇ ਦੇ ਅਰਥ ਕੀਤੇ ਨੇ ਬ੍ਰਾਹਮਣ ਕਿਸੇ ਘਰ ਭੋਜਨ ਛਕਣ ਜਾਂਦਾ ਸਭ ਤੋਂ ਪਹਿਲਾਂ ਉਹਨੇ ਆਪਣੇ ਤਨ ਨੂੰ ਇਸ਼ਨਾਨ ਕਰਾਇਆ ਆਪ ਸੁੱਚਾ ਹੋਇਆ ਇਹਦੇ ਅਰਥ ਕਰਾਂਗੇ ਪਹਿਲਾਂ ਸੁੱਚਾ ਆਪ ਹੋਏ ਫਿਰ ਕਰਾਂਗੇ ਸੁੱਚਾ ਬੈਠਾ ਆਏ ਹੁਣ ਸੁੱਚੇ ਬੈਠੇ ਦਾ ਅਰਥ ਜਿਹੜਾ ਅੱਗੇ ਚੌਂਕਾ ਵੀ ਉਹਨੇ ਬੜਾ ਸੁੱਚਾ ਬਣਾਇਆ ਸੀ ਸਰੀਰ ਆਪਣੇ ਨੂੰ ਧੋਤਾ ਸੁਚਮਤਾ ਧਾਰਨ ਕੀਤੀ ਪਰਤ ਕੇ ਉਹਨੇ ਚੌਂਕਾ ਵੀ ਸੁੱਚਾ ਬਣਾਇਆ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਕਹਿਣ ਲੱਗੇ ਸੁੱਚੇ ਹੁਣ ਇੱਥੇ ਚੱਚੇ ਨੂੰ ਇੱਕ ਲਾਏ ਸੁੱਚੇ ਸੁੱਚੇ ਅੱਗੇ ਰੱਖਿਓਨ ਜਿਹੜਾ ਬੰਦਾ ਇਹਦੇ ਲਈ ਥਾਲ ਪਰੋਸ ਕੇ ਲਿਆਇਆ ਉਹਨੇ ਵੀ ਇਸ਼ਨਾਨ ਕੀਤਾ ਉਹ ਵੀ ਸੁੱਚਾ ਕੋਈ ਨਾ ਧਿਓ ਜਾਏ ਤੇ ਜਿਹੜਾ ਭੋਜਨ ਇਹਨੂੰ ਛਕਾਣ ਲੱਗਾ ਅੱਜ ਟੀਕਰਾਂ ਅਜੇ ਤੱਕ ਉਸ ਭੋਜਨ ਨੂੰ ਕਿਸੇ ਨੇ ਛੂਹਿਆ ਨਹੀਂ ਉਹ ਪਿਟਿਆ ਨਹੀਂ ਤੇ ਵੈਸੇ ਬਾਬਾ ਜੀ ਨੇ ਤੇ ਚੌਂਕਿਆਂ ਵਾਲੀ ਗੱਲ ਨਹੀਂ ਮੰਨੀ ਦੇਖੋ ਹਜ਼ੂਰ ਭਾਈ ਲਾਲੋ ਦੇ ਘਰ ਗਏ ਨੇ ਉਹਦੇ ਘਰ ਜਦੋਂ ਪਹੁੰਚੇ ਨੇ ਨਾ ਤੇ ਉੱਥੇ ਸਭ ਤੋਂ ਪਹਿਲੀ ਇਤਿਹਾਸ ਵਿੱਚ ਇਹ ਉਦਾਹਰਣ ਮਿਲਦੀ ਹੈ ਕਿ ਬਾਬਾ ਜੀ ਨੇ ਖੁਦ ਬੋਲ ਕੇ ਕਿਹਾ ਹੋਵੇ ਕਿ ਭੋਜਨ ਤਿਆਰ ਕਰ ਭੁੱਖ ਲੱਗੀ ਲੰਗਰ ਛਕਣਾ ਬੜੇ ਵੱਡੇ ਭਰਮ ਨੂੰ ਤੋੜਿਆ ਮੇਰੇ ਬਾਬਾ ਨਾਨਕ ਜੀ ਨੇ ਜਦੋਂ ਭਾਈ ਲਾਲੋ ਦੇ ਘਰ ਗਏ ਤੇ ਉਹ ਖੁਸ਼ੀ ਵਿੱਚ ਫੁੱਲਿਆ ਨਹੀਂ ਸੀ ਸਮਾਂਦਾ ਹੁਣ ਉਹਨੂੰ ਖੁਸ਼ੀ ਇੰਨੀ ਵੀ ਬਾਬਾ ਗੁਰੂ ਨਾਨਕ ਸਾਹਿਬ ਮੇਰੇ ਘਰ ਆ ਗਏ ਤੇ ਹਜ਼ੂਰ ਨੇ ਉਹਦੇ ਨਾਲ ਗੱਲਾਂ ਬਾਤਾਂ ਵੀ ਅੱਗੇ ਕੀਤੀਆਂ ਉਹਨੇ ਸੁੱਕੀ ਵੈਸੇ ਸੂਰਜ ਪ੍ਰਕਾਸ਼ ਵਿੱਚ ਲਿਖਿਆ ਬਾਜਰੇ ਦੀ ਰੋਟੀ ਕੋਈ ਕਹਿੰਦਾ ਕੋਦਰੇ ਦੀ ਰੋਟੀ ਗੱਲ ਕੀ ਵੀ ਸੁੱਕਾ ਪ੍ਰਸ਼ਾਦਾ ਤੇ ਸਰੋਂ ਦਾ ਸਾਗ ਉਹਨੇ ਲਿਆਂਦਾ ਤੇ ਨਾਲ ਉਹਨੇ ਸ਼ਬਦ ਵਰਤੇ ਸਨ ਤਪਾ ਜੀ ਚੌਂਕਾ ਤਿਆਰ ਹੈ ਆਓ ਚੌਂਕੇ ਤੇ ਬੈਠ ਕੇ ਭੋਜਨ ਪਾਓ ਹਜ਼ੂਰ ਨੇ ਉੱਤੇ ਸ਼ਬਦ ਵਰਤੇ ਕਹਿਣ ਲੱਗੇ ਸ੍ਰੀ ਮੁਖ ਕਹਿਤ ਪਏ ਜਿਤਨੀ ਧਰਤ ਸਭ ਚੌਂਕਾ ਜਾਣੋ ਕਹਿੰਦੇ ਨੇ ਭਾਈ ਲਾਲੋ ਕਿਹੜੇ ਚੌਂਕੇ ਵਿੱਚ ਪੋਚੇ ਫੇਰੀ ਬੈਠਾ ਹੈ ਬਾਬਾ ਨਾਨਕ ਜੀ ਕਹਿੰਦੇ ਨੇ ਨਾਨਕ ਜੀ ਤਾਂ ਸਾਰੀ ਧਰਤੀ ਰੱਬ ਦਾ ਬਣਾਇਆ ਚੌਂਕਾ ਹੈ ਹਜ਼ੂਰ ਕਹਿਣ ਲੱਗੇ ਸ੍ਰੀ ਮੁਖ ਕਹਿਤ ਪਏ ਜਿਤਨੀ ਧਰਤ ਸਭ ਚੌਂਕਾ ਜਾਣੋ ਕਹਿਣ ਲੱਗੇ ਸੂਚੇ ਸਹੀ ਅਸਲ ਵਿੱਚ ਸੁੱਚੇ ਉਹ ਬੰਦੇ ਨੇ ਜਿਹੜੇ ਸੁੱਚੀ ਵਿਚਾਰ ਵਿੱਚ ਪਏ ਨੇ ਮਨ ਕੋ ਭਰਮ ਮਿਟਾਨੋ ਆਪਣੇ ਮਨ ਦੇ ਭਰਮ ਤੋਂ ਦੂਰ ਕਰਦੇ ਅਸਲ ਵਿੱਚ ਸਾਰੀ ਧਰਤੀ ਚੌਂਕਾ ਹੈ ਤੇ ਸੁੱਚੇ ਉਹ ਨੇ ਜਿਹੜੇ ਪੋਚਾ ਫੇਰਦੇ ਨੇ ਸੁੱਚੇ ਤਾਂ ਉਹ ਨੇ ਜਿਹੜੇ ਆਪਣੇ ਕਿਰਦੇ ਤੋਂ ਸਾਈਂ ਦੇ ਚਰਨਾਂ ਵੀ ਜੁੜੇ ਸਾਹਿਬ ਨੇ ਫਿਰ ਉੱਥੇ ਜਦੋਂ ਭੋਜਨ ਛਕਿਆ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਉਸ ਭੋਜਨ ਨੂੰ ਦੇਖਿਆ ਹੁਣ ਮਨ ਵਿੱਚ ਇੱਕ ਫੁਰਨਾ ਉੱਠਿਆ ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਬਾਬਾ ਇੱਕ ਪਾਸੇ ਤਰਲੇ ਕਰਦੇ ਪਏ ਨੇ ਬ੍ਰਹਮ ਭੋਜ ਵਾਲੇ ਤੇ ਦੂਜੇ ਪਾਸੇ ਸੁੱਕੀ ਰੋਟੀ
ਕਵੀ ਜੀ ਸਿੰਘ ਨੇ ਮਨ ਵਿੱਚ ਇੱਕੋ ਫੁਰਨਾ ਉੱਠਿਆ ਵੀ ਇਹ ਸੁੱਕੀ ਅੰਦਰ ਲੰਘੇਗੀ ਵੀ ਕਿ ਨਹੀਂ। ਹਜ਼ੂਰ ਨੇ ਇੱਕ ਗੱਲ ਕਹੀ, ਭਾਈ ਮਰਦਾਨਾ ਕਿਹੜੀ ਸੋਚੀ ਪੈ ਗਈ? ਹਜ਼ੂਰ ਜਾਣਦੇ ਨੇ ਅੰਦਰ ਨੂੰ ਕਿਹੜੀ ਸੋਚ ਵਿੱਚ ਡੁੱਬ ਗਿਆ। ਕਹਿੰਦਾ ਮਹਾਰਾਜ ਸੋਚ ਤੇ ਕੋਈ ਨਹੀਂ। ਹਜ਼ੂਰ ਕਹਿਣ ਲੱਗੇ, ਦੇਖ ਸੱਜਣਾ ਇੱਕ ਕੋਰ ਇੱਕ ਬੁਰਕੀ ਆਪਣੇ ਹੱਥੋਂ ਤੋੜ ਕੇ ਦਿੱਤੀ। ਕਹਿਣ ਲੱਗੇ ਖਾ ਕੇ ਦੇਖ ਫਿਰ ਬਾਅਦ ਵੀ ਦੱਸੀ। ਜਦੋਂ ਭਾਈ ਸਾਹਿਬ ਨੇ ਉਹ ਬੁਰਕੀ ਤੋੜ ਕੇ ਮੁੱਖ ਵਿੱਚ ਪਾਈ ਤੇ ਕਹਿੰਦੇ ਅੰਦਰ ਇੰਜ ਭਿੱਜ ਗਿਆ ਸਾਰਾ ਕਿ ਜਿਵੇਂ ਅੰਮ੍ਰਿਤ ਰਸ ਕਿਸੇ ਨੇ ਅੰਦਰ ਭਰ ਦਿੱਤਾ ਹੋਵੇ। ਤੇ ਭਾਈ ਮਰਦਾਨਾ ਕਹਿੰਦਾ, ਬਾਬਾ ਭੋਜਨ ਤਾਂ ਬੜੀ ਵਾਰੀ ਪਾਇਆ ਤੇਰੇ ਨਾਲ, ਪਰ ਇਹੋ ਜਿਹਾ ਸਵਾਦ ਕਦੀ ਨਹੀਂ ਆਇਆ। ਚੌਂਕਾ ਕੋਈ ਨੀ, ਪੋਚਾ ਕੋਈ ਨੀ ਫੇਰਿਆ, ਤੇ ਕਦੀ ਦੇਖੋ ਵੀ ਇਹ ਸਵਾਦ ਕਿਉਂ ਆ ਗਿਆ ਜੀ। ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਇਹਦਾ ਕਾਰਨ ਇਹ ਵੇ ਕਿ ਇਹ ਰਸ ਇਹ ਸਵਾਦ ਇਸ ਕਰਕੇ ਆਇਆ ਹੈ ਕਿ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਦਾਨ। ਕਰਮੀ ਵਾਲੇ ਦੇ ਹੱਥ ਦੀ ਸੁੱਕੀ ਰੋਟੀ ਵੀ ਅੰਮ੍ਰਿਤ ਹੈ, ਤੇ ਜੇ ਦੂਜੇ ਪਾਸੇ ਸਾਖਤ ਬੰਦਾ 36 ਪ੍ਰਕਾਰ ਦੀਆਂ ਕਈ ਕੌਲੀਆਂ ਸਜਾ ਕੇ ਆ ਜਾਏ, ਸੱਚ ਜਾਣੀ ਉਹ ਕੌਲੀਆਂ ਵੀ ਜ਼ਹਿਰ। ਭਾਈ ਮਰਦਾਨਿਆ ਦੇਖ, ਵੈਸੇ ਸਾਹਿਬ ਗੁਰੂ ਅਰਜਨ ਦੇਵ ਦਾ ਬਚਨ, ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਖਤ 36 ਪ੍ਰਕਾਰ ਤੇ ਬਿਕੂ ਸਮਾਨ, ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ। ਕਹਿੰਦੇ ਨੇ ਰੱਬ ਦਾ ਪਿਆਰਾ ਕੋਈ ਪਾਟਾ ਹੋਇਆ ਕੰਬਲ ਵੀ ਦੇ ਦੇ, ਤਨ ਢੱਕੀਏ ਤੇ ਲੋਕ ਪਰਲੋਕ ਪੱਟ ਢੱਕੀ ਜਾਂਦੀ ਏ, ਸਾਖਤ ਸਿਰਫੋ ਰੇਸ਼ਮੀ ਪੈਰਤ ਪੱਟ ਖੋਈ। ਸਾਖਤ ਬੰਦੇ ਦੇ ਘਰ ਦੇ ਰੇਸ਼ਮੀ ਸਰੋਤੇ ਪਾ ਕੇ ਵੀ ਪੱਤ ਮਿੱਟੀ ਵਿੱਚ ਰੋਲਦੀ। ਜੇ ਕਿਤੇ ਇਸ ਗੱਲ ਨੂੰ ਹੋਰ ਖੋਲਣਾ ਹੋਵੇ ਤੇ ਕਬੀਰ ਸਾਹਿਬ ਦਾ ਕਦੀ ਉਹ ਸ਼ਬਦ ਪੜਿਓ, ਰਾਜਨ ਕੌਣ ਤੁਮਾਰੇ ਆਵੇ। ਇਹ ਤਾਂ ਕੇਵਲ ਸੁਣਿਆ ਜਾਂਦਾ ਸੀ ਨਾ, ਤੇ ਅੱਜ ਮਾਨੋ ਇਸ ਪਵਿੱਤਰ ਸ਼ਬਦ ਦੇ ਅਰਥ ਬਾਬਾ ਨਾਨਕ ਜੀ ਪੈ ਕਰਦੇ ਨੇ ਕਿ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਏ ਭਾਵੇ, ਖਸਤੀ ਦੇਖ ਭਰਮ ਤੇ ਭੁੱਲਾ ਸ਼੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੁੱਧ ਬਿਦਰ ਕੋ ਪਾਨੂ, ਦੇਖ ਤੇਰੇ ਘਰ ਦਾ ਦੁੱਧ ਤੇ ਇਹਦੇ ਘਰ ਦਾ ਕੋਰੇ ਮੱਟ ਦਾ ਪਾਣੀ। ਕਹਿਣ ਲੱਗੇ ਤੁਮਰੋ ਦੁੱਧ ਬਿਦਰ ਕੋ ਪਾਨੂ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਤੇਰੇ ਘਰ ਦੀ ਖੀਰ ਇਹਦੇ ਘਰ ਦਾ ਅਲੂਣਾ ਸਾਗ, ਮਾਨੋ ਇਹ ਤੇਰੀ ਖੀਰ ਤੋਂ ਕਈ ਗੁਣਾ ਵਧੀਕ ਹੈ। ਤੇ ਸਾਹਿਬ ਕਹਿਣ ਲੱਗੇ, ਉਹ ਕਹਿੰਦੇ ਨੇ ਸਾਰੀ ਰਾਤ ਸਾਈ ਦੇ ਗੀਤ ਗਾਏ। ਖਜੂਰ ਨੇ ਸ਼ਬਦ ਵਰਤੇ, ਪਹਿਲਾਂ ਸੁੱਚਾ ਆਪ ਹੋਏ, ਆਦਮੀ ਪਹਿਲਾਂ ਖਾਣ ਵਾਲਾ ਆਪ ਸੁੱਚਾ ਹੋ ਕੇ ਗਿਆ, ਇਸ਼ਨਾਨ ਕੀਤਾ। ਸਾਹਿਬ ਕਹਿਣ ਲੱਗੇ, ਸੁੱਚਾ ਬੈਠਾ ਆਏ, ਆ ਕੇ ਚੌਂਕਾ ਸੁੱਚਾ ਕੀਤਾ ਸੀ, ਚੌਂਕੇ ਤੇ ਬੈਠ ਗਿਆ। ਸੁੱਚੇ ਅੱਗੇ ਰੱਖਿਓਨ, ਤੇ ਜਿਹਨੇ ਭੋਜਨ ਤਿਆਰ ਕੀਤਾ ਉਹ ਵੀ ਇਸ਼ਨਾਨ ਕਰਕੇ ਥਾਲ ਪਰੋਸ ਕੇ ਅੱਗੇ ਰੱਖਦਾ ਪਿਆ, ਕੋਈ ਨਾ ਭਿੱਖਿਓ ਜਾਏ। ਤੇ ਨਾਲ ਉਹ ਕਹਿੰਦਾ ਹੈ ਕਿ ਬ੍ਰਾਹਮਣ ਜੀ, ਪੰਡਿਤ ਜੀ ਜਾਂ ਸੰਤ ਜੀ, ਮੁਨੀ ਜੀ, ਅੱਜ ਕੀਕਰਾਂ ਜਦੋਂ ਦਾ ਭੋਜਨ ਸੀ ਤਿਆਰ ਕੀਤਾ ਸਵੇਰ ਤੋਂ ਦੁਪਹਿਰ ਤੱਕ, ਸਾਡੇ ਨਿਆਣੇ ਨੇ ਵੀ ਪਾਣੀ ਕੋਈ ਨੀ ਜੇ ਪੀਤਾ, ਕਿਸੇ ਨੇ ਭਿੱਖਿਆ ਨੀ, ਬਿਲਕੁਲ ਸੁੱਚਾ, ਕੋਈ ਨਾ ਭਿੱਖਿਓ ਜਾਏ। ਸੁੱਚਾ ਹੋਏ ਕਹਿ ਜੀ ਲਿਆ, ਸਾਹਿਬ ਕਹਿਣ ਲੱਗੇ ਸੁੱਚਾ ਹੋ ਕੇ, ਸੁੱਚਾ ਭੋਜਨ ਸਮਝ ਕੇ, ਜੇਵਿਆ ਦਾ ਅਰਥ ਹੈ ਖਾਣਾ, ਸੁੱਚਾ ਹੋਏ ਕਹਿ ਜੇਵਿਆ, ਲੱਗਾ ਪੜਨ ਸਲੋਕ, ਖਾਣ ਲੱਗਿਆ ਉਸ ਸਲੋਕ ਪੜਦਾ ਬ੍ਰਾਹਮਣ। ਦੇਖੋ ਗੁਰਮੁਖੋ, ਆਪਾਂ ਵੀ ਜਦੋਂ ਭੋਜਨ ਛਕਦੇ ਹਾਂ ਆਮ ਤੌਰ ਤੇ ਸਲੋਕ ਪੜਨੇ,
ਕਈ ਵਾਰੀ ਇਹ ਸਵਾਲ ਵੀ ਕੀਤਾ ਜਾਂਦਾ ਵੀ ਇਹਦਾ ਅਰਥ ਕੀ ਹੈ, ਕਿਉਂ ਪੜਿਆ ਜਾਂਦਾ ਹੈ। ਬਾਣੀ ਪੜ੍ਹਦਿਆਂ ਗੁਰਪ੍ਰਸਾਦ ਭਰਮ ਕਾ ਨਾਸ਼ ਹੁੰਦਾ ਹੈ। ਆਮ ਤੌਰ ਤੇ ਸਲੋਕ ਪੜ੍ਹਦੇ ਹਾਂ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹ ਸਲੋਕ ਪੜ੍ਹਨੇ ਤੇ ਗੁਰਮੁਖ ਨੇ ਬਹੁਤ ਸੋਹਣੇ ਦੇ ਅਰਥ ਕੀਤੇ ਨੇ। ਉਹ ਕਹਿੰਦੇ ਨੇ ਉਸ ਵੇਲੇ ਇਹ ਨਹੀਂ ਵੀ ਕਿਸੇ ਦੇ ਘਰ ਭੋਜਨ ਛਕਦੇ ਹਾਂ, ਆਪਣੇ ਘਰ ਆਪਣੇ ਹੱਥਾਂ ਨਾਲ ਵੀ ਤਿਆਰ ਕੀਤਾ ਹੋਇਆ ਭੋਜਨ ਛਕਣ ਤੋਂ ਪਹਿਲਾਂ ਇਹ ਪਵਿੱਤਰ ਬਚਨ ਜੇ ਪੜ੍ਹਿਆ ਜਾਏ ਕੋਈ ਹਰਜ ਨਹੀਂ। ਕਿਉਂ ਕਿ ਹੇ ਸਤਿਗੁਰੂ ਹੇ ਪ੍ਰਭੂ, ਇਸ ਭੋਜਨ ਨੂੰ ਤਿਆਰ ਕਰਦੇ ਹਨ, ਪਤਾ ਨਹੀਂ ਤਿਆਰ ਕਰਨ ਵਾਲਿਆਂ ਦੇ ਅੰਦਰ ਕਿੰਨੇ ਕੁ ਪੁਰਨੇ ਉੱਠੇ ਹੋਣੇ। ਉਹ ਕਾਮਨਾ ਵਾਲਾ ਪੁਰਨਾ ਹੋਣਾ, ਕੀ ਪਤਾ ਉਹ ਕ੍ਰੋਧ ਵਾਲਾ, ਉਹ ਲਾਲਚ ਵਾਲਾ, ਉਹ ਹੰਕਾਰ ਵਾਲਾ, ਉਹ ਤਮੇ ਵਾਲਾ ਪੁਰਨਾ ਹੋਣਾ। ਤੂੰ ਕਿਰਪਾ ਕਰੀ, ਇਸ ਭੋਜਨ ਨੂੰ ਛਕਣ ਲੱਗਾ ਵਾ, ਇਹਨਾਂ ਫੁਰਨਿਆਂ ਤੋਂ ਬਚਾ ਕੇ ਮੇਰੇ ਕਿਰਦੇ ਨੂੰ ਆਪਣੀ ਕਿਰਪਾ ਦੀ ਦਾਤ ਦੇ। ਇਹਦਾ ਭਾਵ ਇਹ ਹੁਣ ਬ੍ਰਾਹਮਣ ਕੀ ਕਰਦਾ, ਵਿੱਚੋਂ ਵੀ ਸ਼ਲੋਕ ਪੜ੍ਹਦੇ ਦਾ ਭਾਵ ਅੰਦਰ ਦੀ ਸੁਚਮਤਾ ਬਖਸ਼ੀ। ਸਾਹਿਬ ਕਹਿਣ ਲੱਗੇ, ਸੁੱਚਾ ਕੋਈ ਕਹਿ ਜੇਵਿਆ ਲੱਗਾ ਪੜ੍ਹਨ ਸ਼ਲੋਕ, ਤੇ ਹੋਇਆ ਕਿ ਕੋਤੀ ਜਾਏ ਸਤਿਆ। ਕੋਤੀ ਦਾ ਅਰਥ ਕਰਨ ਕੁਹੱਤੀ ਨਹੀਂ, ਕੋਤੀ ਕੋਹਤਰੀ ਥਾਂ, ਭੈੜੀ ਥਾਂ। ਭੋਜਨ ਖਾਣ ਤੋਂ ਬਾਅਦ ਸਾਹਿਬ ਕਹਿਣ ਲੱਗੇ, ਇਸ ਭੋਜਨ ਦਾ ਕੁਝ ਅੰਸ਼ ਉਸ ਭੈੜੀ ਥਾਂ ਤੇ ਚਲਾ ਗਿਆ ਜਿੱਥੇ ਉਹਨੇ ਗੰਦਗੀ ਬੰਨਣਾ। ਜਾਈ ਸਟਿਆ ਉਸ ਥਾਂ ਤੇ, ਭੈੜੀ ਥਾਂ ਤੇ ਸਟਿਆ, ਤੇ ਸਾਹਿਬ ਕਹਿਣ ਲੱਗੇ, ਕਿਸ ਇਹ ਲੱਗਾ ਦੋਖ, ਇਹ ਦੋਸ਼ ਕਿਹਨੂੰ ਲੱਗੇਗਾ, ਕਿਹਨੂੰ ਇਹ ਦੋਸ਼ ਦੇਗਾ। ਤੇ ਸਾਹਿਬ ਕਹਿਣ ਲੱਗੇ, ਜੇ ਕਹਿ ਵੀ ਭੋਜਨ ਮਾੜਾ ਸੀ, ਇਹ ਤੇ ਕਦੀ ਹੋ ਹੀ ਨਹੀਂ ਸਕਦਾ। ਅੰਨ ਦੇਵਤਾ, ਅੰਨ ਨੂੰ ਤੂੰ ਦੇਵਤੇ ਦੀ ਤਰ੍ਹਾਂ ਮੰਨਣਾ, ਬੜਾ ਸਤਿਕਾਰ ਦੇਣਾ। ਕਹਿਣ ਲੱਗੇ, ਪਾਣੀ ਦੇਵਤਾ, ਪਾਣੀ ਨੂੰ ਤੂੰ ਦੇਵਤਾ ਵਰਣ ਮੰਗਣਾ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ, ਅੱਗ ਨੂੰ ਤੂੰ ਬੈਸੰਤਰ ਦੇਵਤਾ ਕਹਿੰਦਾ ਤੇ ਲੂਣ ਨੂੰ ਵੀ ਬੜਾ ਸੁੱਚਾ ਮੰਨਿਆ ਜਾਂਦਾ। ਵੈਦਿਕ ਰੀਤੀ ਅਨੁਸਾਰ ਇਹ ਕਹਿੰਦੇ ਨੇ ਵੀ ਲੂਣ ਰਸੋਈ ਦੀ ਸ਼ੁੱਧਤਾ ਹੈ। ਮੈਂ ਅਰਜ਼ ਕਰ ਰਿਹਾ ਉਹਨਾਂ ਅਨੁਸਾਰ, ਤੇ ਗੁਰੂ ਕੇ ਸਿੱਖਾਂ ਜੀ ਦਾ ਨਾਮ ਰੱਖਿਆ ਸਰਬ ਰਸ, ਵੀ ਇਹ ਸਾਰੀਆਂ ਥਾਵਾਂ ਤੇ ਪਾਈਏ, ਜਿੱਥੇ ਪਾਈਏ ਰਸ ਹੀ ਦਿੰਦਾ ਤੇ। ਸਾਹਿਬ ਕਹਿਣ ਲੱਗੇ, ਹੁਣ ਇਹ ਦੋਸ਼ ਦੱਸ ਕਿਦਾ ਕਿ ਇੰਨਾ ਕੀਮਤੀ ਭੋਜਨ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਭਿਰਤ, ਤੇ ਪਰਤ ਕੇ ਤੂੰ ਇਹਦੇ ਵਿੱਚ ਪਾਇਆ ਪੰਜਵਾਂ ਘਿਓ। ਸਾਹਿਬ ਕਹਿਣ ਲੱਗੇ, ਫਿਰ ਹੋਇਆ ਕਿ ਪੰਜਵਾਂ ਪਾਇਆ ਕਿਰਤਾ ਹੋਆ ਪਾਕ ਪਵਿੱਤ। ਭੋਜਨ ਤਿਆਰ ਕਰਦਿਆਂ ਜਦੋਂ ਘਿਓ ਪਾਇਆ ਤੇ ਇਹ ਹੀ ਭੋਜਨ ਜਿਹੜਾ ਅੱਧ ਦਾ ਪਵਿੱਤਰ ਹੋ ਗਿਆ, ਪਾਕ ਹੋ ਗਿਆ। ਤੇ ਸਾਹਿਬ ਕਹਿਣ ਲੱਗੇ, ਇੰਨੇ ਪਵਿੱਤਰ ਦੇਵਤੇ, ਇੰਨਾ ਪਵਿੱਤਰ ਭੋਜਨ, ਪਾਪੀ ਸਿਉਂ ਤਨ ਗੱਡਿਆ। ਜਦੋਂ ਇਸ ਪਾਪੀ ਤਨ ਵਿੱਚ ਗੱਡਿਆ, ਇਸ ਸਰੀਰ ਵਿੱਚ ਗਿਆ, ਤੇ ਸਾਹਿਬ ਕਹਿਣ ਲੱਗੇ, ਥੁੱਕਾਂ ਪਈਆਂ। ਤਿੱਤ ਸਜਣੋ ਗੁਰਮੁਖੋ, ਇੰਨਾ ਕੀਮਤੀ ਭੋਜਨ ਜਿਨ੍ਹਾਂ ਨੂੰ ਦੇਵਤਿਆਂ ਦੀ ਉਪਾਧੀ ਦਿੱਤੀ, ਜਦੋਂ ਇਸ ਪਾਪੀ ਤਨ ਵਿੱਚ ਗਿਆ, ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੰਦਗੀ ਦਾ ਰੂਪ ਬਣਿਆ, ਤੇ ਉਸੇ ਭੋਜਨ ਨੂੰ ਦੇਖ ਕੇ ਆਦਮੀ ਨੇ ਉਸ ਗੰਦਗੀ ਵੱਲ ਤੱਕ ਕੇ ਥੁੱਕਾਂ ਪਈਆਂ ਤਿੱਤ। ਤੇ ਹਜ਼ੂਰ ਅੱਗੇ ਕਹਿੰਦੇ ਨੇ, ਸੱਜਣਾ ਜੇ ਤੂੰ ਸੁਚਮਤਾ ਵੀ ਰੱਖੇ, ਆਪਣੇ ਵੱਲੋਂ ਤੂੰ ਇੰਨਾ ਕੀਮਤੀ ਪਕਵਾਨ ਵੀ ਤਿਆਰ ਕਰੇਂ, ਪਰ ਜੇ ਤੇਰੇ ਖਿਰਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਰਸ ਨਹੀਂ, ਤੇ ਸੱਚ ਜਾਣੀ ਰੱਬ ਦੀ ਦਰਗਾਹ ਵਿੱਚ ਇਸ ਤਰ੍ਹਾਂ ਥੁੱਕਾਂ ਪੈਣਗੀਆਂ ਜਿਵੇਂ ਗੰਦਗੀ ਨੂੰ ਲੈ ਦੇਖ ਕੇ ਲੋਕ ਥੁੱਕਦੇ। ਸ਼ਬਦ ਵਰਤਿਆ, ਜਿਤ ਮੁੱਖ ਨਾਮ ਨਾ ਉੱਚ ਰਹੇ, ਜਿਸ ਮੁੱਖ ਵਿੱਚੋਂ ਵਾਹਿਗੁਰੂ ਜੀ ਦਾ ਨਾਮ ਨਹੀਂ ਉਚਾਰਿਆ ਜਾਂਦਾ,
ਬਿਨ ਨਾਮੈ ਰਸ ਖਾਏ, ਨਾਮ ਤੋਂ ਬਿਨਾ ਦੁਨੀਆਂ ਦੇ ਰਸ ਛਕਣੇ, ਭੋਜਨ ਛਕਣੇ, ਤੇ ਜਦੋਂ ਸਿੱਖ ਛਕੇ, ਇਹਦਾ ਮਤਲਬ ਮੈਂ ਅਰਜ਼ ਕੀਤਾ ਇਹ ਨੀ ਕਿ ਰੋਟੀ ਨੀ ਖਾਣੀ। ਹਜ਼ੂਰ ਕਹਿੰਦੇ ਨੇ ਜਦੋਂ ਭੋਜਨ ਛਕੇ, ਇਸ ਰਸ ਨੂੰ ਚੱਖਣ ਤੋਂ ਪਹਿਲਾਂ ਤੇਰੀ ਜ਼ਬਾਨ ਤੋਂ ਇਹ ਸ਼ਬਦ ਨਿਕਲੇ ਕਿਹੜਾ? ਜਿਹਨੂੰ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸ਼ਬਦ ਨਿਕਲੇ ਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਤੇਰੀ ਰਸਨਾ ਵਿੱਚੋਂ ਇਹ ਸ਼ਬਦ ਨਿਕਲੇ ਕਿ ਜਿਸ ਦਾ ਦਿੱਤਾ ਖਾਵਣਾ, ਤਿਸ ਕਹੀ ਹੈ ਸ਼ਾਬਾਸ਼, ਕਿ ਜਿਸ ਮਾਲਕ ਨੇ ਇਹ ਖਾਣ ਵਾਲਾ ਰਸ ਇਹ ਭੋਜਨ ਦਿੱਤਾ ਉਹਨੂੰ ਸ਼ਾਬਾਸ਼ ਕਹਿ, ਉਹਨੂੰ ਚੰਗਾ ਕਹਿ। ਸਾਹਿਬ ਕਹਿਣ ਲੱਗੇ ਜਿਸ ਦਾ ਦਿੱਤਾ ਖਾਵਣਾ, ਤਿਸ ਕਹੀ ਹੈ ਸ਼ਾਬਾਸ਼, ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੈ ਅਰਦਾਸ। ਜਦੋਂ ਭੋਜਨ ਛਕੇ ਤੇ ਤੇਰੀ ਰਸਨਾ ਵਿੱਚੋਂ ਇਹ ਆਵਾਜ਼ ਨਿਕਲੇ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦਿੰਦਾ ਤੋਟ ਨਾ ਆਵੀ ਅਗਣਤ ਭਰੇ ਭੰਡਾਰ। ਜਦੋਂ ਤੂੰ ਛਕੇ ਤੇ ਤੇਰਾ ਫਿਰਦਾ ਕਹਿ, ਰਸ ਛੱਕ ਕੇ ਦਾਤਾ ਜੀ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ ਤੇਰੀ ਦਿੱਤੀ ਹੋਈ ਦਾਤ ਮੈਂ ਖਾਣਾ ਪਿਆ। ਇਵੇਂ ਰਸ ਦੇ ਨਾਲ ਉਸ ਰਸ ਦਾਤੇ ਨੂੰ ਭੁੱਲੇ ਨਾ, ਤੇ ਜੇਕਰ ਦੁਨੀਆਂ ਦੇ ਰਸ ਹੀ ਚੱਖੇ ਤੇ ਵਾਕੀ ਚੱਖਣੇ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕਿ ਸਿੱਖ ਭੋਜਨ ਛਕੇ, ਕਿਉਂਕਿ ਜੀਵਨ ਨਿਰਬਾਹ ਲਈ ਅਤ ਜ਼ਰੂਰੀ ਹੈ, ਪਰ ਨਾਲ ਕਹਿੰਦੇ ਨੇ ਅੰਨ ਭੁੱਖ ਲੱਗੀ ਜੀਵਣਾ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਅੰਨ ਭੁੱਖ ਲੱਗੀ ਜੀਵਣਾ, ਭਰੇ ਤੇ ਭਰਨਾ ਨਾਹੀਂ, ਬਹੁਤਾ ਨੀਂਦ ਆਏ ਤਾਂ ਸੌਣਾ, ਬਹੁਤਾ ਸੌਣਾ ਗਾਫਲਤਾ ਹੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿੱਚ ਵਾਰਤਕ ਸ਼ਬਦ ਕੁਝ ਦਿੱਤੇ ਨੇ, ਅੱਖਰ ਗੁਰੂ ਅਮਰਦਾਸ ਦੀ ਰਸਨਾ ਤੋਂ ਉਚਾਰਨ ਕਰਾਏ, ਪਰ ਢੁਕਦੇ ਨੇ ਕਿ ਅੰਨ ਭੁੱਖ ਲੱਗੀ ਜੀਵਣਾ, ਭਰੇ ਤੇ ਭਰਨਾ ਨਾਹੀਂ। ਤੇ ਅਗਲੀਆਂ ਤੁਕਾਂ ਨੇ ਕਿ ਬਹੁਤਾ ਸੌਣਾ ਗਾਫਲਤਾ ਹੀ ਹੈ, ਨੀਂਦ ਆਵੇ ਸੌਣਾ, ਅੱਕੇ ਗੁਰੂ ਕੀਆਂ ਗੱਲਾਂ ਕਰਨੀਆਂ, ਅੱਕੇ ਗੁਰੂ ਕੀ ਬਾਣੀ ਪੜ੍ਹਨੀ, ਅੱਕੇ ਇਕਾਗਰਤਾ ਨਾਲ ਨਾਮ ਜਪਣਾ। ਦੇਖੋ ਕੈਸੇ ਸੋਹਣੇ ਸ਼ਬਦ ਵਰਤੇ, ਜਾਂ ਗੁਰੂ ਕੀਆਂ ਗੱਲਾਂ ਕਰਨੀਆਂ, ਜਾਂ ਗੁਰੂ ਕੀ ਬਾਣੀ ਪੜ੍ਹਨੀ, ਤੇ ਜਾਂ ਨਾਮ ਜਪਣਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ, ਕਿੰਨੇ ਨੇ ਜਿਨ੍ਹਾਂ ਨੂੰ ਨਾਮ ਦਾ ਰਸ ਆਇਆ, ਭੋਜਨ ਉਹ ਛਕਦੇ ਜ਼ਰੂਰ ਨੇ, ਪਰ ਕਿਵੇਂ? ਉਹਨੇ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਉਹ ਕਹਿੰਦੇ ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ। ਉਹ ਭੋਜਨ ਛਕਦੇ ਜ਼ਰੂਰ ਨੇ, ਤੇ ਭਾਈ ਸਾਹਿਬ ਦੇ ਕਥਨ ਮੁਤਾਬਕ ਕਿ ਖਾਉ ਤਿਸ ਘੋਲ ਘੁਮਾਇਆ, ਥੋੜਾ ਸਮੇਂ ਥੋੜਾ ਹੀ ਖਾਵੇ। ਉਹ ਖਾਣ ਤੋਂ ਪਹਿਲਾਂ ਸੋਚਦੇ ਤੇ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੈ ਵੇਕਾਰ। ਪਰ ਗੁਰਮੁਖੋ ਇਹ ਵੀ ਸਮਝ ਉਹਨੂੰ ਪੈਗੀ ਜਿਹੜਾ ਨਾਮ ਜਪਣ ਵਾਲੇ ਪਾਸੇ ਪਿਆ। ਅੰਨ ਦਾ ਬੜਾ ਵੱਡਾ ਮਨੁੱਖ ਦੇ ਜੀਵਨ ਵਿੱਚ ਯੋਗਦਾਨ, ਜੈਸੀ ਤੁਸੀਂ ਅੰਨ ਖਾਂਦੇ ਹੋ, ਸਿਆਣੇ ਆਪਾਂ ਪੜ੍ਹਦੇ ਸੁਣਦੇ ਹਾਂ ਕਿ ਜੈਸਾ ਅੰਨ ਤੈਸਾ ਮਨ, ਜਿਉਂ ਜੀ ਰੋਟੀ ਜਿਉਂ ਜਿਹਾ ਅਨਾਜ ਖਾਂਦੇ ਹਾਂ ਉਹ ਸਰੀਰ ਉੱਤੇ ਸੁਰਤੀ ਬਿਰਤੀ ਦੇ ਉੱਤੇ ਅਸਰ ਕਰਦਾ, ਉਹ ਵਾਕਈ ਅੰਦਰ ਅਸਰ ਪਾਉਂਦਾ। ਹਜ਼ੂਰ ਕਹਿੰਦੇ ਨੇ ਵੀ ਉਹਨਾਂ ਨੇ ਜਿਹੜੇ ਬੰਦਗੀ ਵੀ ਜੁੜੇ ਨੇ ਉਹ ਨਾਮ ਰਸ ਨੂੰ ਚੱਕਦੇ ਨੇ, ਪਰ ਜੇ ਬੰਦਗੀ ਤੋਂ ਬਿਨਾਂ ਜਿਤ ਮੁੱਖ ਨਾਮ ਨਾ ਉੱਚ ਰਹੇ, ਬਿਨ ਨਾਮੈ ਰਸ ਖਾਹੇ, ਨਾਨਕ ਐਵੇਂ ਜਾਣੀਐ ਤਿਤ ਮੁੱਖ ਥੁੱਕਾਂ ਪਾਹੇ, ਉਸ ਮੁੱਖ ਉੱਤੇ ਥੁੱਕਾਂ ਪੈਂਦੀਆਂ ਨੇ। ਹੁਣ ਇੱਥੇ ਅਗਲਾ ਸ਼ਲੋਕ ਜਿਹੜਾ ਇਸ ਪ੍ਰਕਰਨ ਨੂੰ ਜੋੜ ਕੇ ਰੱਖਣਾ, ਤਿਤ ਮੁੱਖ ਥੁੱਕਾਂ ਪਾਹੇ। ਹਜ਼ੂਰ ਨੇ ਕਿਹਾ ਇੱਕ ਬਹੁਤ ਵੱਡੀ ਆਵਾਜ਼ ਬਾਬਾ ਜੀ ਨੇ
ਹਿੰਦੁਸਤਾਨ ਦੀ ਧਰਤੀ ਤੇ ਬੁਲੰਦ ਕੀਤੀ ਸੀ। ਉਹ ਖਾਸ ਕਰਕੇ ਇਸਤਰੀ ਦੇ ਸੰਬੰਧੀ, ਮੈਂ ਜ਼ਿਆਦਾ ਇੱਧਰ ਨਹੀਂ ਤੁਰਨਾ ਵੀ ਦੂਜਿਆਂ ਨੇ ਕੀ ਕਿਹਾ, ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਆਮ ਤੌਰ ਤੇ ਉਸ ਵੇਲੇ ਕਈ ਗੱਲਾਂ ਐਸੀਆਂ ਨੇ, ਗ੍ਰੰਥ ਐਸੇ ਨੇ ਜਿਹੜੇ ਕਹਿੰਦੇ ਸਨ ਕਿ ਇਸਤਰੀ ਸ਼ੂਦਰ ਦੀ ਤਰ੍ਹਾਂ ਹੈ। ਇੱਥੋਂ ਤੱਕ ਜਦੋਂ ਗਿਣਤੀ ਕੀਤੀ ਤੇ ਕਹਿਣ ਲੱਗੇ ਇੱਕ ਔਰਤ, ਦੂਸਰਾ ਪਸ਼ੂ, ਤੀਸਰਾ ਢੋਰ ਤੇ ਚੌਥਾ ਸ਼ੂਦਰ ਜਿਹੜਾ, ਕਹਿਣ ਲੱਗੇ ਚਾਰ ਪੰਜ ਜਿਹੜੇ ਨੇ ਇਹਨਾਂ ਨੂੰ ਜੁੱਤੀ ਥੱਲੇ ਰੱਖੋ ਤੇ ਠੀਕ ਹੈ, ਨਹੀਂ ਤੇ ਮਰਦ ਨੂੰ ਇਹ ਅੱਗੇ ਨਹੀਂ ਵਧਣ ਦਿੰਦੇ। ਸ਼ਬਦ ਵਰਤੇ ਮੈਂ ਆਉਣਾ ਗੁਰੂ ਬਾਬੇ ਨੇ ਕੀ ਕਿਹਾ, ਇੱਥੇ ਥੋੜਾ ਜਿਹਾ ਰੁਕਣਾ ਚਾਹੁੰਦਾ। ਉਹ ਪੁਰਾਣੇ ਸ਼ਬਦ ਅਸੀਂ ਪੜ੍ਹਨੇ, ਢੋਰ, ਗਵਾਰ, ਸ਼ੂਦਰ, ਪਸ਼, ਨਾਰੀ, ਕਹਿਣ ਲੱਗੇ ਇਹ ਸਭ ਤਾਰਨ ਕੇ ਅਧਿਕਾਰੀ। ਕਿਸੇ ਨੇ ਕਿਹਾ ਕਿ ਔਰਤ ਰੱਬ ਦੀ ਇੱਕ ਖੂਬਸੂਰਤ ਗਲਤੀ ਹੈ। ਇੱਥੋਂ ਤੱਕ ਇੱਕ ਸੱਜਣ ਨੂੰ ਮੈਂ ਪੜ੍ਹਿਆ, ਉਹ ਕਹਿੰਦਾ ਔਰਤ ਬਾਗਣ ਹੈ, ਗੁਰਖ ਬਾਣੀ ਕਿਤੇ ਪੜ੍ਹੋ, ਕਹਿੰਦਾ ਔਰਤ ਬਾਗਣ ਹੈ, ਇਹ ਨਾਗਣ ਹੈ, ਤੇ ਨਾਲ ਸ਼ਬਦ ਵਰਤੇ ਕਿ ਇਹ ਬਾਗਣ ਨੇ ਕਈਆਂ ਦੇ ਘਰ ਖਾ ਲੈ। ਜਦੋਂ ਬਾਬੇ ਨਾਨਕ ਦੇ ਸਾਹਮਣੇ ਵਿਚਾਰ ਆਏ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਅੱਜ ਦੇ ਪਵਿੱਤਰ ਬਚਨਾਂ ਦੀ ਜਿਹੜੀਆਂ ਦਲੀਲਾਂ ਦਿੱਤੀਆਂ, ਇਹਨਾਂ ਔਰਤਾਂ ਨੂੰ ਨਿੰਦਣ ਵਾਲੇ ਪੁਰਸ਼ਾਂ ਦੇ ਮੁੱਖ ਤੇ ਇੱਕ ਬਹੁਤ ਕਰਾਰੀ ਚਪੇੜ ਸੀ। ਹਜ਼ੂਰ ਨੇ ਕਿਹਾ, ਪਹਿਲੀ ਮੈਨੂੰ ਇੱਕ ਗੱਲ ਦੱਸ, ਜਿਸ ਔਰਤ ਨੂੰ ਤੂੰ ਨਿੰਦਣਾ ਪਿਆ ਇਸ ਧਰਤੀ ਤੇ, ਜੇ ਤੇਰਾ ਜਨਮ ਹੋਇਆ ਤੇ ਕੇਵਲ ਉਸ ਔਰਤ ਦੀ ਬਦੌਲਤ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਓ, ਦੇਖੋ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿੱਚੋਂ ਤੇ ਬਾਣੀ ਵਿੱਚੋਂ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਹੈ। ਜ਼ਿਆਦਾਤਰ ਜਿਤਨੀ ਵੀ ਬਾਣੀ ਹੈ ਉਹ ਇਸਤਰੀ ਰੂਪ ਹੋ ਕੇ ਉਚਾਰਨ ਕੀਤੀ ਹੈ ਤੇ ਰੱਬ ਨੂੰ ਇੱਕ ਪੁਰਖ ਮੰਨਿਆ। ਜੇ ਔਰਤ ਇੰਨੀ ਨਿਖੇਧ ਹੁੰਦੀ ਤੇ ਕਦੀ ਬਾਬਾ ਜੀ ਬਾਣੀ ਵਿੱਚ ਇਹ ਕਹਿੰਦੇ ਕਿ ਇੱਕ ਸੁਹਾਗਣ ਨੂੰ, ਇੱਕ ਨਾਮ ਜਪਣ ਵਾਲੀ ਨੂੰ ਸੁਹਾਗਣ ਕਿਹਾ, ਤੇ ਜਦੋਂ ਦੀ ਉਪਮਾ ਕੀਤੀ ਤੇ ਕਹਿਣ ਲੱਗੇ ਜਿਵੇਂ ਇੱਕ ਸੁਹਾਗਣ ਦੀ ਸ਼ੋਭਾ ਪਰਿਵਾਰ ਵਿੱਚ ਹੈ, ਇਸੇ ਤਰ੍ਹਾਂ ਭਗਤੀ ਕਰਨ ਵਾਲੇ ਦੀ ਸ਼ੋਭਾ ਕਰਤਾਰ ਦੇ ਘਰ ਵਿੱਚ। ਜਦੋਂ ਸੰਤ ਦੀ ਤੁਲਨਾ ਕੀਤੀ, ਇਹ ਨਹੀਂ ਵੀ ਔਰਤ ਨੂੰ ਨਿਖੇਧ ਕਿਹਾ, ਸ਼ਬਦ ਵਰਤੇ ਨਾਨਕ ਸੁਹਾਗਣ ਕਾ ਕਿਆ ਚਿੰਨ ਹੈ। ਦੇਖੋ ਸੁਹਾਗਣ ਸ਼ਬਦ ਔਰਤ ਨਾਲ ਹੀ ਵਰਤਿਆ ਜਾਂਦਾ, ਨਾਨਕ ਸੁਹਾਗਣ ਕਾ ਕਿਆ ਚਿੰਨ ਹੈ। ਕਹਿਣ ਲੱਗੇ ਅੰਦਰ ਸੱਚ ਮੁੱਖ ਉਜਲਾ ਖਸਮ ਹੈ ਮਾਏ ਸਮਾਜ। ਜਿੱਦਣ ਪੁੱਛਿਆ ਜੇ ਨਾਮ ਬਾਰੇ ਕਿਸੇ ਨੂੰ ਪੁੱਛ ਨਹੀਂ ਤੇ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸ਼ਿੰਗਾਰੀਆਂ, ਮਿੱਠਾ ਬੋਲਣੀ। ਤੇ ਸੁਹਾਗਣੀ ਕਹਿੰਦੀ ਸੀ, ਫਿਰ ਰਸਾਲੂ ਤਾਂ ਮਿਲੇ ਜਾਂ ਗੁਰਕਾ ਸ਼ਬਦ ਸੁਣੀ। ਇੱਕ ਔਰਤ ਦਾ ਰੂਪਕ ਲੈ ਕੇ ਕਿਹਾ, ਕਹਿਣ ਲੱਗੇ ਰਸ ਅੰਮ੍ਰਿਤ ਨਾਮ ਰਸ ਅਸ ਭਲਾ, ਕਿਤ ਬਿਦ ਮਿਲੇ ਰਸ ਖਾਏ, ਜਾਏ ਪੁੱਛੋ ਸੁਹਾਗਣੀ, ਤੁਸੀਂ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਉਹ ਬੇਪਰਵਾਹ ਨਾ ਬੋਲਣੀ, ਹਉ ਮਲ ਮਲ ਧੋਵਾਂ ਤਿਨ ਪਾਏ। ਕਹਿਣ ਲੱਗੇ ਗੁਰਮੁਖੀਆਂ ਸੁਹਾਗਣੀ, ਤਿਨ ਦਇਆ ਪਈ ਮਨ ਆਏ। ਤੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਗੁਰੂ ਦਾ ਬਚਨ ਕੀਮਤੀ ਰਤਨ ਹੈ, ਇਹਦੇ ਨਾਲ ਜੁੜ ਜਾਏ। ਇਹਦਾ ਮਤਲਬ ਕਿ ਇਸਤਰੀ ਦੇ ਹਿਰਦੇ ਨੂੰ ਇੰਨਾ ਉੱਚਾ ਦਰਜਾ ਦਿੱਤਾ ਤੇ ਜਦੋਂ ਉਹਦੀ ਲਾਲੀ ਨੂੰ ਤੱਕਿਆ, ਨਾਮ ਦੀ ਨੂੰ, ਤੇ ਸ਼ਬਦ ਸੁਹਾਗਣ ਵਾਲੀ ਵਰਤੇ, ਕਹਿਣ ਲੱਗੇ ਕਵਨ ਬਨੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਤੁਮੀ ਸੁੰਦਰ ਤੁਮੈ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ, ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ। ਜਦੋਂ ਦੇਖਿਆ ਨਾਮ ਵਿੱਚ ਰਤੜੀ ਨੂੰ ਤੇ ਸ਼ਬਦ ਵਰਤੇ ਲਾਲ ਚੋਲਣਾ, ਤੈਂ ਤਨ ਸੋਇਆ
ਸਤਿਗੁਰੂ ਨੇ ਬਿਲਕੁਲ ਬਾਣੀ ਵਿੱਚ ਔਰਤ ਨੂੰ ਨਿਖੇਧ ਨਹੀਂ ਕੀਤਾ। ਮੈਂ ਇੱਥੋਂ ਤੱਕ ਜਿਹੜੀ ਅਰਜ਼ ਕਰਨੀ ਚਾਹੁੰਦਾ, ਜਦੋਂ ਹਜ਼ੂਰ ਨੇ ਪਿਤਾ ਦਾ ਜ਼ਿਕਰ ਕੀਤਾ, ਦੇਖੋ ਗੁਰਮੁਖੋ ਕਦੀ ਪੜਿਓ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੂੰ, ਕੁਦਰਤ ਨੇ ਜੋ ਕਾਦਰ ਨੇ ਦੋਨਾਂ ਦੇ ਸਰੀਰਕ ਢਾਂਚੇ ਵਿੱਚ ਅੰਤਰ ਪਾਇਆ, ਉਹਨੂੰ ਕੋਈ ਵੀ ਧਰਤੀ ਦਾ ਮਨੁੱਖ ਜਿਹੜਾ ਇਉਂ ਕਹਿ ਲਓ ਉਸ ਢਾਂਚੇ ਨੂੰ ਰੱਬ ਨੇ ਆਪ ਬਣਾਇਆ, ਪਰ ਇਹ ਕਹੀਏ ਵੀ ਔਰਤ ਅੰਦਰ ਜੋਤ ਨਹੀਂ ਹੁੰਦੀ, ਸਤਿਗੁਰੂ ਨੇ ਕਿਤੇ ਨਹੀਂ ਕਿਹਾ। ਇੱਥੋਂ ਤੱਕ ਬਾਬੇ ਕਬੀਰ ਦਾ ਸ਼ਬਦ ਪੜਿਆ, ਕਹਿਣ ਲੱਗੇ ਏਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ। ਉਹਨਾਂ ਬਿਲਕੁਲ ਨਹੀਂ ਕਿਹਾ ਇਕੱਲੇ ਮਰਦ, ਕਹਿੰਦੇ ਨੇ ਜਿੰਨੀਆਂ ਔਰਤਾਂ ਤੇ ਮਰਦ ਨੇ, ਹੇ ਮੇਰੇ ਕਰਤੇ ਪੁਰਖ ਵਾਹਿਗੁਰੂ, ਬਸ ਮੈਨੂੰ ਤੇਰੇ ਹੀ ਰੂਪ ਹੈ ਦਿਸਦੇ। ਕਦੀ ਪੜਿਓ ਇੱਕ ਤੁਕ ਅਸੀਂ ਬਾਬਾ ਨਾਮਦੇਵ ਜੀ ਦੀ ਪੜ੍ਹਨੇ ਆ, ਹਜ਼ੂਰ ਦਾ ਬਚਨ ਆਉਂਦਾ, ਕੇਸ਼ਵਾ ਬਚਾਉਣੀ ਆਈਐ ਮਈਐ। ਸ਼ਬਦ ਵਰਤਿਆ ਹੇ ਰੱਬ ਜੀ, ਜਦੋਂ ਔਰਤ ਜਾਂ ਮਰਦ ਬੋਲਦਾ ਉਹਦੇ ਬੋਲਾਂ ਵਿੱਚ ਤੂੰ ਆਪ ਬੋਲਣਾ, ਇਹ ਨਹੀਂ ਕਿਹਾ ਵੀ ਮਰਦ ਦੇ ਬੋਲਾਂ ਵਿੱਚ ਬੋਲਣਾ ਔਰਤਾਂ ਵਿੱਚ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਕਿਹਾ ਵੀ ਉਹ ਕੁੱਲ ਧੰਤਾ ਯੋਗ, ਜਿਸ ਘਰ ਵਿੱਚ ਮਹਾਂਪੁਰਸ਼ ਸੰਤ ਜਾਂ ਗੁਰੂ ਪੈਦਾ ਹੋਇਆ ਉਹ ਪਿਤਾ ਧੰਤਾ ਯੋਗ, ਤੇ ਨਾਲ ਇੱਕ ਸ਼ਬਦ ਵਰਤਿਆ ਮਾਂ ਤੇਰੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾ ਜਿਹਨੇ ਸੰਤ ਨੂੰ ਜਨਮ ਦਿੱਤਾ। ਸਵਾਲ ਹੀ ਨਹੀਂ ਪੈਦਾ ਹੁੰਦਾ ਔਰਤ ਨੂੰ ਨਿਖੇਧ ਕੀਤਾ ਹੋਵੇ। ਸ਼ਬਦ ਵਰਤੇ ਕਹਿਣ ਲੱਗੇ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਕੀ ਮਾਂ ਨੂੰ ਬਰਾਬਰ ਦਰਜਾ ਨਹੀਂ ਦਿੱਤਾ? ਮੇਰੇ ਕਲਗੀ ਧਰ ਦੇ ਬਚਨ ਪੜੋ ਕਦੀ, ਦਸਮ ਵਿੱਚੋਂ ਬਚਿੱਤਰ ਨਾਟਕ, ਉਹ ਕਹਿੰਦੇ ਨੇ ਕਿ ਜਿੱਥੇ ਪਿਤਾ ਨੇ ਰੱਬ ਦੀ ਆਰਾਧਨਾ ਕੀਤੀ ਉੱਥੇ ਨਾਲ ਕਹਿੰਦੇ ਮੇਰੀ ਮਾਂ ਗੁਜਰੀ ਦੀ ਬੰਦਗੀ ਦਾ ਵੀ ਕੋਈ ਥਾਰ ਨਹੀਂ। ਸ਼ਬਦ ਵਰਤੇ ਤਾਤ ਮਾਤ ਮੁਰ ਅਲਖ ਅਰਾਧਾ। ਥੋੜਾ ਜਿਹਾ ਮੈਂ ਸ਼ਬਦ ਤੇ ਰੁਕਣਾ ਚਾਹੁੰਦਾ ਵਾਂ। ਕਹਿਣ ਲੱਗੇ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਉਸ ਮਾਂ ਨੂੰ ਨਿਖੇਧ ਕਹੋਗੇ ਜਿਹਨੇ ਗੁਰੂ ਨਾਨਕ ਨੂੰ ਜਨਮ ਦਿੱਤਾ? ਕਦੀ ਤੱਕੋ, ਕਵੀ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ ਗੁਰੂ ਨਾਨਕ ਪ੍ਰਕਾਸ਼ ਵਿੱਚ, ਉਹ ਕਹਿੰਦੇ ਨੇ ਕਿਤੇ ਸਮਾਂ ਬਣੇ, ਵੈਸੇ ਲੁਧਿਆਣੇ ਇੱਕ ਖੇਡ ਗੁਰੂ ਨਾਨਕ ਸਾਹਿਬ ਦੇ ਪੁਰਬ ਨੂੰ ਵਾਪਰਦੀ। ਜਿਸ ਵੇਲੇ ਆਗਮਨ ਦਾ ਸਮਾਂ ਹੁੰਦਾ ਹੈ ਨਾ, ਤੇ ਯਤਨ ਮੈਂ ਕਰਨਾ ਉਹਨਾਂ ਵੀ ਉਹ ਪੁਰਬ ਉੱਥੇ ਮਨਾਇਆ ਜਾਂਦਾ। ਉਸ ਵੇਲੇ ਨੂੰ ਕਰਮ ਕਾਂਡ ਵੱਲ ਨਾਲ ਜਾਇਓ, ਡਰ ਬਹੁਤ ਲੱਗਦਾ ਕਿਉਂਕਿ ਅਸੀਂ ਅਰਥ ਹੋਰ ਕਰੀ ਜਾਂਦੇ ਹਾਂ ਨਾ, ਗੱਲ ਕੁਝ ਸੁਣਨੇ ਅਰਥ ਕੁਝ ਕਰਨੇ। ਰਾਤ ਨੂੰ 1 ਵਜੇ ਸਾਰੀ ਸਿੱਖ ਸੰਗਤ ਇਕੱਤਰ ਹੋ ਜਾਂਦੀ, ਹੱਥਾਂ ਵਿੱਚ ਕੀਮਤੀ ਫੁੱਲ ਲਿਆ ਕੇ, ਤੇ ਉਸ ਵੇਲੇ ਪ੍ਰਸੰਗ ਉਹ ਸੁਣਾਇਆ ਜਾਂਦਾ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦੇ ਵੇਲੇ ਦਾ। ਉਸ ਵੇਲੇ ਉਹ ਕਵੀ ਜੀ ਲਿਖਦੇ ਨੇ ਕਿ ਮਹੀਨੇ ਉਹ ਕੱਤੇ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਮੀਂਹ ਪੈ ਗਿਆ ਤੇ ਸਾਰੀ ਤਲਵੰਡੀ ਦੀਆਂ ਗਲੀਆਂ ਸਾਫ਼ ਹੋ ਗਈਆਂ ਨੇ। ਕਹਿੰਦਾ ਇੱਥੋਂ ਦੇ ਪਸ਼ੂ, ਇੱਥੋਂ ਦੇ ਪੰਛੀ, ਇੱਥੋਂ ਦੇ ਲੋਕਾਂ ਦਾ ਸੁਭਾਅ ਚੇਂਜ ਹੋ ਗਿਆ। ਕਹਿੰਦੇ ਨੇ ਇੰਝ ਲੱਗਦਾ ਜਿਵੇਂ ਕੋਈ ਲੜਦਾ ਨਹੀਂ ਪਿਆ, ਈਰਖਾਨੇ। ਹੁਣ ਕਈ ਵਾਰੀ ਕਈ ਸੱਜਣ ਮੈਂ ਕਥਾ ਕੀਤੀ, ਸਵਾਲ ਕੀਤਾ, ਕਹਿਣ ਲੱਗੇ ਇਹ ਕਿਵੇਂ ਹੋ ਸਕਦਾ? ਤੇ ਮੈਂ ਉਹਨੂੰ ਗੁਰੂ ਗ੍ਰੰਥ ਸਾਹਿਬ ਦਾ ਇੱਕੋ ਸ਼ਲੋਕ ਸੁਣਾਇਆ ਸੀ। ਮੈਂ ਕਿਹਾ ਬਾਬਾ ਕਬੀਰ ਜੀ, ਕਹਿੰਦੇ ਨੇ ਕਬੀਰ ਸੋਈ ਮੁੱਖ ਧਨ ਹੈ, ਜੇ ਮੁੱਖ ਕਹੀਏ ਰਾਮ ਪਿਆਰਿਓ, ਦੇਹੀ ਕਿਸਕੀ ਵਾਪਰੀ, ਪਵਿੱਤਰ ਹੋਏਗੋ ਗ੍ਰਾਮ ਕਿਤੇ। ਬਾਬੇ ਨਾਨਕ ਨੇ ਆਉਣਾ, ਤਲਵੰਡੀ ਨੂੰ ਭਾਗ ਨਹੀਂ ਲੱਗਣਗੇ। ਉਹ ਕਹਿੰਦਾ ਇਸ ਤਰ੍ਹਾਂ ਤਲਵੰਡੀ ਸ਼ੋਭਾ ਵੀ ਦਿੰਦੀ ਏ, ਜਿਵੇਂ ਚੱਕਰਵਰਤੀ ਸਮਰਾਟ ਨੇ ਆਉਣਾ ਤੇ ਨੌਕਰ ਪਹਿਲਾਂ ਹੀ ਸਾਰੀ ਸਫਾਈ ਕਰਦੇ ਨੇ। ਦੁਨੀਆਂ ਦੇ ਲੋਕੋ, ਕਹਿੰਦਾ ਜਿਨ੍ਹਾਂ ਨੂੰ ਤੁਸੀਂ ਪੂਜਦੇ ਹੋ, ਤਾਕਤਾਂ ਨੂੰ, ਪੌਣ ਨੂੰ, ਪਾਣੀ ਨੂੰ, ਬੱਦਲਾਂ ਨੂੰ,
ਬਰਸਾਤ ਨੂੰ ਕਹਿਣ ਲੱਗੇ ਗੁਰੂ ਨਾਨਕ ਧਰਤੀ ਕਰੋੜਾਂ ਬ੍ਰਹਿਮੰਡਾਂ ਦਾ ਠਾਕੁਰ ਆ ਰਿਹਾ, ਇਹ ਤਾਕਤ ਉਹਦੇ ਆਉਣ ਤੋਂ ਪਹਿਲਾਂ ਧਰਤੀ ਨੂੰ ਸ਼ਿੰਗਾਰਦੀਆਂ ਪਈਆਂ। ਉੱਥੇ ਉਹਨੇ ਸ਼ਬਦ ਵਰਤੇ, ਜਦੋਂ ਮਾਂ ਤ੍ਰਿਪਤਾ ਦੀ ਗੱਲ ਕੀਤੀ, ਉਹ ਜ਼ਬਾਨ ਸੜ ਨਾ ਜਾਏ ਜਿਹੜੀ ਗੁਰੂ ਦੀ ਜਨਮੀ ਲਈ ਇਹ ਸ਼ਬਦ ਵਰਤੇ, ਇਸਤਰੀ ਦੀ ਵਰਤੇ। ਕਹਿੰਦੇ ਨੇ ਮਾਤਾ ਤ੍ਰਿਪਤਾ ਨੇ ਘਰ ਬੜਾ ਅਮੀਰ ਹੈ, ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦਾ ਜਦੋਂ ਉਤਰੇ ਮੈਂ ਆਏ ਕੀਆ ਨਿਵਾਸ, ਜੋ ਕਵੀ ਜੀ ਨੇ ਕਿਹਾ, ਕਹਿੰਦੇ ਨੇ ਉਸ ਵੇਲੇ ਮਾਤਾ ਜੀ ਨੇ ਆਪਣੇ ਤਨ ਦੇ ਗਹਿਣੇ ਉਤਾਰ ਦਿੱਤੇ ਸਨ। ਕਹਿੰਦੇ ਨੇ ਪਤਾ ਨੀ ਮਾਂ ਇਸਤਰੀ ਸੁਹਾਗਣ ਜਦੋਂ ਬੱਚੇ ਨੂੰ ਜਨਮ ਦੇਣਾ, ਗਹਿਣੇ ਉਹਦੇ ਤਨ ਦਾ ਸ਼ਿੰਗਾਰ ਨਹੀਂ, ਪਰ ਜਦੋਂ ਦੇ ਤੂੰ ਗਹਿਣੇ ਲਾ ਦਿੱਤੇ ਤੇਰਾ ਤਨ ਉਸ ਤਰ੍ਹਾਂ ਹੀ ਦੇਖ ਕੇ ਅੰਦਰ ਨੂੰ ਠੰਡ ਪੈਂਦੀ। ਉੱਥੇ ਉਹਨਾਂ ਸ਼ਬਦ ਵਰਤੇ, ਕਹਿੰਦੇ ਨੇ ਕਾਲੂ ਤੀ ਵੈਸੇ ਜਿਸ ਅੰਦਰ, ਕਿ ਬਾਬਾ ਕਾਲੂ ਜੀ ਦੀ ਇਸਤਰੀ ਮਾਤਾ ਤ੍ਰਿਪਤਾ ਸਾਡੇ ਜਿਸ ਅੰਦਰ ਵੀ ਬਹਿੰਦੇ ਨੇ, ਅਤ ਸ਼ੋਭਾ ਸੋ ਬਣੇ ਸੋ ਸੁੰਦਰ, ਜਦ ਤੱਕ ਭੂਖਣ ਸਕਲ ਉਤਾਰੇ ਤਦਕ ਸੁੰਦਰਤਾ ਅਧਿਕ ਉਚਾਰੇ। ਕਹਿੰਦੇ ਨੇ ਭਾਵੇਂ ਉਹਨਾਂ ਗਹਿਣੇ ਲਾ ਦਿੱਤੇ, ਪਰ ਜਿੱਥੇ ਮਾਂ ਬਹਿੰਦੀ ਉਸ ਥਾਂ ਤੇ ਚਾਨਣ ਹੋ ਜਾਂਦਾ, ਉੱਥੇ ਮਹਿ ਕੇ। ਤੇ ਕਵੀ ਜੀ ਕਹਿੰਦੇ ਨੇ ਸੁਣ ਸੰਦੇਹ ਕਰੇ ਜੇ ਕੋ, ਜੇ ਕੋਈ ਸੁਣ ਕੇ ਇਹ ਸ਼ੱਕ ਕਰੇ ਤੂੰ ਗੱਪ ਮਾਰਨਾ, ਕਹਿਣ ਲੱਗਾ ਮੈਂ ਉਹਨੂੰ ਉੱਤਰ ਦੇ ਸਕਦਾ ਵਾ। ਸੁਣ ਸੰਦੇਹ ਕਰੇ ਜੇ ਕੋ, ਕਹਿਣ ਲੱਗੇ ਚੇਤੇ ਰੱਖੋ ਕਿ ਉਸ ਗੁਰੂ ਜਿੱਥੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਰਿਹਾ, ਤੇ ਕਹਿਣ ਲੱਗੇ ਕੋਟ ਬ੍ਰਹਿਮੰਡ ਜਾਤ ਦਾ ਸੋ, ਤੈ ਨਿਵਾਸ ਕਿਨੋ ਜੇ ਥਾਈ, ਕਿਉਂ ਨਾ ਹੋਏ ਤੈ ਸ਼ੋਭ ਸਵਾਈ। ਉਹ ਜਿੱਥੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਰਿਹਾ, ਉਸ ਮਾਂ ਦੇ ਪੈਰਾਂ ਨੂੰ ਨਮਸਕਾਰ ਕਰੋ। ਧੰਨ ਧੰਨ ਪਿਤਾ, ਤੇ ਕਿਸੇ ਸੂਫੀ ਦਰਵੇਸ਼ ਨੂੰ ਪੁੱਛੋ, ਉਹ ਕਹਿੰਦਾ ਜਿਹੜਾ ਦਰਵੇਸ਼ ਸਾਈਂ ਦੇ ਰੰਗ ਵੀ ਜੁੜਿਆ, ਜਿੱਥੇ ਉਹਨੂੰ ਮੱਥਾ ਟੇਕਣਾ ਉਹਦੀ ਮਾਂ ਨੂੰ ਨਮਸਕਾਰ ਕਰੀ ਜਿਹਨੇ ਜਨਮ ਦਿੱਤਾ। ਆਪ ਲੀਏ ਲਰਲਾਏ ਦਰ ਦਰਵੇਸ਼, ਤਿੰਨ ਧੰਨ ਜਿਣੇ ਦੀ ਮਾਊ, ਉਸ ਦੀ ਮਾਂ ਤੰਤਾ ਜੋਗੇ ਆਏ ਸਫਲ ਛੇ। ਗੁਰਮਤ ਨੇ ਸਿੱਧੀ ਗੱਲ ਸਪਸ਼ਟ ਕਹੀ ਕਿ ਉਸ ਇਸਤਰੀ ਨੂੰ ਤ੍ਰਿਸ਼ਕਾਰਿਆ ਨਹੀਂ। ਮੈਂ ਕੁਛ ਕੁ ਇਤਿਹਾਸ ਵਿੱਚੋਂ ਉਦਾਹਰਨਾਂ ਦੇਣੀਆਂ ਚਾਹਨਾ। ਦੇਖੋ ਮੈਂ ਆਮ ਕਈ ਧਰਮਾਂ ਨੂੰ ਪੜਿਆ, ਨਾ ਨਾ ਲਵਾਂ। ਉਹ ਕਹਿੰਦੇ ਨੇ ਔਰਤ ਮਰ ਕੇ ਮਰਦ ਦੇ ਜਾਮੇ ਵਿੱਚ ਆਏ ਤਾਂ ਉਹਨੂੰ ਰੱਬ ਮਿਲ ਸਕਦਾ। ਸਭ ਤੋਂ ਪਹਿਲੀ ਮੁਸਲਮਾਨ ਔਰਤ ਏ ਮੇਰੇ ਬਾਬੇ ਨਾਨਕ ਦੇ ਦੀਦਾਰ ਪਾਏ ਦੌਲਤਾਂ ਦਾਈ ਨੇ, ਜਿਹੜੀ ਅੱਜ ਤੱਕ ਲੋਕਾਂ ਦੇ ਘਰਾਂ ਵਿੱਚ ਮੰਗ ਕੇ ਪੇਟ ਭਰਦੀ ਸੀ, ਉਹਨੇ ਬਾਹਰ ਆ ਕੇ ਰੁਪਈਆਂ ਦੀ ਭਰੀ ਹੋਈ ਥਾਲੀ ਹੱਥ ਨਾਲ ਪਰਾਂ ਕਰਕੇ ਕਿਹਾ ਸੀ, ਬਾਬਾ ਕਾਲੂ ਰਹਿਣ ਦੇ, ਅੱਜ ਤੋਂ ਬਾਅਦ ਮੈਂ ਕਿਤੋਂ ਮੰਗਣਾ ਨਹੀਂ। ਉਹਨਾਂ ਸੋਚਿਆ ਵੀ ਸ਼ਾਇਦ ਘੱਟ ਨੇ। ਕਹਿਣ ਲੱਗੇ ਕਿਉਂ ਨੀ ਮੰਗਣਾ? ਕਹਿਣ ਲੱਗੀ ਮੈਂ ਬਹੁਤ ਕੁਛ ਪਾਇਆ, ਮੈਂ ਤਾਂ ਬਹੁਤ ਰੱਜੀ। ਉਹ ਕਹਿਣ ਲੱਗੇ ਗੁੱਸੇ ਵਿੱਚ ਨਾ ਬੋਲ, ਤੂੰ ਰੱਜੀ ਕਾਹਦੀ, ਮੈਂ ਤੈਨੂੰ ਹੁਣ ਇੰਨੇ ਲੈ ਤੈਨੂੰ ਫਿਰ ਝੋਲੀ ਭਰ ਦੇਣਾ। ਕਹਿਣ ਲੱਗੀ ਅੱਖਾਂ ਵਿੱਚ ਨੀਰ ਲੈ ਕੇ, ਹਕੀਕਤ ਏਈ ਤੇਰੇ ਬੱਚੇ ਦੀ ਪਹਿਲੀ ਤੱਕਣੀ ਨੇ ਮੇਰੀ ਜਨਮਾਂ ਜਨਮਾਂ ਦੀ ਭੁੱਖੀ ਦੂਰ ਕਰ ਦਿੱਤੀ। ਪਹਿਲੀ ਮੁਸਲਮਾਨ ਇਸਤਰੀ ਸੀ ਜਿਹਨੇ ਬਾਬੇ ਨਾਨਕ ਦੇ ਦੀਦਾਰ ਪਾਏ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦਾ ਜਦੋਂ ਮਹਾਂਕੋਸ਼ ਪੜ੍ਹਨੇ ਆ ਬੇਬੇ ਨਾਨਕੀ ਸੰਬੰਧੀ, ਉਹ ਕਹਿੰਦੇ ਨੇ ਗੁਰੂ ਨਾਨਕ ਦੇ ਧਰਮ ਨੂੰ ਧਾਰਨ ਕਰਨ ਵਾਲੀ ਪਹਿਲਾ ਸਿੱਖ ਬੇਬੇ ਨਾਨਕੀ ਹੈ। ਸਭ ਤੋਂ ਪਹਿਲਾਂ ਉਹਨੇ ਧਾਰਨ ਕੀਤਾ। ਤੇ ਹਜ਼ੂਰ ਜਦੋਂ ਸੁਲਤਾਨਪੁਰ ਆਏ ਨੇ, ਤੇ ਬੇਬੇ ਨਾਨਕੀ, ਮੈਂ ਕੁਝ ਕੁ ਉਦਾਹਰਨਾਂ ਦੇ ਰਹੀਆਂ ਨੇ ਸਿੱਖ ਜਗਤ ਵਿੱਚ ਇਸਤਰੀ ਦਾ ਯੋਗਦਾਨ। ਜਦੋਂ ਆਏ ਨੇ ਸੁਲਤਾਨਪੁਰ ਤੇ ਬੇਬੇ ਨੇ ਬੂਹਾ ਖੋਲ ਕੇ ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ ਸੀ।
ਉੱਥੇ ਕਵੀ ਵਾਹਿਗੁਰੂ ਉੱਥੇ ਇਤਿਹਾਸਕਾਰ ਨੇ ਇੱਕ ਬਚਨ ਕਹੇ ਨੇ, ਹਜ਼ੂਰ ਨੇ ਸੀਸ ਬੋਚ ਲਿਆ, ਕਹਿਣ ਲੱਗੇ ਬੇਬੇ ਤੂੰ ਵੱਡੀ ਥਾਂ ਤੇ ਵੀ ਮੇਰਾ ਫਰਜ਼ ਬਣਦਾ ਮੈਂ ਤੇਰੇ ਚਰਨਾਂ ਵਿੱਚ ਝੁਕਾਂ, ਤੂੰ ਕਿਉਂ? ਤੇ ਉਹ ਪ੍ਰੇਮ ਵਿੱਚ ਭਿੱਜੀ ਕੋਈ ਭੈਣ ਦੇ ਸ਼ਬਦ ਸਨ, ਸੱਚ ਕਹਿੰਦਾ ਵੀਰਾ ਪਰ ਜੇ ਤੂੰ ਵੀਰ ਹੋਵੇਂ ਤਾਂ ਤੂੰ ਝੁਕੇ, ਮੈਂ ਤੈਨੂੰ ਵੀਰ ਜਾਣ ਕੇ ਨਹੀਂ ਆਪਣਾ ਰੱਬ ਜਾਣ ਕੇ ਨਮਸਕਾਰ ਕਰਨੀ। ਕੀ ਉਸ ਬੇਬੇ ਨਾਨਕੀ ਨੇ ਹਜ਼ੂਰ ਦੇ ਅੰਦਰੋਂ ਪਹਿਲੀ ਰਹਿਮਤ ਉਹ ਮਾਣੀ ਨਹੀਂ? ਦੇਖੋ ਪਹਿਲੀ ਇਸਤਰੀ ਹੈ, ਪਿਛਲੇ ਇੱਕ ਵਾਰੀ ਮੈਂ ਅਰਜ਼ ਕਰਕੇ ਗਿਆ, ਬੇਬੇ ਨਾਨਕੀ ਦੀ ਸੰਤਾਨ ਸੰਬੰਧੀ ਕਿਤੇ ਵੀ ਉਲੇਖ ਨਹੀਂ, ਪਰ ਕਦੀ ਉਹਨੇ ਵੀਰ ਕੋਲ ਇਹ ਨਾ ਕਿਹਾ ਜਿਹਨੂੰ ਪਤਾ ਵੀ ਇੰਨੀਆਂ ਦਾਤਾਂ ਲੋਕਾਂ ਨੂੰ ਵੰਡਦਾ ਮੇਰੀ ਕੁੱਖ ਨੂੰ ਭਾਗ ਲੱਗੇ। ਹਾਂ ਇੱਕੋ ਚੀਜ਼ ਮੰਗੀ ਸੀ, ਜਦੋਂ ਹਜ਼ੂਰ ਆਏ ਸੁਲਤਾਨਪੁਰ ਅੰਤਲਾ ਸਮਾਂ ਨੇੜੇ ਜਾਣ ਕੇ ਕਿਹਾ ਸੀ ਕੁਛ ਨਹੀਂ ਮੰਗਿਆ ਵੀਰ, ਸਭ ਕੁਝ ਦਿੱਤਾ ਹੀ, ਪਰ ਜਾਣ ਲੱਗਿਆ ਅੰਤਲੇ ਸਮੇਂ ਮੇਰੀ ਚੀਖਾਂ ਨੂੰ ਅੱਗ ਤੁਸੀਂ ਦਿਖਾਣੀ। ਹਜ਼ੂਰ ਤੋਂ ਕੀ ਮਾਤਾ ਖੀਵੀ ਉਸ ਇਸਤਰੀ ਨੂੰ ਕਦੀ ਕੋਈ ਭੁੱਲ ਸਕੇਗਾ ਜਿਹਨੂੰ ਸੱਤੇ ਬਲਵੰਡ ਨੇ ਕਿਹਾ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਂ ਪਤਰਾਲੀ। ਕਹਿੰਦੇ ਨੇ ਮਾਂ ਖੀਵੀ ਉਹ ਨੇਕ ਇਸਤਰੀ ਹੈ ਜਿਹਦੇ ਕੋਲ ਇਹੋ ਜਿਹੀ ਠੰਡੀ ਛਾਂ ਹੈ ਜਿਵੇਂ ਸੰਘਣੇ ਪੱਤਰ ਹੋਣ, ਤੇ ਕਹਿਣ ਲੱਗੇ ਮਾਂ ਜਦੋਂ ਤੇਰੇ ਕੋਲ ਆ ਕੇ ਬਹੀ ਬਹਿ ਤੇ ਇੰਜ ਲੱਗਦਾ ਜਿਵੇਂ ਅੰਦਰ ਦਾ ਤਾਪ ਕੱਟਿਆ ਜਾਂਦਾ। ਹੈ ਤਾਂ ਇੱਕ ਔਰਤ ਹੀ ਨਾ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਂ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆਲੀ, ਮਾਂ ਲੰਗਰ ਵੰਡਦੀ ਏ ਖਜ਼ਾਨੇ ਵੰਡਦੀ ਏ। ਉਸ ਤੋਂ ਅੱਗੇ ਚੱਲੋ ਕੀ ਧੰਨ ਗੁਰੂ ਅੰਗਦ ਸਾਹਿਬ, ਮਾਂ ਖੀਵੀ ਜਿਹੜੀ ਇੰਨੇ ਪੱਤਰਾਂ ਵਾਲੀ ਠੰਡੀ ਛਾਂ ਪਈ ਦਿੰਦੀ ਏ ਸੰਘਣੇ ਪੱਤਰਾਂ ਵਾਲੀ, ਤੇ ਉਹਦੀ ਕੁੱਖ ਵਿੱਚੋਂ ਜੰਮੀ ਹੋਈ ਬੀਬੀ ਅਮਰੋ, ਕੀ ਉਹਨੂੰ ਸੁਣ ਕੇ ਕਿਸੇ ਨੂੰ ਠੰਡ ਨਹੀਂ ਪਈ? ਦੇਖੋ ਇੱਕ ਇਸਤਰੀ ਏ, ਇੱਕ ਬੱਚੀ ਹੈ, ਇੱਕ ਬੀਬੀ ਸ਼ਬਦ ਅੰਮ੍ਰਿਤ ਵੇਲੇ ਪੜ੍ਹਦੀ ਪਈ ਏ ਕਿ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਮ ਤਿਤਲਾਗ ਰਹੀ, ਤੇ 60 ਸਾਲ ਦਾ ਬਾਬਾ ਜਿਹਨੂੰ 20 ਸਾਲ ਦੇ ਕਰੀਬ ਹੋ ਗਏ ਨੇ ਤੀਰਥਾਂ ਤੇ ਨਹਾਉਂਦਿਆਂ, ਕੇਵਲ ਬੀਬੀ ਅਮਰੋ ਦੀ ਆਵਾਜ਼ ਕੰਨਾਂ ਵਿੱਚ ਪਈ, ਉਸ ਆਵਾਜ਼ ਦਾ ਕੀ ਲਿਆ? ਇੱਕ ਬੀਬੀ ਤੋਂ ਸ਼ਬਦ ਸੁਣ ਕੇ ਬਾਬੇ ਨਾਨਕ ਦੇ ਘਰ ਦਾ ਸੇਵਾਦਾਰ ਬਣਿਆ। ਕੇਵਲ ਸੇਵਾਦਾਰ ਨੀ, ਗੁਰਤਾ ਗੱਦੀ ਤੇ ਬੈਠੇ। ਉਸ ਤੋਂ ਅੱਗੇ ਚੱਲੋ, ਕਦੀ ਤੱਕੋ ਬੀਬੀ ਭਾਨੀ ਦੀ ਸੇਵਾ ਕੋਈ ਘੱਟ ਹੈ? ਬੜੀ ਸੋਹਣੀ ਗੱਲ ਕਹੀ ਸੀ ਆਪਣੇ ਪੁੱਤਰ ਧੰਨ ਗੁਰੂ ਅਰਜਨ ਸਾਹਿਬ ਨੂੰ ਕੋਲ ਬਿਠਾ ਕੇ ਗੱਲ ਕਹੀ ਸੀ, ਲਾਲ ਜੀ ਪਿਤਾ ਵਿੱਚ ਮੋਹ ਨਾਂ ਦੀ ਕੋਈ ਚੀਜ਼ ਨਹੀਂ, ਸ਼ਬਦ ਵਰਤੇ ਸਨ, ਇਹ ਮਾਂ ਸੀ ਨਾ। ਕਹਿਣ ਲੱਗੇ ਬੇਟਾ ਪਿਤਾ ਵਿੱਚ ਮੋਹ ਦੀ ਤੰਦ ਕੋਈ ਨਹੀਂ ਮੇਰੇ ਲਾਲ, ਜੇ ਪਿਤਾ ਨੂੰ ਖੁਸ਼ ਕਰਨੀ ਬਸ ਤੂੰ ਸਿੱਖ ਬਣ ਜੀ ਤੇ ਪਿਤਾ ਨੂੰ ਗੁਰੂ ਜਾਣ ਲੈ। ਇੰਨੀ ਘਾਲਣਾ ਕੀਤੀ ਉਸ ਬੀਬੀ ਨੇ, ਤੇ ਅੱਜ ਤੀਕਰਾਂ ਉਹਦੇ ਸ਼ਬਦ ਅਸੀਂ ਪੜ੍ਹਨੇ ਆ ਕਿ ਗੁਰੂ ਅਰਜਨ ਦੇਵ ਨੂੰ ਲੋਹੜੀ ਦਿੱਤੀ ਤੇ ਸ਼ਬਦ ਕਹਿ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਉਹ ਕਹਿੰਦੇ ਨੇ ਇਸਤਰੀ ਯੱਗ ਵਿੱਚ ਧਰਮ ਦੇ ਕਰਮ ਵਿੱਚ ਨਹੀਂ ਸ਼ਾਮਿਲ ਹੋ ਸਕਦੀ, ਤੇ ਮੇਰਾ ਗੁਰੂ ਅਰਜਨ ਸਾਹਿਬ ਕਹਿੰਦਾ ਮਾਂ ਇੱਕ ਇਸਤਰੀ ਏ, ਜੇ ਮਾਂ ਅਸੀਸ ਦੇ ਦੇ ਤੇ ਰੱਬ ਕਦੀ ਭੁੱਲਦੇ ਹੀ ਨਹੀਂ। ਧਿਆਨ ਦਿਆ ਜੇ ਬੀਬੀ ਭਾਨੀ। ਉਸ ਤੋਂ ਅੱਗੇ ਚੱਲੋ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਸਭ ਤੋਂ ਵੱਡੇ ਸਪੁੱਤਰ ਨੇ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦੀ ਜਿੱਦਣ ਆਮਦ ਹੋਈ ਨਾ, ਤੇ ਕਹਿੰਦੇ ਨੇ ਹਜ਼ੂਰ ਘਰ ਆਏ ਤੇ ਮਾਤਾ ਗੰਗਾ ਜੀ ਉਹਨਾਂ ਨੇ ਸਤਿਕਾਰ ਨਾਲ ਪੁੱਤਰ ਨੂੰ ਪਿਆਰ ਦਿੱਤਾ ਤੇ ਨਾਲ ਇੱਕ ਸ਼ਬਦ ਵਰਤਿਆ ਸੀ। ਵੇਖੋ ਮਾਈਆਂ ਦੀ ਇੱਕ ਅੰਦਰ ਦੀ ਭੁੱਖ ਹੁੰਦੀ ਹੈ, ਜੇ ਇੱਕ ਬੱਚਾ ਹੋ ਜਾਏ ਪਹਿਲਾਂ ਕਹਿੰਦੀਆਂ ਸਨ ਰੱਬਾ ਮਿਹਰ ਕਰੀ ਮੇਰੇ ਪੁੱਤਰ ਦੀ ਜੋੜੀ ਰਲਾਈ। ਉਹਨਾਂ ਮਾਤਾ ਗੰਗਾ ਜੀ ਨੇ ਇੱਕ ਸ਼ਬਦ ਵੇਖੇ ਵਰਤੇ, ਕਹਿਣ ਲੱਗੇ
ਕਿ ਬੇਟਾ ਗੁਰੂ ਨਾਨਕ ਮੇਰ ਕਰੇ ਮੇਰੇ ਪੋਤਿਆਂ ਦੀ ਜੋੜੀ ਰਲੇ। ਹਜ਼ੂਰ ਨੇ ਹੱਸ ਕੇ ਕਿਹਾ, ਮਾਂ ਅਸੀਸ ਦੇ, ਇੱਕ ਕੰਨਿਆ ਦਾ ਜਨਮ ਹੋਵੇ ਜਿਹਦੇ ਨਾਲ ਗ੍ਰਿਸ਼ ਦੀ ਸੰਪੂਰਨਤਾ ਹੋਵੇਗੀ। ਜੇ ਮਾੜਾ ਨਖੇਧ ਹੁੰਦਾ ਕਦੀ ਕਹਿੰਦੇ ਸ਼ਬਦ ਵਰਤੇ ਸਨ, ਸ਼ੀਲ ਖਾਨ ਕੰਨਿਆ ਇੱਕ ਹੋਵੇ ਜਾਂ ਤੇ ਨਾਹੀਂ ਗ੍ਰਿਸ਼ਤ ਬਗੋਵੇ। ਜਿਤਨ ਬੀਬੀ ਵੀਰੋ ਦਾ ਜਨਮ ਹੋਇਆ ਓਨੀ ਪ੍ਰਸੰਨਤਾ ਹਜ਼ੂਰ ਨੇ ਜ਼ਾਹਰ ਕੀਤੀ ਜਿੰਨੀ ਪ੍ਰਸੰਨਤਾ ਆਪਣੇ ਪੁੱਤਰ ਬਾਬੇ ਗੁਰਦਿੱਤੇ ਦੇ ਵੀ ਕੀਤੀ ਸੀ। ਹੈਰਾਨਗੀ ਦੀ ਗੱਲ ਹੈ, ਅੱਜ ਅਸੀਂ ਦੇਖਦੇ ਹਾਂ ਲੋਹੜੀ ਮਨਾਉਂਦੇ ਹਾਂ, ਕਿਉਂ ਰੋਕਿਆ ਜਾਂਦਾ ਲੋਹੜੀ ਨਾ ਮਨਾਓ? ਇੱਕ ਬੱਚੀ ਜੰਮੇ ਉਹਦੇ ਵੇਲੇ ਘਰ ਰੋਣਾ, ਇੱਕ ਬੱਚੇ ਦਾ ਜਨਮ ਹੋਵੇ ਤੇ ਘਰ ਦੇ ਬੁਰੂਵੇ ਪੱਟ ਮਾਰਨੇ? ਉਸ ਤੋਂ ਅੱਗੇ ਚੱਲੋ ਦੇਖੋ ਇਸਤਰੀ ਦਾ ਯੋਗਦਾਨ। ਮਾਤਾ ਨਾਨਕੀ, ਮੈਂ ਵਿੱਚੋਂ ਵਿੱਚ ਅਰਜ਼ ਕਰ ਰਿਹਾ, ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ, ਕਿੰਨਾ ਕੁ ਉਹਨਾਂ ਨੇ ਘਾਲਣਾ ਕੀਤੀ, ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਵਿੱਚ ਰਹੇ। ਪੁੱਤਰ ਜਦੋਂ ਭਜਨ ਬੰਦਗੀ ਕਰਦਾ, ਮਾਂ ਦਾ ਯੋਗਦਾਨ ਸੀ। ਉਹਨਾਂ ਨੇ ਆਪਣੇ ਪੁੱਤਰ ਨੂੰ ਇੱਥੋਂ ਤੱਕ ਪਹੁੰਚਾ ਦਿੱਤਾ, ਇੰਨੀਆਂ ਨਸੀਹਤਾਂ ਦੇ ਕੇ। ਤੇ ਜਦੋਂ ਮਾਤਾ ਗੁਜਰੀ ਦੀ ਗੱਲ ਕਰਨੇ ਆ, ਉਹਨਾਂ ਦਾ ਕੋਈ ਮੁਕਾਬਲਾ ਹੀ ਕੋਈ ਨਹੀਂ। ਇੱਥੋਂ ਤੱਕ ਕਿ ਜਿੱਦਣ ਜੇ ਦੇਖਣਾ ਗੁਰੂ ਨਾਨਕ ਦੇ ਘਰ ਇਸਤਰੀ ਦਾ ਯੋਗਦਾਨ, ਦੋਨੋਂ ਛੋਟੇ ਸਾਹਿਬਜ਼ਾਦੇ ਤੁਰਨ ਲੱਗੇ ਨੇ ਤੇ ਅੱਲਾ ਯਾਰ ਖਾਂ ਜੋਗੀ ਕਹਿੰਦਾ, ਦੇਖੋ ਸ਼ੇਰ ਮਾਂ ਦਾ ਹਿਰਦਾ, ਸ਼ੇਰ ਨੂੰ ਜੰਨ ਵਾਲੀ ਮਾਂ ਦਾ ਹਿਰਦਾ। ਜਦੋਂ ਦੋਨੋਂ ਲਾਲ ਤੁਰੇ ਤੇ ਕਹਿਣ ਲੱਗੇ ਕਿ ਬੇਟਾ ਆਓ, ਜਾਣੇ ਸੇ ਪਹਿਲੇ ਗਲੇ ਲਗਾ ਤੋ ਲੂੰ, ਪਤਾ ਮੇਰੇ ਪੁੱਤਰਾਂ ਨੇ ਅੱਜ ਮੌਤ ਨੂੰ ਵਿਆਹ ਜਿਵੇਂ ਕੋਈ ਦੁਨੀਆਦਾਰ ਮਾਂ ਹੁੰਦੀ ਤੇ ਝੱਲੀ ਨਾ ਹੋ ਜਾਂਦੀ? ਉਹ ਕੀ ਲੋੜ ਸੀ ਠੰਡੇ ਬੁਰਜ ਤੇ ਬਹਿਣ ਦੀ? ਕਹਿਣ ਲੱਗੀ, ਬੇਟਾ ਆਓ, ਜਾਣੇ ਸੇ ਪਹਿਲੇ ਗਲੇ ਲਗਾ ਤੋ ਲੂੰ, ਕੇਸ਼ੋ ਮੈਂ ਕੰਘੀ ਕਰੂੰ, ਮੁੱਖ ਦੁਲਾ ਤੋ ਲੂੰ। ਬਾਬਾ ਫਤਿਹ ਸਿੰਘ ਪੁੱਛਦੇ ਨੇ, ਮਾਂ ਅੱਜ ਇੰਨਾ ਉਚੇਚ ਕਿਉਂ? ਕਹਿਣ ਲੱਗੀ, ਬੇਟਾ ਮਰਨੇ ਸੇ ਪਹਿਲੇ ਦੁਲਹਾ ਬਣਾ ਤੋ ਲੂੰ, ਮੌਤ ਨੂੰ ਵਰਨ ਚੱਲੇ ਹੋ ਤੇ ਮੈਂ ਸ਼ਿੰਗਾਰ ਕੇ ਤੋਰਾਂ। ਬਾਪੂ ਸੋਹਣ ਸਿੰਘ ਸੀਤਲ ਨੇ ਬੜੀ ਸੋਹਣੀ ਇੱਥੇ ਗੱਲ ਕਹੀ ਹੈ, ਮੈਂ ਅਰਜ਼ ਕਰਨੀ ਚਾਹੁੰਦਾ ਕਿ ਇੱਥੇ ਗੁਰਮੁਖੋ, ਧੀਓ, ਧੀਆਂ, ਬੀਬੀਆਂ, ਭੈਣਾਂ, ਮਾਵਾਂ, ਉਹਨਾਂ ਦਾ ਕਿੰਨਾ ਕੁ ਉੱਚਾ ਰੁਤਬਾ ਹੈ। ਮਾਤ ਗੁਜਰੀ ਬਾਪੂ ਸੋਹਣ ਸਿੰਘ ਸੀਤਲ ਲਿਖਦੇ ਨੇ, ਚੱਲ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਠੰਡੇ ਬੁਰਜ ਤੋਂ ਤੁਰੇ ਨੀ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵਿੱਚ ਜਾ ਕੇ। ਦੇਖਿਓ ਹੁਣ ਮਾਂ ਦਾ ਅੰਦਰ ਦਾ ਰੋਲ ਕੀ ਹੈ, ਕੋਈ ਰੋਈ ਨਹੀਂ, ਸ਼ਬਦ ਕੀ ਵਰਤੇ, ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵਿੱਚ ਜਾ ਕੇ, ਸਾਡਾ ਜੀ ਨਹੀਂ ਲੱਗਣਾ, ਤੁਸੀਂ ਛੇਤੀ ਆਉਣਾ, ਨਹੀਂ ਤੇ ਰੁਸਪੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ। ਕਹਿੰਦੇ ਨੇ ਅੱਗੋ ਫਿਰ ਉਹ ਮਮਤਾ ਦੀ ਮੂਰਤ, ਭਾਣੇ ਨੂੰ ਮੰਨਣ ਵਾਲੀ ਮਾਂ ਉੱਠੀ ਤੇ ਉਹਨੇ ਪਤਾ ਕੀਤਾ ਕਿ ਕਹਿਣ ਲੱਗੀ, ਚੱਲੋ ਮੇਰੇ ਹੀਰਿਓ, ਮੈਂ ਮਗਰੇ ਆਵਾਂ, ਪੁੱਤਾਂ ਬਾਦੋ ਜਿਉਂਦੀਆਂ ਕਦ ਸੁਣੀਆਂ ਮਾਵਾਂ। ਕਹਿਣ ਲੱਗੇ, ਮਾਂ ਪੁੱਤ ਦੀ ਸਾਂਝ ਜਿਉ ਚਾਨਣ ਪਰਛਾਵਾਂ, ਜਿੱਧਰ ਉਹਦੇ ਹੰਸ ਉਧਰ ਜਾਂਦੀਆਂ ਡਾਰਾਂ, ਟੋਰ ਘਰ ਦੀਆਂ ਰੌਣਕਾਂ ਮੈਂ ਪੰਥ ਵਸਾਵਾਂ। ਕਿਉਂ ਜੀ ਅੰਦਰ ਦੀ ਭਾਵਨਾ ਸੀ ਉਸ ਮਾਤਾ ਗੁਜਰੀ ਦੀ। ਉਸ ਤੋਂ ਅੱਗੇ ਤੱਕੋ, ਜਿੱਦਣ ਤਿਆਰ ਕੀਤਾ ਅੰਮ੍ਰਿਤ, ਆਪਣੇ ਸੱਜਣ ਗੁਰਮੁਖ ਕਈ ਕਹਿੰਦੇ ਨੇ ਕਿ ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਪਾਏ, ਗੁਰਮੁਖੋ ਪਤਾਸੇ ਮਾਤਾ ਜੀਤੋ ਜੀ ਨੇ ਪਾਏ ਨੇ। ਹੁਣ ਇਹ ਵੀ ਕਿਹਾ ਜਾਂਦਾ ਜੀ ਸਿਰਫ ਮਾਤਾ ਸੁੰਦਰੀ ਜੀ ਸਨ,
ਮੈਂ ਕਹਿੰਦਾ ਕਿਹੜੇ ਪਾਸੇ ਅਸੀਂ ਤੁਰਨੇ ਪਏ ਹਾਂ ਗੁਰੂ ਦੇ ਇਤਿਹਾਸ ਨੂੰ? ਤਿੰਨ ਥਾਵਾਂ ਨੇ, ਮਾਤਾ ਜੀਤੋ ਜੀ ਦਾ ਸਥਾਨ ਅਨੰਦਪੁਰ ਸਾਹਿਬ ਹੈ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਦਾ ਸਥਾਨ ਦਿੱਲੀ ਹੈ। ਮਾਤਾ ਜੀਤੋ ਜੀ ਨੇ ਉਸ ਵੇਲੇ ਪਤਾਸੇ ਪਾਏ ਨੇ ਕਿ ਇਸਤਰੀ ਦਾ ਵੱਡਾ ਯੋਗਦਾਨ ਨਹੀਂ। ਦੇਖੋ ਜਿਸ ਨੂੰ ਇਹ ਸ਼ਬਦ ਵਰਤੇ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਖਾਲਸਾ, ਉਹ ਪਰਿਭਾਸ਼ਾ ਦਿੰਦਾ, ਕਹਿੰਦਾ ਖਾਲਸਾ ਪਤਾ ਕੀ ਹੈ? ਕਹਿੰਦਾ ਅਸਲ ਵਿੱਚ ਰੱਬ ਦੀ ਆਪਣੀ ਤਸਵੀਰ। ਕਹਿੰਦਾ ਚਿੱਤਰਕਾਰ ਮੂਰਤਾਂ ਬਣਾਉਂਦਾ, ਕਦੀ ਪੈਸੇ ਲੈ ਕੇ ਕਿਤੇ ਮਜਬੂਰੀ ਵਿੱਚ ਆ ਕੇ ਬਣਾਉਣੀ ਪੈਂਦੀ ਹੈ, ਜਦੋਂ ਕਿਤੇ ਬਹਿੰਦਾ ਆਪਣੀ ਮੌਜ ਵਿੱਚ ਮੂਰਤ ਬਣਾਉਂਦਾ, ਉਸ ਮੂਰਤ ਵਰਗੀ ਕੋਈ ਮੂਰਤ ਹੀ ਨਹੀਂ। ਉਹਨੇ ਸ਼ਬਦ ਵਰਤਿਆ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉਹਦੀ ਮੌਜ ਵਿੱਚ ਪ੍ਰਗਟ ਹੋਇਆ। ਮਾਤਾ ਸਾਹਿਬ ਕੌਰ, ਇੰਨਾ ਵੱਡਾ ਦਰਜਾ, ਜਿਸ ਦਿਨ ਇਹ ਕਿਹਾ ਸੀ ਕਿ ਮੈਨੂੰ ਵੀ ਪੁੱਤਰ ਦੀ ਦਾਤ ਚਾਹੀਦੀ ਏ, ਗੁਰਮੁਖੋ ਮਾਂ ਕਿੰਨੇ ਭਾਗਾਂ ਵਾਲੀ ਹੋਵੇਗੀ। ਜਿਸ ਦਿਨ ਭਰੇ ਦਰਬਾਰ ਵਿੱਚ ਕਿਹਾ ਸੀ ਮਾਤਾ ਸਾਹਿਬ ਕੌਰ ਨੂੰ, ਅੱਜ ਤੋਂ ਬਾਅਦ ਭਾਈ ਦਇਆ ਸਿੰਘ ਵਰਗੇ, ਭਾਈ ਧਰਮ ਸਿੰਘ ਵਰਗੇ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ, ਜਿਹੜੇ ਤਿਆਰ ਪਰ ਤਿਆਰ ਗੁਰੂ ਕਾ ਖਾਲਸਾ ਤੇਰੀ ਝੋਲੀ ਵਿੱਚ ਪਾਇਆ, ਤੇ ਚੇਤੇ ਰੱਖੀ ਤੂੰ ਉਹ ਮਾਂ ਬਣੇਗੀ ਜਿਹੜੀ ਰਹਿੰਦੀ ਦੁਨੀਆਂ ਤੱਕ ਹੀ ਸਪੂਤੀ ਰਹੇਗੀ, ਤੇਰੀ ਗੋਦ ਕਦੀ ਵੀ ਖਾਲੀ ਨਹੀਂ ਹੋਵੇਗੀ। ਕੀ ਉਸ ਮਾਂ ਨੂੰ ਇੰਨਾ ਉੱਚਾ ਦਰਜਾ ਨੇ? ਹਜ਼ੂਰ ਨੇ ਕਿਰਪਾ ਕੀਤੀ, ਬੀਬੀ ਸ਼ਰਨ ਕੌਰ ਨੂੰ ਕੌਣ ਭੁੱਲ ਸਕਦਾ ਹੈ, ਜਿਹੜੀ ਚਮਕੌਰ ਵੀ ਸ਼ਹੀਦਾਂ ਦੇ ਸੰਸਕਾਰ ਪਈ ਕਰਦੀ। ਬੀਬੀ ਹਰਸ਼ਰਨ ਕੌਰ ਨੂੰ ਕੌਣ ਭੁੱਲ ਸਕਦਾ ਹੈ ਕਿ ਜਿਹੜੀ ਨਲਵੇ ਦਾ ਸੰਦੇਸ਼ ਲੈ ਕੇ ਆਉਂਦੀ ਪਈ ਏ? ਉਹ ਮਾਈ ਭਾਗੋ ਨੂੰ ਕੌਣ ਭੁੱਲੇਗਾ ਜਿਹੜੀ ਆ ਕੇ ਕਹਿੰਦੀ ਹੈ ਦਾਤਿਆ ਮੇਰੇ ਵੀਰ ਨੇ ਕਿਰਪਾ ਕਰਕੇ ਮੁਕਤ ਕਰ ਦੇਵੀ। ਹਜ਼ੂਰ ਨੇ ਅੱਜ ਕਿਰਪਾ ਕੀਤੀ, ਉਹਨਾਂ ਲੋਕਾਂ ਨੂੰ ਖਾਸ ਕਰਕੇ ਸੁਚੇਤ ਕਰਦੇ ਪਏ ਨੇ ਜਿਹੜੇ ਇਸਤਰੀ ਨੂੰ ਨਿੰਦਣ ਤੇ ਚੱਲੇ। ਸ਼ਬਦ ਵਰਤੇ, ਕਹਿਣ ਲੱਗੇ ਭੰਡ ਜੰਮੀਐ ਭੰਡ ਨਿੰਮੀਐ। ਤਵੱਜੋ ਦਿਆ ਜੇ, ਨਿੰਮੀਐ ਤੇ ਜੰਮੀਐ ਦੋ ਸ਼ਬਦ ਨੇ। ਭੰਡ ਦਾ ਅਰਥ ਕਰਾਂਗੇ ਇਸਤਰੀ, ਤੇ ਭੰਡ ਦੇ ਢੱਡੇ ਨੂੰ ਲੱਗੀ ਹੈ ਸਿਹਾਰੀ, ਭੰਡ ਤੋਂ ਇਸਤਰੀ ਤੋਂ। ਨਿੰਮੀਐ ਅਰਥ ਨਿੰਮੀਐ ਤੋਂ ਕਰਾਂਗੇ। ਕਹਿਣ ਲੱਗੇ ਉਹ ਵੇਖ ਪਾਪੀ ਬੰਦਿਆ, ਜਿਸ ਨੇ ਆਪਣੀ ਗੋਦ ਵਿੱਚ ਰੱਖ ਕੇ ਇੱਕ ਨਿੱਕੀ ਜਿਹੀ ਬੂੰਦ ਤੋਂ ਤੈਨੂੰ ਨਿੰਮ ਕੇ ਸੰਭਾਲਿਆ, ਤੂੰ ਉਸ ਔਰਤ ਲਈ ਭੈੜੇ ਸ਼ਬਦ ਵਰਤਣਾ ਪਏ। ਭੰਡ ਜੰਮੀਐ ਭੰਡ ਨਿੰਮੀਐ, ਇਸਤਰੀ ਤੋਂ ਹੀ ਮਨੁੱਖ ਤੇਰਾ ਸਰੀਰ ਨਿੰਮਿਆ ਗਿਆ, ਭੰਡ ਜੰਮੀਐ ਤੇ ਇਸਤਰੀ ਤੋਂ ਹੀ ਤੇਰਾ ਜਨਮ ਹੋਇਆ। ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵਿਆਹ ਹੋ, ਤੇ ਜਦੋਂ ਤੇਰਾ ਜਨਮ ਇਸਤਰੀ ਤੋਂ ਹੋਇਆ, ਤੇ ਚੇਤੇ ਰੱਖੀ ਜਦੋਂ ਗ੍ਰਿਸਤ ਵਿੱਚ ਪ੍ਰਵੇਸ਼ ਕਰਨਾ, ਤੇਰੀ ਮੰਗਣੀ ਵੀ ਇਸਤਰੀ ਤੋਂ ਵੇ, ਤੇ ਤੇਰਾ ਵਿਆਹ ਵੀ ਇਸਤਰੀ ਨਾਲ ਹੁੰਦਾ ਪਿਆ। ਸਾਹਿਬ ਨੇ ਅਗਲੇ ਸ਼ਬਦ ਵਰਤੇ, ਭੰਡੋ ਹੋਵੇ ਦੋਸਤੀ। ਇਹਦੇ ਅਰਥ ਹੋਰ ਨਾ ਕੱਢੀਏ ਕਿ ਭੰਡੋ ਹੋਵੇ ਦੋਸਤੀ ਦਾ ਅਰਥ ਹੈ ਕਿ ਇੱਕ ਇਸਤਰੀ ਹੈ ਜਿਹਦੇ ਨਾਲ ਤੇਰੇ ਅੱਗੇ ਰਿਸ਼ਤੇਦਾਰੀਆਂ ਦੇ ਸੰਬੰਧ ਬਣਦੇ ਨੇ। ਕਹਿਣ ਲੱਗੇ ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ। ਕਹਿਣ ਰਾਹ ਭੰਡ ਤੋਂ ਹੀ, ਇਸਤਰੀ ਤੋਂ ਹੀ ਆ ਸੰਸਾਰ ਦੀ ਇੱਕ ਰੀਤ ਅੱਗੇ ਚੱਲਦੀ ਪਈ ਆ, ਪਿਸ਼ਤ ਦਰ ਪੁਸ਼ਤ, ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੀ ਏ। ਭੰਡ ਮੂਆ ਦੇਖ, ਜਿਸ ਦਿਨ ਇਸਤਰੀ ਦੀ ਮੌਤ ਹੋ ਜਾਏ, ਭੰਡ ਭਾਲੀਐ ਬੰਦੇ ਨੂੰ ਘਰ ਖਾਣ ਨੂੰ ਪੈਂਦਾ, ਇਸਤਰੀ ਦੀ ਮੌਤ ਤੋਂ ਬਾਅਦ ਯਤਨ ਕਰਦਾ ਵੀ ਹੋਰ ਇਸਤਰੀ ਲੱਭੇ, ਯਤਨ ਕੀਤਾ ਜਾਂਦਾ ਸ਼ਾਦੀ ਰਚਾ ਕੇ ਮੈਂ ਅਧੂਰੇ ਘਰ ਨੂੰ ਪੂਰਾ ਕਰਾਂ। ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ। ਸਾਹਿਬ ਕਹਿਣ ਲੱਗੇ ਸੱਜਣਾ ਚੇਤੇ ਰੱਖ,
ਕਿ ਇਸਤਰੀ ਦੇ ਨਾਲ ਹੀ ਬੰਧਾ ਅੰਦਰਥ ਸਾਹਿਬ ਕਰਦੇ ਪਏ ਨੇ, ਗੁਰਮੁਖ ਰਿਸ਼ਤੇਦਾਰੀਆਂ ਬਣਦੀਆਂ। ਤੂੰ ਹੋਰ ਅੱਗੇ ਵੱਧ ਨਹੀਂ। ਫਿਰ ਨਾਲ ਕਹਿਣ ਲੱਗੇ, ਮੈਨੂੰ ਇੱਕ ਗੱਲ ਦੱਸ, ਜਿਹਨੇ ਜਨਮ ਦਿੱਤਾ, ਜਿਹਨੇ ਨੰਮਿਆ, ਜਿਹਦੇ ਨਾਲ ਸ਼ਾਦੀ ਹੋਈ, ਜਿਹਦੇ ਨਾਲ ਵਿਆਹ ਹੋਇਆ, ਜਿਹਦੇ ਮਰਨ ਤੋਂ ਬਾਅਦ ਘਰ ਖਾਣ ਨੂੰ ਪਿਆ, ਤੇ ਕਹਿਣ ਲੱਗੇ ਸੋ ਕਿਉਂ ਮੰਦਾ ਆਖੀ ਹੈ, ਉਹਨੂੰ ਕਿਉਂ ਮਾਰਿਆ, ਕਹਿਣਾ ਕਿਉਂ ਨਿੰਦਣਾ ਪਿਆ। ਜਿੱਤ ਜੰਮਹਿ ਰਾਜਾਨ, ਉਹ ਜਿੰਨੇ ਵੱਡੇ ਵੱਡੇ ਰਾਜਿਆਂ ਨੂੰ ਜਨਮ ਦਿੱਤਾ, ਆ ਗੁੱਦੜ ਸਿੰਘ ਵਰਗੇ ਸੰਤ, ਉਹ ਮਹਾਰਾਜਾ ਰਣਜੀਤ ਸਿੰਘ ਦੀ ਮਾਂ, ਜਦੋਂ ਕਿਤੇ ਉਹਨੂੰ ਵੀ ਕੋਈ ਖਤਮ ਕਰਨ ਲੱਗਾ ਜੰਮਦਿਆਂ, ਉਹਨੇ ਕਿਹਾ ਪਾਪ ਨਾ ਕਰਿਓ, ਇਹਦੀ ਕੁੱਖ ਨੇ ਮਹਾਬਲੀ ਸੂਰਮੇ ਨੂੰ ਜਨਮ ਦੇ। ਕਦੀ ਤੱਕੋ ਸੋ ਕਿਉਂ ਮੰਦਾ ਆਖੀ ਹੈ, ਉਹ ਕਿਵੇਂ ਮੰਦਾ ਆਖੋਗੇ ਜਿਹਨੇ ਹਰੀ ਸਿੰਘ ਨਲਵੇ ਨੂੰ ਜਨਮ ਦਿੱਤਾ, ਜਿਹਨੇ ਅਕਾਲੀ ਫੂਲਾ ਸਿੰਘ ਨੂੰ ਜਨਮ ਦਿੱਤਾ। ਉਹ ਜਿਹੜੀ ਮਾਂ ਆਪਣੇ 4 ਸਾਲ ਦੇ ਬੱਚੇ ਨੂੰ ਗੋਦੀ ਵਿੱਚ ਪਾ ਕੇ ਜੰਗਲਾਂ ਵਿੱਚ ਲਿਜਾ ਕੇ ਕੀਰਤਨ ਸੁਣਾਉਂਦੀ ਰਹੀ, ਅੱਜ ਦੇ ਆਗੂ ਵਿੱਚ ਤੇ ਉਦੋਂ ਦੇ ਆਗੂ ਚ ਜ਼ਮੀਨ ਅਸਮਾਨ ਦਾ ਫਰਕ। ਜੇ ਗੁਰਮੁਖੋ ਖਿਮਾ ਕਰਿਓ, ਤਬਾਹੀ ਦੇ ਕੰਢੇ ਅਸੀਂ ਆਏ ਖਲੋਤੇ ਹਾਂ। ਇਹਦਾ ਕਾਰਨ ਪਤਾ ਕੀ ਹੈ? ਉੱਥੋਂ ਦਾ ਆਗੂ ਸੋਚਦਾ, ਖਾਸ ਕਰਕੇ ਉੱਥੋਂ ਦਾ, ਕਿ ਬਾਣੀ ਪੜ੍ਹਨ ਦੀ ਭਾਈਆਂ ਦਾ ਕੰਮ ਹੈ, ਕੀਰਤਨ ਕਰਨਾ ਰਾਗੀਆਂ ਦਾ ਕੰਮ ਹੈ। ਇੱਥੋਂ ਤੱਕ ਕਿ ਇਸ ਬਾਣੇ ਵਾਲਾ ਵੀ ਕੋਈ ਸ਼ਬਦ ਵਰਤੇ, ਅਖੀਰ ਤੇ ਉਹਦਾ ਮਜ਼ਾਕ ਹੀ ਉਡਾਇਆ ਜਾਂਦਾ, 2 ਟਿੱਕੇ ਦਾ ਭਾਈ। ਕਦੀ ਜੱਸਾ ਸੰਘਾਲੋ ਵਾਲੀ ਵੱਲ ਤੱਕੋ, ਮਾਂ ਲੈ ਤੁਰੀ ਮਾਂ ਸੁੰਦਰੀ ਕੋਲ ਕੇ ਮੇਰੇ ਬੱਚੇ ਨੂੰ ਅਸ਼ੀਸ਼ ਦੇ ਕੀਰਤਨ ਨਾਲ ਜੁੜੇ, ਅਕਾਲ ਤਖ਼ਤ ਤੇ ਆ ਕੇ ਕੀਰਤਨ ਕੀਤਾ ਮਾਂ ਪੁੱਤਰ ਨੇ। ਪੰਥ ਨੇ ਝੋਲੀ ਅੱਡ ਕੇ ਮੰਗ ਲਿਆ, ਮਾਈ ਏਨਾ ਸੋਹਣਾ ਕੀਰਤਨ ਕਰਦਾ, ਬੱਚਾ ਸਾਨੂੰ ਦੇ ਦੇ। ਕਹਿਣ ਲੱਗੀ ਇਹ ਪੰਥ ਦਾ ਹੀ। ਉਹ ਜਰਨੈਲ ਜਦੋਂ ਜੰਗ ਹੋਇਆ, ਉੱਪਰ ਗੜੇ ਦੇ ਮੈਦਾਨ ਵਿੱਚ ਵੱਡਾ ਘੱਲੂਕਾਰਾ, 35,000 ਦੇ ਕਰੀਬ ਸਿੰਘ ਸ਼ਹੀਦ ਕਰ ਦਿੱਤਾ, ਤੇ ਉਸ ਦਿਨ ਸਰਦਾਰ ਸੰਜੋਗ ਪਾ ਕੇ ਨਹੀਂ ਸੀ ਲੜਿਆ ਜੱਸਾ ਸਿੰਘ। ਕਹਿੰਦਾ ਸੰਜੋਗ ਪਾ ਕੇ ਲੜੇ ਤੇ ਕਾਹਦਾ ਲੜੇ, ਤੇ ਉਸ ਵੇਲੇ ਉਹਦੇ ਸਰੀਰ ਤੇ ਡੂੰਘੇ ਨਿਸ਼ਾਨ ਸਨ, ਤੇ ਦੁਸ਼ਮਣਾਂ ਵਿੱਚ ਘਿਰ ਗਿਆ, ਤੇ ਇੱਕੋ ਦਮ ਪਿੱਛੇ ਉਹਨਾਂ ਦਾ ਗੁਰਮੁਖ ਸਿੰਘ ਅੰਗ ਰੱਖੇ ਘੁੰਡਾ ਸੀ, ਉਹਨੇ ਘੋੜੇ ਨੂੰ ਛਾਂਟਾ ਮਾਰਿਆ, ਤੇ ਸਰਦਾਰ ਨੇ ਮੱਚੇ ਹੋਏ ਯੁੱਧ ਵਿੱਚ ਕਿਹਾ, ਗੁਰਮੁਖ ਸਿੰਘ ਖਬਰਦਾਰ, ਅੱਜ ਤੋਂ ਬਾਅਦ ਮੇਰੇ ਘੋੜੇ ਨੂੰ ਦੁਸ਼ਮਣ ਦੀ ਸਭ ਵਿੱਚ ਗਿਆ ਛਾਂਟਾ ਮਾਰਿਆ। ਕਹਿੰਦਾ ਸਰਦਾਰ ਸਾਹਿਬ ਤੁਸੀਂ ਕਿਹ ਗਏ? ਕਹਿਣ ਲੱਗਾ ਜੇ ਸਰਦਾਰ ਹੀ ਦੁਸ਼ਮਣ ਵਿੱਚੋਂ ਪਿੱਠ ਭਜਾ ਕੇ ਚਲਾ ਜਾਏ ਤੇ ਪਿੱਛੋਂ ਫੌਜਾਂ ਦਾ ਕੀ ਬਣੇਗਾ। ਕਹਿਣ ਲੱਗਾ ਮੈਨੂੰ ਖਾਲਸੇ ਨੇ ਪਾਤਸ਼ਾਹ ਦੀ ਪਦਵੀ ਦਿੱਤੀ ਹੈ, ਕਿਹੜਾ ਮੂੰਹ ਲੈ ਕੇ ਮੈਂ ਖਾਲਸੇ ਵਿੱਚ ਬਾਂਗਾ? ਮੈਂ ਭੱਜ ਕੇ ਆ ਗਿਆ ਲੋਕਾਂ ਦੇ ਪੁੱਤਰ ਮਰਵਾ ਕੇ। ਰਤਨ ਸਿੰਘ ਭੰਗੂ ਨੇ ਉੱਤੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਿ ਬੜੇ ਕਮਾਲ ਦੇ ਬਚਨ ਉਹਨਾਂ ਵਰਤੇ ਨੇ। ਕਹਿਣ ਲੱਗੇ ਮੈਂ ਖਾਲਸਾ ਪਾਤਸ਼ਾਹ ਕਹਾਇਓ, ਤੁਮ ਚਾਹਤ ਮੋਏ ਗੀਤੀ ਬਣਾਇਓ, ਮੈਨੂੰ ਗਿੱਦੜ ਬਣਾਉਣਾ ਚਾਹੁੰਦਾ। ਉਹਦੇ ਤਨ ਉੱਤੇ 19 ਫੱਤ ਨੇ, ਤੇ ਅੱਜ ਦੇ ਲੀਡਰ ਨੂੰ ਉੱਥੇ ਜਾ ਕੇ ਪੁੱਛਿਓ, ਸ਼੍ਰੋਮਣੀ ਕਮੇਟੀ ਵਿੱਚ ਖਲੋਂਦੇ ਮੈਨੂੰ ਖਿਮਾ ਕਰਿਓ, ਸਾਡੇ ਘਰ ਦਾ ਮਸਲਾ ਹੈ, ਉਹਨਾਂ ਨੂੰ ਨਿਤ ਨੇਮ ਦੀਆਂ ਬਾਣੀਆਂ ਦਾ ਪਤਾ ਨਹੀਂ। ਤੇ ਸਰਦਾਰ ਹਰਿਮੰਦਰ ਸਾਹਿਬ ਆਉਂਦੇ ਤੇ 19 ਰਾਗਾਂ ਵਿੱਚ ਇੱਕ ਗੁਲਦਸਤਾ ਪੇਸ਼ ਕੀਤਾ, 19 ਰਾਗਾਂ ਵਿੱਚ ਗੁਲਦਸਤਾ ਗਾਣਾ, ਕੀਰਤਨ ਕਰਦਾ ਤੇ ਕਿੰਨੇ ਕਿੰਨੇ ਘੰਟੇ ਬੈਠਾ ਤੰਤੀ ਸਾਜ ਲੈ ਕੇ ਕੀਰਤਨ ਕਰੀ ਜਾਂਦਾ। ਜਿਸ ਮਾਂ ਨੇ ਇਹੋ ਜਿਹਾ ਜਰਨੈਲ ਨੂੰ ਜਨਮ ਦਿੱਤਾ ਉਹਨੂੰ ਮੰਦਾ ਕਾਂਗ? ਸੋ ਕਿਉਂ ਮੰਦਾ ਆਖੀ ਹੈ ਜਿਸ ਜੰਮੈ ਰਾਜਾਨ? ਤੇ ਦੂਸਰੀ ਗੱਲ, ਇੱਕ ਗੁਰਮਤ ਨੇ ਬਹੁਤ ਵੱਡੀ ਪਾਬੰਦੀ ਲਾਈ ਹੈ, ਕਈ ਧਰਮ ਨੇ ਤੱਕੇ ਨੇ ਉਹਨਾਂ ਨੂੰ ਪੜ੍ਹਿਆ। ਆਪਣੀ ਗੱਲ ਘਰ ਦੀ ਗੱਲ ਕਰਾਂ, ਉਹ ਕਹਿੰਦੇ ਨੇ ਰੱਬ ਨੇ ਖੂਬਸੂਰਤ ਗਲਤੀ ਕੀਤੀ ਹੈ। ਇੱਥੋਂ ਤੱਕ ਇੱਕ ਗ੍ਰੰਥ ਹੈ, ਉਹਦੇ ਵਿੱਚ ਲਿਖਿਆ ਜਿਵੇਂ ਲੱਕੜਾਂ ਨਾਲ ਅੱਗ ਨਹੀਂ ਰੱਜਦੀ, ਸਮੁੰਦਰ ਨਾਲ ਪਾਣੀ ਨਹੀਂ ਰੱਜਦਾ, ਔਰਤ ਵਿਸ਼ੇ ਭੋਗ ਕੇ ਮਰਦ ਤੋਂ ਨਹੀਂ ਰੱਜਦੀ। ਮੈਨੂੰ ਅੰਦਰੋਂ ਕਲਪ ਉੱਠਿਆ, ਬਾਬਾ ਜੀ ਨੂੰ ਪੁੱਛੋ। ਕਹਿਣ ਲੱਗੇ ਖਬਰਦਾਰ ਸਿੱਖਾ, ਪਰ ਬੇਟੀ ਕੋ ਬੇਟੀ ਜਾਣੇ,
ਪਰ ਇਸਤਰੀ ਕੋ ਮਾਤ ਬਖਾਨਾ ਆਪਣੀ ਇਸਤਰੀ ਸੋ ਰਤ ਹੋਈ ਰਹਿਤ ਵਾਨ ਗੁਰ ਕਾ ਸਿੰਘ ਸੋਈ। ਗੁਰੂ ਗ੍ਰੰਥ ਸਾਹਿਬ ਨੇ ਪੁਕਾਰ ਕੇ ਕਿਆ ਕਹਿਣ ਲੱਗੇ, ਪਰ ਤੇਰੇ ਰੂਪ ਨਾ ਪੇਖੈ ਨੇਤਰ। ਗੁਰੂ ਗ੍ਰੰਥ ਸਾਹਿਬ ਦਾ ਲਿਖਾਰੀ ਕਹਿੰਦਾ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਮੇੜ ਨਾ ਜਾਵੇ। ਉਹਨਾਂ ਨੇ ਉੱਚੀ ਆਵਾਜ਼ ਵਿਚ ਕਿਹਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਹ ਸਾਡੇ ਘਰ ਦਾ ਸੱਭਿਆਚਾਰ ਹੈ, ਇਹ ਵੇ ਸਿੱਖੀ ਦਾ ਕਲਚਰ ਜਿਹਨੂੰ ਅਸੀਂ ਸਮਾਜ ਵਿਚ ਜਿਹਦੇ ਸਮਾਜ ਸਿਰਜਣਾ। ਹਜ਼ੂਰ ਨੇ ਕਿਹਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਭੰਡੋ ਹੀ ਭੰਡ ਉਪਜੈ। ਇਸਤਰੀ ਨੇ ਇਸਤਰੀ ਨੂੰ ਜਨਮ ਦਿੱਤਾ ਤੇ ਖਿਮਾ ਕਰਿਓ, ਜਨਮ ਦੇਣ ਵਾਲੀ ਇਸਤਰੀ ਆਪਣੀ ਕੁੱਖ ਚੋਂ ਧੀ ਪੈਦਾ ਹੋ ਜਾਏ ਸਭ ਤੋਂ ਪਹਿਲਾਂ ਉਹ ਰੋਂਦੀ। ਤੈਨੂੰ ਪਤਾ ਨੀ ਤੂੰ ਆਪਣੀ ਆਪਣੇ ਵਰਗੀ ਨੂੰ ਜਨਮ ਦਿੱਤਾ, ਭੰਡੋ ਹੀ ਭੰਡ ਉਪਜੈ। ਤੇ ਸਾਹਿਬ ਕਹਿਣ ਲੱਗੇ, ਭੰਡਾ ਬਾਜ ਨਾ ਕੋਈ, ਕੋਈ ਦੱਸੋ ਜਿਹੜਾ ਮਾਂ ਤੋਂ ਬਿਨਾਂ ਜੰਮਿਆ ਹੋਵੇ। ਸ਼ਬਦ ਇਹ ਹੀ ਨੇ ਨਾ, ਕਿਹੜਾ ਜਿਹੜਾ ਮਾਂ ਤੋਂ ਬਿਨਾਂ ਉੱਗਿਆ ਹੋਵੇ ਜੰਮਿਆ ਹੋਵੇ। ਮਿੱਥ ਜੋ ਮਰਜ਼ੀ ਕੋਈ ਕਰੀ, ਜਾਂ ਕੰਨਾਂ ਚੋਂ ਮੈਲ ਕੱਢੀ, ਹਵਾ ਚੋਂ ਫੂਕ ਮਾਰੀ, ਗੁਰੂ ਸਾਹਿਬ ਕਹਿੰਦੇ ਬਿਲਕੁਲ ਨੀ, ਭੰਡਾ ਬਾਜ ਨਾ ਕੋਏ। ਪਰ ਕਹਿਣ ਲੱਗੇ, ਕੈਸਾ ਜਿਹਨੂੰ ਇਸਤਰੀ ਨੇ ਜਨਮ ਨੀ ਦਿੱਤਾ, ਕੌਣ? ਨਾਨਕ ਭੰਡਾ ਬਾਹਰਾ ਏਕੋ ਸੱਚਾ ਸੋਏ। ਇੱਕ ਰੱਬ ਐਸਾ ਹੈ ਜਿਹਦੀ ਨਾ ਮਾਂ ਹੈ ਤੇ ਨਾ ਪਿਓ ਹੈ, ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ। ਨਰਸ਼ਾਕੰਦ ਸ਼ਰੀਕ ਹੈ ਉਹਦਾ, ਕੋਈ ਰਿਸ਼ਤੇਦਾਰ ਨੀ, ਕੋਈ ਮਾਂ ਨੀ, ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ। ਕਹਿਣ ਲੱਗੇ, ਨਾਨਕ ਭੰਡਾ ਬਾਹਰਾ ਏਕੋ ਸੱਚਾ ਸੋਏ। ਪਿਆਰਿਓ ਜਿੱਤ ਮੁੱਖ, ਇੱਥੇ ਵੇਖੋ ਸ਼ਬਦ ਜਿੱਤ ਵਰਤੇ ਹੈ, ਭਾਵੇਂ ਕੋਈ ਮਰਦ ਹੋਵੇ ਤੇ ਭਾਵੇਂ ਇਸਤਰੀ ਹੋਵੇ, ਜਿੱਤ ਮੁੱਖ ਸਦਾ ਸਲਾਹੀ ਹੈ। ਜਿਸ ਮੁੱਖ ਨਾਲ ਉਸ ਕਰਤਾਰ ਨੂੰ ਸਲਾਹਿਆ ਜਾਂਦਾ, ਭਾਗਾ ਰੱਤੀ ਚਾਰ, ਉਹ ਮੁੱਖ ਭਾਗਾਂ ਵਾਲਾ, ਉਹ ਸਰੀਰ ਰਤਿਆ ਹੋਇਆ ਨਾਂ ਵਿੱਚ ਚਾਰ ਦਰ ਤੇ ਸੋਹਣਾ, ਉਹਦੇ ਨਾਲ ਸੁੰਦਰ ਵੀ ਕੋਈ ਨੀ। ਜਿੱਤ ਮੁੱਖ ਸਦਾ ਚਲਾਈ ਹੈ, ਕਿਉਂਕਿ ਪਹਿਲੀਆਂ ਤੁਕਾਂ ਵਿੱਚ ਕਿਹਾ ਸੀ, ਤਿੱਤ ਮੁੱਖ ਥੁੱਕਾਂ ਪਾ ਕੇ। ਹੁਣ ਜਿਹੜਾ ਜਪਦਾ ਭਾਗਾ ਰੱਤੀ ਚਾਰ, ਨਾਨਕ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਤੇ ਮੁੱਖ ਉਜਲੇ ਜਿੱਤ ਸੱਚੇ ਦਰਬਾਰ। ਜਿਨ੍ਹਾਂ ਦੇ ਅੰਦਰ ਇਹ ਭਾਵਨਾ ਹੈ ਕਿ ਇਸਤਰੀ ਵਿੱਚ ਸਾਈਂ ਦੀ ਜੋਤ ਤੇ ਰੱਬ ਦੇ ਨਾਮ ਵੀ ਜੁੜੇ ਨੇ, ਉਹ ਸਾਈਂ ਦੀ ਦਰਗਾਹ ਵੀ ਸੱਚੇ ਨੇ। ਅੱਗੇ ਵੀ ਪੌੜੀ, ਹਜ਼ੂਰ ਕਹਿਣ ਲੱਗੇ, ਸਭ ਕੋ ਆਖ ਹੈ ਆਪਣਾ। ਇਹਦੇ ਅਰਥ ਗੁਰਮੁਖਾਂ ਦੋ ਤਰ੍ਹਾਂ ਕੀਤੇ ਨੇ, ਇੱਕ ਕਹਿੰਦੇ ਨੇ ਹਰ ਕੋਈ ਕਹਿੰਦਾ ਮੈਂ ਮੇਰੀ ਮੇਰੀ, ਭਾਈ ਸਾਹਿਬ ਕਰਦੇ ਨੇ ਭਾਈ ਵੀਰ ਸਿੰਘ, ਸਭ ਕੋ ਆਖ ਹੈ ਆਪਣਾ, ਹਰ ਕੋਈ ਕਹਿੰਦਾ ਕਿ ਰੱਬ ਮੇਰਾ, ਹਰ ਕੋਈ ਕਹਿੰਦਾ ਮੇਰਾ ਰੱਬ। ਕਹਿਣ ਲੱਗੇ, ਜਿਸ ਨਾਹੀ ਸੋਚਣ ਕੱਢੀਏ, ਸਾਨੂੰ ਦੱਸੋ ਖਾਂ ਕੋਈ ਦੁਨੀਆਂ ਵਿੱਚ ਐਸਾ ਵਿਖਾਓ ਜਿਹਦਾ ਰੱਬ ਨਾ ਬਣਦਾ ਹੋਵੇ, ਉਹਨੂੰ ਚੁਣ ਕੇ ਵੱਖ ਕਰ ਦਿਓ। ਪਰ ਕਹਿਣ ਲੱਗੇ, ਕੱਲਾ ਗੱਲਾਂ ਕਹਿਣ ਨਹੀਂ ਕਿ ਰੱਬ ਮੇਰਾ। ਕਹਿਣ ਲੱਗੇ, ਕੀਤਾ ਆਪੋ ਆਪਣਾ, ਆਪਣੇ ਕੀਤੇ ਹੋਏ ਕਰਮ ਆਪੇ ਹੀ ਲੇਖਾਂ ਸੰਧੀਏ। ਜੇ ਸੰਧੀਏ ਦਾ ਅਰਥ ਹੁੰਦਾ ਭਰਨਾ, ਕਿ ਆਪਣੇ ਕੀਤੇ ਕਰਮ ਆਪ ਭਰਨੇ ਪੈਣੇ ਨੇ। ਕਹਿਣ ਲੱਗੇ, ਕਾਹਦਾ ਮਾਣ ਕਰਨਾ ਜਾਂ ਰਹਿਣਾ ਨਾਹੀਂ ਐਤ ਜਗ, ਜਦੋਂ ਪਤਾ ਦੁਨੀਆਂ ਵਿੱਚ ਰਹਿਣਾ ਹੀ ਨਹੀਂ ਤਾਂ ਕਾਇਤ ਗਰਭ ਹੰਡੀਏ, ਕਿਉਂ ਹੰਕਾਰ ਵਿੱਚ ਖੱਪ ਖੱਪ ਕੇ ਮਰਨਾ ਪਿਆ, ਚੱਲਣ ਅੱਜ ਕੇ ਕੱਲ ਵਾਲੀ ਖੇਡ ਹੈ। ਦੇਖੋ ਤਿੰਨ ਮਹਾਂਪੁਰਸ਼ਾਂ ਦੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਜਿਨ੍ਹਾਂ ਨੇ ਦੇਖਿਆ ਨਾਲ ਦੇ ਤੁਰ ਗਏ, ਆਪਣੇ ਮਨ ਨੂੰ ਸਮਝਾਇਆ। ਸਿਰਫ 5-7 ਮਿੰਟ ਲੈਣੇ ਨੇ। ਸ਼ਬਦ ਵਰਤੇ ਇੱਕ ਬਾਬਾ ਨਾਨਕ ਜੀ ਦਾ, ਜਾਂ ਰਹਿਣਾ ਨਾਹੀਂ ਐਤ ਜਾ। ਕਹਿਣ ਲੱਗੇ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਨ, ਉਹਨਾਂ ਨੂੰ ਦੇਖ ਕੇ ਹੰਪੀ ਵੰਜਾ ਡੂਮਣੀ, ਰੋਵਾਂ ਝੀਣੀ ਬਾਣ, ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ। ਕਦੀ ਆਪਣੇ ਕੰਨਾਂ ਨੂੰ ਤੂੰ ਇਹ ਖਬਰ ਨਹੀਂ ਸੁਣੀ, ਕੀ ਲੱਗੀ ਆਵੇ ਸਹੁਰੇ ਨਿਤ ਨਾ
ਪਈਆ ਹੋਏ ਪੇਕਾ ਕਰ ਸਦਾ ਨੀ ਰਹਿਣਾ ਜਾਂ ਰਹਿਣਾ ਨਾ ਹੀ ਐਤ ਜਗ। ਕਦੀ ਬਾਬੇ ਰਵਿਦਾਸ ਨੂੰ ਪੁੱਛੋ, ਕਹਿਣ ਲੱਗੇ ਸੰਗ ਚਲਤ ਹੈ ਹੰਪੀ ਚੱਲਣਾ ਜਾਂ ਰਹਿਣਾ ਨਾ ਹੀ ਐਤ ਜਗ। ਬਾਬੇ ਫਰੀਦ ਨੂੰ ਪੁੱਛੋ, ਕਹਿਣ ਲੱਗੇ ਫਰੀਦਾ ਕਿੱਥੇ ਤੈਂਦੇ ਮਾਪਿਆਂ, ਜਿੰਨੀ ਤੂੰ ਜਣਿਓ ਏ ਤੈ ਪਾਸਿਓ ਲੱਦ ਗਏ, ਤੂੰ ਅਜੇ ਨਾ ਪਤੀਣਿਓ ਏ ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਵਾਹਿਗੁਰੂ, ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਰ ਬਖੰਡੀ ਹੈ, ਕਿਉਂ ਅਹੰਕਾਰ ਵਿੱਚ ਖਪੀਏ। ਅਗਲੀ ਜਿਹੜੀ ਤੁਕ ਏ ਨਾ, ਇੱਥੇ ਜ਼ਰੂਰ ਧਿਆਨ ਦਿਆ ਜੇ, ਸਭ ਤੋਂ ਵੱਡਾ ਬਖੇੜਾ ਹੀ ਸਾਡੇ ਚੁਣੇ ਦੇ। ਕਹਿਣ ਲੱਗੇ ਮੰਦਾ ਕਿਸੇ ਨਾ ਆਖੀਐ ਪਰ ਅੱਖਰ ਇਹੋ ਬੁੱਝੀਐ। ਜੇ ਤੂੰ ਵਿਦਵਾਨ ਹੈ ਸਿਆਣਾ ਹੈ ਤੇ ਯਤਨ ਕਰ ਪੜ੍ਹ ਕੇ ਕਿਸੇ ਨੂੰ ਭੈੜਾ ਕਹਿਣ ਦੀ ਬਜਾਏ ਆਪਣੇ ਆਪ ਨੂੰ ਸਮਝਾ। ਮੰਦਾ ਕਿਸੇ ਨਾ ਆਖੀਐ ਪਰ ਅੱਖਰ ਇਹੋ ਬੁੱਝੀਐ। ਤੇ ਬਾਬਾ ਜੀ ਕਹਿਣ ਲੱਗੇ ਕਈ ਵਾਰੀ ਪੜ੍ਹੇ ਜਦੋਂ ਮੂਰਖ ਹੋ ਜਾਣ ਫਿਰ ਇੱਕ ਕੰਮ ਕਰਿਆ ਕਰੋ, ਮੂਰਖ ਹੈ ਨਾਲ ਨਾ ਲੁੱਝੀਐ। ਇੱਥੇ ਥੋੜਾ ਜਿਹਾ ਰੁਕਣਾ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਮੂਰਖ ਨੂੰ ਸਿੱਜਣ ਦੇ ਦੋ ਤਰੀਕੇ ਨੇ, ਤੇ ਮੂਰਖ ਹੈ ਕੌਣ? ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਕਿ ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ। ਕਹਿੰਦਾ ਜਿਹੜਾ ਗੁਰੂ ਤੇ ਰੱਬ ਤੇ ਸ਼ੱਕ ਕਰਦਾ ਮਾਂ ਮੂਰਖ ਹੋਵੇ, ਨਾਮ ਨੀ ਮੰਨਦਾ। ਤੇ ਭਾਈ ਗੁਰਦਾਸ ਕਹਿੰਦੇ ਨੇ ਮੂਰਖ ਦੀ ਸੰਗਤ ਬੜੀ ਮਾੜੀ, ਜੇ ਉਹਦੇ ਨੇੜੇ ਬੈਠਣਾ ਵੀ ਦੁਖਦਾਈ ਹੈ। ਭਾਈ ਸਾਹਿਬ ਨੇ ਦੋ ਪੌੜੀਆਂ ਭਾਵੇਂ ਹਾਸ ਰਾਸ ਵਿੱਚ ਕਹੀਆਂ ਨੇ ਪਰ ਕਮਾਲ ਦੀਆਂ ਕਹੀਆਂ। ਇੱਕ ਉਹਨਾਂ ਦੀ ਪੌੜੀ ਪੜ੍ਹਨੇ ਆ, ਕਹਿਣ ਲੱਗੇ ਵੈਦ ਚੰਗੇਰੀ ਊਠਨੀ ਲੈ ਸਿਲ ਵੱਟਾ ਕਚਰਾ ਭੰਨਾ, ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਵਣ ਰੰਨਾ। ਇਸ ਧਿਆਨ ਦਿਆ ਜਿਸ ਪੌੜੀ ਵੱਲ ਕਿ ਮੂਰਖ ਬੰਦਾ ਕੀ ਕਹਿੰਦੇ ਨੇ, ਕੋਈ ਵੈਦ ਸੀ ਪਸ਼ੂਆਂ ਦਾ ਇਲਾਜ ਕਰਦਾ, ਉਹਦੇ ਕੋਲ ਕਿਸੇ ਨੇ ਮੁੰਡਾ ਵਾ ਦਿੱਤਾ ਵੀ ਤੂੰ ਵੀ ਸਿੱਖ ਲੈ ਇਹਦੇ ਵਰਗੀ ਵੈਦਗੀ, ਪਿੰਡ ਵਿੱਚ ਕੰਮ ਆਏਗੀ ਕੱਲ ਨੂੰ। ਉਹ ਪਸ਼ੂਆਂ ਦਾ ਵੀ ਕਰਦਾ ਸੀ, ਬੰਦਿਆਂ ਦਾ ਵੀ। ਕਿਸੇ ਜ਼ਿੰਮੇਦਾਰ ਦੀ ਊਠਣੀ ਨੇ ਕਿਤੇ ਖਾਧਾ ਕਚਰਾ ਤੇ ਉਹ ਕਚਰਾ ਕਿਤੇ ਫਸ ਗਿਆ, ਖੱਖੜੀਆਂ ਵਰਗਾ ਉਹ ਕਿਤੇ ਫਸ ਗਿਆ ਗਲੇ ਵਿੱਚ, ਤੇ ਉਹ ਨਾ ਅੱਗੇ ਜਾਏ ਨਾ ਪਿੱਛੇ, ਉਹ ਊਠਣੀ ਲੈ ਕੇ ਆ ਗਿਆ। ਤੇ ਵੈਦ ਨੇ ਕਿਹਾ ਕੋਈ ਗੱਲ ਨੀ, ਇਹਨੂੰ ਲਟਾ ਦੇ। ਲਟਾ ਕੇ ਉਹਨੇ ਇੱਕ ਪੱਥਰ ਥੱਲੇ ਰੱਖ ਕੇ ਉੱਤੋਂ ਮਾਰਿਆ ਤੇ ਉਹ ਕਚਰਾ ਫਿਸ ਗਿਆ ਤੇ ਊਠਣੀ ਠੀਕ ਹੋ ਗਈ। ਉਹਨੇ ਪਹਿਲੇ ਦਿਨ ਕਿਹਾ, ਕਹਿੰਦਾ ਇੱਕ ਨੁਕਤਾ ਜਾ ਚੇਤੇ ਹੋ ਗਿਆ ਵੀ ਜਿਹਦੇ ਗਲੇ ਉੱਤੇ ਸੋਝ ਹੋ ਜਾਏ ਬਸ ਇੱਕ ਪੱਥਰ ਥੱਲੇ ਰੱਖੋ, ਇੱਕ ਉੱਤੇ ਰੱਖੋ, ਇੱਕ ਮਾਰੋ ਤੇ ਆਪਣੇ ਆਪ ਕੰਮ ਚੱਲ ਜਾਣਾ। ਭਾਈ ਸਾਹਿਬ ਕਹਿੰਦੇ ਮੂਰਖ ਕੀ ਹੁੰਦਾ, ਮੂਰਖ ਨਾ ਲੁਝਣਾ, ਰੱਬ ਮਿਹਰ ਕਰੇ ਬਚਾਏ। ਤੇ ਜੀ ਚਲਾ ਗਿਆ ਘਰ ਆਪਣੇ, ਉਹਨਾਂ ਕਿਹਾ ਵੀ ਰਾਤ ਕਿਸੇ ਦੀ ਬੁੱਢੀ ਨੂੰ ਆ ਕਿਤੇ ਗਲੇ ਤੇ ਸੋਜ ਕਾਫੀ ਹੋਈ, ਗਲਾ ਵਾਹਵਾ ਸੁੱਜਿਆ। ਤੇ ਉਹਨਾਂ ਕਿਹਾ ਮੁੰਡਾ ਸਿੱਖ ਕੇ ਆਇਆ ਆਪਣਾ ਵੈਦਗੀ, ਉਹਦੇ ਤੋਂ ਲਈ ਹੈ ਦਵਾਈ। ਜਦੋਂ ਗਏ ਉਹ ਕਹਿੰਦਾ ਇਹਨੂੰ ਤੇ ਬਿਮਾਰੀ ਬੁੱਢੀ ਉਹ ਊਠਣੀ ਵਾਲੀ ਹੋਈ। ਕਹਿੰਦਾ ਮੈਂ ਅੱਜ ਹੀ ਦੇਖਿਆ ਲਟਾਓ ਬੁੱਢੀ, ਬੁੱਢੀ ਥੱਲੇ ਲਟਾਈ, ਇੱਕ ਪੱਥਰ ਉੱਤੇ ਰੱਖਿਆ, ਇੱਕ ਦੋਰਾ ਉੱਚੋ ਮਾਰਿਆ, ਬੁੱਢੀ ਦੀ ਧੌਣ ਇੱਕ ਪਾਸੇ ਲਟਕ ਗਈ, ਉਹ ਕੰਮ ਹੀ ਤਮਾਮ ਹੋ ਗਿਆ। ਉਹ ਕਹਿੰਦੇ ਨੇ ਜਦੋਂ ਬਾਦਸ਼ਾਹ ਕੋਲ ਆਇਆ ਉਹਨਾਂ ਕਿਹਾ ਤੂੰ ਕਿੱਥੋਂ ਸਿੱਖਿਆ? ਉਹ ਕਹਿੰਦਾ ਮੈਂ ਤਾਂ ਵੈਦ ਨੇ ਇਸ ਤਰ੍ਹਾਂ ਉਠਰੀ ਨਾਲ ਕੀਤਾ, ਮੈਂ ਸੋਚਿਆ ਜਿਹਨੂੰ ਸੋਜ ਆਈ ਹੋਵੇ ਹਰਖ ਤੇ ਨੁਕਸਾ ਫਿੱਟ ਹੋ ਜਾਏਗਾ। ਭਾਈ ਗੁਰਦਾਸ ਕਹਿੰਦੇ ਨੇ ਮੂਰਖ ਹੁੰਦਾ ਹੈ ਅੱਤ ਦਾ ਅਗਿਆਨੀ, ਉਹ ਵਾਂਸ ਹੈ। ਹੁਣ ਜੇ ਵਾਂਸ ਦੇ ਦੇਖ ਕੇ ਤੁਸੀਂ ਗੰਡਾ ਹੈ ਕਹੋ ਵੀ ਗੰਨਾ ਬਣ ਗਿਆ, ਵਾਂਸ ਨੂੰ ਕੋਈ ਚੂਪ ਨਾ ਲਿਓ, ਖੂਨ ਕੱਢੇਗਾ, ਉਹ ਕਦੀ ਰਸ ਨਹੀਂ ਭਰ ਸਕਦਾ। ਭਾਈ ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਵੈਦ ਚੰਗੇਰੀ ਊਠਨੀ ਲੈ ਸਿਰ ਵੱਟਾ ਕਚਰਾ ਭੰਨਾ, ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਵੜ ਰੰਨਾ। ਫਿਰ ਅੱਗੇ ਹੋਇਆ ਕਿ ਪਕੜ ਚਲਾਇਆ ਰਾਵਲੇ, ਆਉਂਦੀ ਉਗੜ ਗਿਆ ਸੇ ਕੰਨਾ, ਬਾਦਸ਼ਾਹ ਦੇ ਪੇਸ਼ ਕੀਤਾ ਦੋ ਠੁਕੀਆਂ ਤੇ ਸਭ ਕੁਝ ਬੋਲ ਪਿਆ। ਤੇ ਅੱਗੇ ਕਹਿਣ ਲੱਗੇ ਮੂਰਖ ਅਕਲੀ ਬਾਹਰੇ ਵਾਸੋ ਮੂਲ ਨਾ ਹੋਵੀ ਗੰਨਾ, ਵਾਂਸ ਤੋਂ ਕਦੀ ਗੰਨਾ ਨੀ ਬਣ ਸਕਦਾ। ਉਹਨਾਂ ਦੂਜੀ ਇੱਕ ਉਦਾਹਰਨ ਦਿੱਤੀ ਕਿ ਟੋਲਾ ਸੁਣਦਾ ਵੀ ਕਿਸੇ ਦੀ ਨਹੀਂ,
ਉਹਨਾਂ ਸ਼ਬਦ ਵਰਤੇ, ਕਹਿਣ ਲੱਗੇ ਠੰਡੇ ਖੂਹ ਨੁਹਾਏ ਕਹਿ ਪੱਗ ਵਿਸਾਰ ਆਇਆ ਸਿਰ ਨੰਗੇ। ਇਹ ਬੜੀ ਸੋਹਣੀ ਉਦਾਹਰਣ ਆਪ ਸੁਣਦੇ ਹੋ ਕਈ ਵਾਰੀ, ਹੈ ਮੂਰਖ ਨਾਲ। ਕਹਿਣ ਲੱਗੇ ਕੋਈ ਖੱਤਰੀ ਵੀਰ ਨਹਾਉਂਦਾ ਪਿਆ ਸੀ ਖੂਹ ਤੇ ਪੱਗ ਭੁੱਲ ਗਈ, ਉਹ ਸਿਰ ਨੰਗੇ ਘਰ ਆ ਗਿਆ, ਘਰ ਵਿੱਚ ਬੈਠੀ ਸੀ ਨੂੰਹ, ਜਦੋਂ ਸਹੁਰਾ ਡਿਊਟੀ ਵਿੱਚ ਵੜਿਆ ਜੋ ਤੇ ਦੁਆਥੜਾ ਮਾਰ ਕੇ ਢਾਂ ਮਾਰ ਕੇ ਰੋਣ ਲੱਗ ਪਈ। ਉਹਨੇ ਸੋਚਿਆ ਵੀ ਸਹੁਰੇ ਨੇ ਅਗਾਂਹ ਜਾ ਕੇ ਪੁੱਛਣਾ ਸੀ, ਉਹ ਡਿਊਟੀ ਵਿੱਚ ਖਲੋਤਾ ਉਹ ਢਾਂ ਮਾਰਨ ਲੱਗ ਪਿਆ। ਲੋਕੀ ਇਕੱਠੇ ਹੋ ਗਏ ਵੀ ਕੋਈ ਮਰ ਗਿਆ, ਸਾਰੇ ਕਤਾਰ ਬਣਾ ਕੇ, ਕੋਈ ਪਿੱਟੀ ਜਾ, ਕੋਈ ਰੋਈ ਜਾ, ਤੇ ਨੈਣ ਆਈ ਜਿਵੇਂ ਰਵਾਣਾ ਸੀ, ਉਹ ਨੂੰਹ ਨੂੰ ਪੁੱਛਦੀ ਹੈ ਦੱਸ ਵੀ ਮਾਏ ਮੋਰਨੀ ਹੈ ਕਾਂ ਕਿ ਸ਼ੇਰਾ ਕਾਂ, ਬੰਦਾ ਮਰਿਆ ਜਨਾਨੀ ਮਰੀ ਹੈ। ਭਾਈ ਵੀ ਭਾਈ ਸਾਹਿਬ ਭਾਈ ਸੰਤ ਗੁਰਦਾਸ ਜੀ ਕਹਿੰਦੇ ਨੇ, ਉਹਨੇ ਅੱਗੋਂ ਕਿਹਾ ਕਿ ਮੈਨੂੰ ਕੋਈ ਨੀ ਪਤਾ, ਸਹੁਰੇ ਨੂੰ ਪੁੱਛੋ। ਉਹ ਸਹੁਰੇ ਨੂੰ ਪੁੱਛਿਆ ਕਹਿੰਦਾ ਮੈਨੂੰ ਕੋਈ ਨੀ ਪਤਾ, ਇਹ ਕਮਲੀ ਰੋਂਦੀ ਸੀ ਇਹਨੂੰ ਪੁੱਛੋ। ਭਾਈ ਸਾਹਿਬ ਕਹਿੰਦੇ ਨੇ ਮੂਰਖਾਂ ਦਾ ਟੋਲਾ ਪਿੱਟਣ ਹੀ ਲੱਗ ਪਿਆ, ਕਿਸੇ ਨੇ ਕਿਸੇ ਦੀ ਕੋਈ ਸੁਣੀ ਨਹੀਂ। ਕਹਿੰਦਾ ਮੂਰਖ ਕਾਵਾਂ ਰੌਲੀ ਏ, ਗਿਆਨੀ ਬੰਦੇ ਦਾ ਦਿਮਾਗ ਆ ਜਾਣਗੇ। ਭਾਈ ਸਾਹਿਬ ਨੇ ਸ਼ਬਦ ਵਰਤੇ ਠੰਡੇ ਖੂਨ ਨੁਹਾਏ ਕਹਿ ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ ਤੁਸੀਂ ਲਿੱਤੀ ਦੇਖ ਕੁਟੰਗੇ, ਰੰਨਾ ਦੇਖ ਪਟੰਦੀਆਂ ਮਾਰਾ ਮਾਰੇ ਢਾਹਾਂ ਖੋਏ ਰਵੰਨੇ, ਲੋਕ ਸਿਆਪੇ ਆਇਆ ਰੰਨਾ ਪੁਰਸ਼ ਜੁੜੇ ਲੈ ਪੰਗੇ, ਨੈਣ ਪੁੱਛ ਦੀ ਪਿੱਟ ਦਿਆਂ ਕਿਸ ਦੇ ਨਾਂ ਅਲਾਉਣੀ ਅੰਗੈ। ਤੇ ਕਹਿਣ ਲੱਗੇ ਅੱਗੋ ਫਿਰ ਉਹਨੇ ਉੱਤਰ ਦਿੱਤਾ ਸਹੁਰੇ ਪੁੱਛੋ ਜਾਏ ਕਹਿ ਕੌਣ ਮੂਆ ਨੂੰ ਉੱਤਰ ਮੰਗੈ। ਭਾਈ ਜੀ ਕਹਿੰਦੇ ਨੇ ਕਾਵਾਂ ਰੌਲੀ ਮੂਰਖ ਸੰਗ ਹੈ, ਇਹ ਕਾਵਾਂ ਰੌਲੀ ਕਾਂ ਕਾਂ ਕਰਨੀ ਨਾ ਤੇ ਦੂਜੇ ਸੁਣਨੀ ਹੈ। ਇੱਕ ਤਰੀਕਾ ਵੀ ਚੁੱਪ ਕਰਕੇ ਖਹਿੜਾ ਛਡਾ ਦਿਓ, ਦੂਜਾ ਤਰੀਕਾ ਬਾਬੇ ਨਾਨਕ ਵਾਲਾ, ਉਹ ਜਦੋਂ ਕਦੀ ਕਦੀ ਫਿੱਟ ਹੋ ਜਾਂਦਾ। ਹੁਣ ਹੈ ਸ਼ਾਂਤੀ ਵਾਲੀ ਗੱਲ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਾਂਝ ਕੀ ਵਾਰ ਹੈ। ਇੱਕ ਸ਼ਲੋਕ ਹੁੰਦਾ ਹੈ ਲੋਹਾ ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਧ ਪਾਏ ਲੋਹਾਰ। ਇਹਦੇ ਅਰਥ ਕੀ ਨੇ, ਕੰਚਨ ਸੋਨਾ ਲੋਹਾ ਇਹ ਟੁੱਟ ਜਾਏ ਕਾਂਸੀ ਆਦਕ, ਤੇ ਇਹਨੂੰ ਲੋਹਾਰ ਜਿਹੜਾ ਲੋਹਾ ਗੰਢ ਸਕਦਾ, ਸੁਨਿਆਰ ਵੀਰ ਜਿਹੜਾ ਅੱਗ ਦੇ ਨਾਲ ਨਾ ਟੁੱਟੇ ਹੋਏ ਗੰਢੇ ਜਾਂਦੇ ਨੇ। ਧਿਆਨ ਦਿਆ ਜੇ ਸਾਹਿਬ ਨੇ ਅਖੀਰ ਤੇ ਨਿਚੋੜ ਕੱਢਿਆ, ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਛੇਤੀ ਟੁੱਟੈ ਪਤਾਰ। ਕਿ ਇਸਤਰੀ ਨਾਲ ਪਤੀ ਰੁੱਸ ਜਾ, ਪੁੱਤੀ ਗੰਢ ਪਵੇ ਸੰਸਾਰ, ਪੁੱਤਰ ਮਾਂ ਪਿਓ ਰੁੱਸੇ ਹੋਏ ਨੂੰ ਵੀ ਮਨਾ ਲੈਂਦੇ। ਤੇ ਅੱਗੇ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕਿ ਚੇਤੇ ਰੱਖੋ ਮੂਰਖ ਮੂੰਹ ਗੰਢ ਪਵੇ ਮੂੰਹ ਮਾਰ, ਜੇ ਮੂਰਖ ਕਾਬੂ ਨਾ ਆਵੇ ਤੇ ਮੂੰਹ ਤੇ ਦੋ ਚਾਰ ਜੜ ਦਿਓ। ਬਾਬਾ ਨਾਨਕ ਕਹਿੰਦਾ ਚੁੱਪ ਕਰ ਜਾਏਗਾ। ਇੱਕ ਤਰੀਕਾ ਠੋਕਣ ਦਾ, ਇੱਕ ਤਰੀਕਾ ਚੁੱਪ ਕਰ ਜਾਓ। ਇਹ ਹੁਣ ਸਮੇਂ ਦੇ ਲਿਹਾਜ ਨਾਲ ਬੰਦਾ ਅਪਣਾ ਲੈ ਵੀ ਕਿਹੜਾ ਤਰੀਕਾ ਠੀਕ ਰਹੇਗਾ, ਚੁੱਪ ਨਾਲ ਸਰਦਾ ਕਿ ਦੂਜੀ ਤਰ੍ਹਾਂ ਸਰਦਾ। ਭਾਈ ਸਾਹਿਬ ਭਾਈ ਗੁਰਦਾਸ ਨੇ ਜਿੱਦਣਾ ਜ਼ੂਰ ਨੇ ਦੋ ਕਿਰਪਾਨਾਂ ਪਾਈਆਂ, ਬੜਾ ਰੌਲਾ ਪਾਇਆ ਲੋਕਾਂ। ਭਾਈ ਸਾਹਿਬ ਨੇ ਇੱਕੋ ਗੱਲ ਕੀ, ਕਹਿਣ ਲੱਗੇ ਬੇਮੁਖ ਲੋਹਾ ਸਾਧੀ ਆ ਵਗਦੀ ਵਿਦਾਨੀ, ਜੇ ਨਾ ਤਲੇ ਤੇ ਫਿਰ ਖੜਕਾਣਾ ਪੈ ਸਕਦਾ। ਹਜ਼ੂਰ ਨੇ ਕਿਹਾ ਪਰ ਤੂੰ ਇੱਕ ਗੱਲ ਇਹ ਜ਼ਰੂਰ ਮੰਨ ਲਈ ਪਹਿਲਾਂ ਕਿ ਮੰਦਾ ਕਿਸੇ ਨਾ ਆਖੀ ਹੈ ਪਰ ਅੱਖਰ ਇਹੋ ਬੁੱਝੀ ਹੈ। ਤੇ ਬਾਬਾ ਜੀ ਕਹਿੰਦੇ ਨੇ ਮੂਰਖ ਹੈ ਨਾਲ ਨਾ ਲੁੱਝੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।